ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਦੀ ਅੰਸ ਬੰਸ ਪਿਆਰੀ ਸੰਤਾਨ ਰੰਗ ਰੇਟੜੇ ਕਿਰਤ ਕਰਨ ਵੰਡ ਛਕਣ ਵਾਹਿਗੁਰੂ ਦਾ ਨਾਮ ਜਪਣ ਇੱਜ਼ਤ ਪਾਉਣ ਇੱਜ਼ਤ ਰੱਖਣ ਕੌਮੀ ਤਾਨ ਰੰਗ ਰੇਟੜੇ ਪਾਠੀ ਰਾਗੀ ਢਾਡੀ ਕਵੀਸ਼ਰ ਕਿਰਦਾਰ ਵਾਲੇ ਪਰਉਪਕਾਰੀ ਬ੍ਰਹਮ ਗਿਆਨੀ ਵਿਦਵਾਨ ਰੰਗ ਰੇਟੜੇ ਜਪੀ ਤਪੀ ਸਤੀ ਧਰਮ ਯੁੱਧ ਦੇ ਜੁਝਾਰੂ ਨਿਹੰਗ ਸਿੰਘਾ ਪੰਥ ਦੀ ਆਨ ਸ਼ਾਨ ਰੰਗ ਰੇਟੜੇ ਫਿਰ ਧਾੜੇ ਅੱਡ ਕਰ ਚਾਂਦਨੀ ਚੌਂਕ ਵਿਖੇ ਬਾਬਾ ਸਦਾਨੰਦ ਜੀ ਸੁਣਾਇਆ ਭਾਈ ਜੈਤਾ ਜੀ ਕਲਿਆਣ ਆਸ਼ਰਮ ਪਧਾਰ ਗੁਰੂ ਧੜਦਾ ਸਸਕਾਰ ਕਰੀ ਨਾਲ ਸਤਕਾਰ ਸਮਝਾਇਆ ਭਾਈ ਜੈਤਾ ਜੀ ਗੁਰੂ ਸੀਸ ਲੈ ਪੰਧ ਪੈ ਜਾ ਪਵਨ ਸੁੱਤ ਪਵਨ ਵਾਂਗੂ ਕੀਰਤਪੁਰ ਸਾਹਿਬ ਸੀਸ ਲਿਆਇਆ ਭਾਈ ਜੈਤਾ ਜੀ ਆਓ ਭਾਈ ਜੈਤਾ ਰੰਗ ਰੇਟਾ ਗੁਰੂ ਕਾ ਬੇਟਾ ਨਿਹੰਗ ਸਿੰਘਾ ਦਸ਼ਮੇਸ਼ ਵਡਿਆਇਆ ਭਾਈ ਜੈਤਾ ਜੀ ਪਰਮ ਸਤਿਕਾਰਯੋਗ ਸਤਿਗੁਰ ਜੀ ਦੀ ਸਾਜੀ ਨਿਵਾਜੀ ਸਤਸੰਗ ਜੀ ਅੱਜ ਦੇ ਦੀਵਾਨ ਵਿੱਚ ਇੱਕ ਵਾਰ ਫੇਰ ਨੇਕਾਂ ਨਗੇਟੇ ਵੀਰਾਂ ਦੇ ਹੁਕਮ ਦੇ ਨਾਲ ਪੰਜਾਬ ਦੀ ਮਸ਼ਹੂਰ ਰਿਕਾਰਡਿੰਗ ਕੰਪਨੀ MMC ਕੈਸਟ ਕੰਪਨੀ 'ਚ ਨਿਸ਼ਾਨ ਸਿੰਘ ਚਬਾਲ ਦਾ ਕਵਿਸ਼ਰੀ ਜਥਾ ਹਾਜ਼ਰ ਹੈ। ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਦੇ ਰਹੀਆਂ ਨੇ ਪੰਜਾਬ ਦੀਆਂ ਜਾਣੀਆਂ ਪਛਾਣੀਆਂ ਆਵਾਜ਼ਾਂ ਭਾਈ ਸਾਹਿਬ ਭਾਈ ਗੁਰਭੇਜ ਸਿੰਘ ਜੀ, ਭਾਈ ਸਾਹਿਬ ਭਾਈ ਭਗਵੰਤ ਸਿੰਘ ਜੀ। ਅੱਜ ਦੇ ਦੀਵਾਨ ਵਿੱਚ ਮੈਂ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਲੈ ਕੇ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਏ। ਮੈਂ ਇਤਿਹਾਸ ਦੀ ਜਿਹੜਾ ਪ੍ਰਸੰਗ ਕਹਿਣਾ ਏ, ਕਾਰ ਸੇਵਾ ਵਾਲੇ ਭਾਈ ਜਸਵੰਤ ਸਿੰਘ ਜੀ, ਵਿਦਿਆ ਭਲਾਈ ਟਰੱਸਟ ਚੰਡੀਗੜ੍ਹ ਵਾਲੇ, ਉਹਨਾਂ ਦੀ ਲਿਖਤ ਨੂੰ ਆਧਾਰ ਬਣਾ ਕੇ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਏ। ਇਹ ਸਾਰੀਆਂ ਵਿਚਾਰਾਂ ਸੁਣਨ ਤੋਂ ਪਹਿਲੋਂ ਸਾਰੇ ਹੀ ਮਾਈ ਭਾਈ ਮੁੱਖ ਨੂੰ ਕਰੋ ਪਵਿੱਤਰ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਅੱਜ ਆਪ ਜੀ ਦੇ ਨਾਲ ਮਹਾਨ ਸੂਰਬੀਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਮਾਲ ਦੇ ਪਰਮ ਪਿਆਰੇ ਗੁਰੂ ਕੇ ਬੇਟੇ, ਨਿਕਟਵਰਤੀ ਕੁਰਬਾਨੀ ਦੇ ਪੁੰਜ ਨਤਧੜਕ ਜਰਨੈਲ, ਗੁਰੂ ਘਰ ਦੇ ਸੇਵਾਦਾਰ ਅੰਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪਾਵਨ ਤੇ ਪਵਿੱਤਰ ਇਤਿਹਾਸ ਸਾਂਝਾ ਕਰਨ ਜਾ ਰਿਹਾ ਹਾਂ। ਬਾਬਾ ਜੈਤਾ ਜੀ ਦੇ ਵੱਡੇ ਵਡੇਰੇ ਭਾਈ ਕਲਿਆਣ ਜੀ ਦਾ ਜਨਮ ਖੋਪੜ ਖਾਨਦਾਨ ਵਿੱਚ ਹੋਇਆ। ਇਸ ਖੋਪੜ ਖਾਨਦਾਨ ਦੇ ਵੱਡੇ ਵਡੇਰੇ ਰਾਜਾ ਮਲਕ ਸ਼ੇਖ ਖੋਪੜ ਅਤੇ ਉਸਦੇ ਸਪੁੱਤਰ ਰਾਜਾ ਦਸ਼ਰਥ ਖੋਪੜ ਨੇ ਲਾਹੌਰ, ਜਲੰਧਰ, ਸਰਹਿੰਦ ਆਦਿ ਪਰਗਣਿਆਂ ਤੇ ਕਾਫੀ ਸਮਾਂ ਰਾਜ ਕੀਤਾ। ਭਾਈ ਕਲਿਆਣ ਜੀ ਨੇ ਪੰਜਾਬ ਦੇ ਪਰਗਣੇ ਬਟਾਲੇ ਵਿੱਚ ਆਪਣਾ ਅਧਿਕਾਰ ਹੇਠ ਇੱਕ ਪਿੰਡ ਵਸਾਇਆ ਰਾਏ ਨੰਗਲ, ਜੋ ਪਿੱਛੋਂ ਰੰਧਾਵਿਆਂ ਦੇ ਵਾਧੇ ਨਾਲ ਉਹਨਾਂ ਦੇ ਵੱਡੇ ਵਡੇਰਿਆਂ ਨੇ ਕੱਥੂ ਰੰਧਾਵੇ ਦੇ ਨਾਮ ਤੇ ਕੱਥੂ ਨੰਗਲ ਪ੍ਰਸਿੱਧ ਹੋਇਆ। ਇਸ ਖੋਪੜ ਦਾ ਖਾਨਦਾਨ ਨੇ ਬੈੜੋਵਾਲ, ਭੜੋਵਾਲ, ਨੇੜੇ ਗੋਂਦਵਾਲ, ਰਈਆ, ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਬੜੇ ਵੱਡੇ ਪਿੰਡ ਵਸਾਏ। ਇੱਧਰ ਨਾਲ ਸਿਆਲਖੋੜ ਦੇ ਖੇਤਰ ਦੇ ਅੰਦਰ ਵੀ ਇਹਨਾਂ ਨੇ ਦਾਦਰ ਖਾਨ, ਕਾਨੂਵਾਲ ਦੇ ਖੇਤਰ ਅੰਦਰ ਮੀਰਾਂਵਾਲ, ਡੰਡ ਮਰਦਾਨਾ, ਔਲੀਆ ਪੜਨਗੜ ਵਸਾਏ। ਪਿੰਡ ਕੱਥੂ ਨੰਗਲ ਵਿੱਚ ਉਹਨਾਂ ਦੀ ਜੱਦੀ ਜਾਇਦਾਦ ਵਿੱਚ ਭਾਈ ਕਲਿਆਣ ਜੀ ਦਾ ਤਪ ਅਸਥਾਨ ਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਅੱਜ ਵੀ ਕਾਇਮ ਨੇ। ਭਾਈ ਕਲਿਆਣ ਜੀ ਪਿੰਡ ਦੇ ਮੋਢੀਆਂ ਵਿੱਚੋਂ ਇੱਕ ਸਨ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਇਸ ਪਿੰਡ ਵਿੱਚ ਆਏ, ਭਾਈ ਕਲਿਆਣ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਦਰਸ਼ਨ ਕੀਤੇ, ਦੋਵੇਂ ਸ਼ਰਧਾਲੂ ਬਣ ਗਏ। ਭਾਈ ਕਲਿਆਣ ਜੀ ਬਾਬਾ ਬੁੱਢਾ ਜੀ ਦੇ ਨਾਲ ਉਹਨਾਂ ਦੇ ਨਵੇਂ ਵਸਾਏ ਹੋਏ ਪਿੰਡ ਗੱਗੋਮਾਲ ਨੇੜੇ ਰਮਦਾਸ ਚਲੇ ਗਏ। ਭਾਈ ਕਲਿਆਣ ਜੀ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਗੁਰੂ ਘਰ ਦੀ ਬੇਅੰਤ ਸੇਵਾ ਕੀਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਾਦਸ਼ਾਹ ਜਹਾਂਗੀਰ ਨੇ
ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ। ਗੁਰੂ ਜੀ ਨੇ ਜਾਣ ਤੋਂ ਪਹਿਲਾਂ ਸਾਰਾ ਕਾੜੋਬਾੜ ਮੁਖੀ ਸਿੱਖਾਂ ਚੋਂ ਭਾਈ ਕਲਿਆਣ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੂੰ ਸੰਭਾਲ ਗਏ। ਭਾਈ ਕਲਿਆਣ ਜੀ ਦੇ ਸਪੁੱਤਰ ਹੋਏ ਸੁਖ ਭਾਨ ਜੀ, ਜਿਨ੍ਹਾਂ ਨੇ ਆਪਣੇ ਪਿਤਾ ਭਾਈ ਕਲਿਆਣ ਜੀ ਦੇ ਨਾਮ ਤੇ ਦਿੱਲੀ ਦੇ ਪਿੰਡ ਰਾਏ ਸੀਨਾ ਮਹੱਲਾ ਦਿਲਵਾਲੀ ਵਿੱਚ ਕਲਿਆਣ ਆਸ਼ਰਮ ਬਣਾਇਆ, ਜਿੱਥੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਅਤੇ ਸੰਗੀਤ ਸਿਖਾਇਆ ਜਾਂਦਾ ਸੀ। ਬਾਅਦ ਵਿੱਚ ਇਸ ਦਾ ਨਾਮ ਭਾਈ ਕਲਿਆਣ ਦੀ ਧਰਮਸ਼ਾਲਾ ਪੈ ਗਿਆ। ਇੱਥੇ ਸਮੇਂ ਸਮੇਂ ਗੁਰੂ ਸਾਹਿਬਾਂ ਨੇ ਚਰਨ ਪਾਏ। ਭਾਈ ਸੁਖਪਾਨ ਜੀ ਦੇ ਸਪੁੱਤਰ ਹੋਏ ਭਾਈ ਜਸ ਭਾਨ ਜੀ, ਭਾਈ ਜਸ ਭਾਨ ਜੀ ਦੇ ਸਪੁੱਤਰ ਹੋਏ ਭਾਈ ਸਦਾਨੰਦ ਤੇ ਭਾਈ ਆਗਿਆ ਰਾਮ ਜੀ, ਬਾਬਾ ਜੈਤਾ ਜੀ ਦੇ ਖਾਨਦਾਨ ਬਾਰੇ ਕਵੀਸ਼ਰੀ ਜਥਾ ਇੱਕ ਕਵਿਤਾ ਇਉਂ ਬਿਆਨ ਕਰਦਾ ਹੈ। ਬਾਬਾ ਬੁੱਢਾ ਸਾਹਿਬ ਦੇ ਵੱਡੇ ਵਡੇਰਿਆਂ ਨੇ, ਬਾਬਾ ਬੁੱਢਾ ਸਾਹਿਬ ਦੇ ਵੱਡੇ ਵਡੇਰਿਆਂ ਨੇ, ਉਹ ਕੱਤੂ ਮਾਲ ਵਸਾਇਆ ਕੱਤੂ ਨੰਗਲ ਤੋਂ ਆਨ ਜੀ, ਕੱਗੂ ਮਾਲ ਵਸਾਇਆ ਕੱਥੂ ਨੰਗਲ ਤੋਂ ਆਨ ਜੀ, ਭਾਈ ਜੈਤਾ ਜੀ ਰੰਗ ਰੇਟੇ ਦਿਆਂ ਬਜ਼ੁਰਗਾਂ ਚੋਂ, ਭਾਈ ਜੈਤਾ ਜੀ ਰੰਗ ਰੇਟੇ ਦਿਆਂ ਬਜ਼ੁਰਗਾਂ ਚੋਂ, ਉਹ ਕੱਥੂ ਨੰਗਲ ਤੋਂ ਚੱਲ ਆਏ ਭਾਈ ਕਲਿਆਣ ਜੀ, ਕੱਥੂ ਨੰਗਲ ਤੋਂ ਚੱਲ ਆਏ ਭਾਈ ਕਲਿਆਣ ਜੀ, ਕੱਗੋ ਮਾਲ ਸੋਹਣੇ ਨਗਰ ਭਾਈ ਕਲਿਆਣ ਜੀ, ਗੱਗੋ ਮਾਲ ਸੋਹਣੇ ਨਗਰ ਭਾਈ ਕਲਿਆਣ ਜੀ, ਉਹ ਦਿੱਤਾ ਸਪੁੱਤਰ ਰੱਬ ਨੇ ਨਾਮ ਹੋਇਆ ਸੁਖਪਾਨ ਜੀ, ਦਿੱਤਾ ਸਪੁੱਤਰ ਰੱਬ ਨੇ ਨਾਮ ਹੋਇਆ ਸੁਖਪਾਨ ਜੀ, ਭਾਈ ਸੁਖਪਾਨ ਤੇ ਬਖਸ਼ਿਸ਼ ਹੋਈ ਸਤਿਗੁਰ ਦੀ, ਭਾਈ ਸੁਖਪਾਨ ਤੇ ਬਖਸ਼ਿਸ਼ ਹੋਈ ਸਤਿਗੁਰ ਦੀ, ਬੇਟਾ ਹੋਇਆ ਤਿੰਨਾਂ ਦਾ ਭਾਈ ਜੀ ਜਸਪਾਨ ਜੀ, ਬੇਟਾ ਹੋਇਆ ਤਿੰਨਾਂ ਦਾ, ਬੇਟਾ ਹੋਇਆ ਤਿੰਨਾਂ ਦਾ ਭਾਈ ਜੀ ਜਸਪਾਨ ਜੀ, ਭਾਈ ਜਸਪਾਨ ਨੇ ਸਿੱਖੀ ਪਾਈ ਵਿਰਾਸਤ ਚੋਂ, ਭਾਈ ਜਸਪਾਨ ਨੇ ਸਿੱਖੀ ਪਾਈ ਵਿਰਾਸਤ ਚੋਂ, ਉਹ ਸੇਵਨ ਪੂਜਨ ਸਤਿਗੁਰ ਸਤਿ ਚਿੱਤ ਆਨੰਦ ਜੀ, ਸੇਵਨ ਪੂਜਨ ਸਤਿਗੁਰ ਸਤਿ ਚਿੱਤ ਆਨੰਦ ਜੀ, ਤਿੰਨਾਂ ਦੇ ਦੋ ਸਪੁੱਤਰ ਆਗਿਆਕਾਰੀ ਸੂਰਮੇ, ਤਿੰਨਾਂ ਦੇ ਦੋ ਸਪੁੱਤਰ ਆਗਿਆਕਾਰੀ ਸੂਰਮੇ, ਉਹ ਭਾਈ ਆਗਿਆ ਜੀ ਤੇ ਭਾਈ ਸਦਾਨੰਦ ਜੀ, ਭਾਈ ਆਗਿਆ ਜੀ ਤੇ ਭਾਈ ਸਦਾਨੰਦ ਜੀ, ਭਾਈ ਸਦਾਨੰਦ ਜੀ ਚੱਲਦੇ ਵਾਂਗ ਬਜ਼ੁਰਗਾਂ ਦੇ, ਭਾਈ ਸਦਾਨੰਦ ਜੀ ਚੱਲਦੇ ਵਾਂਗ ਬਜ਼ੁਰਗਾਂ ਦੇ, ਸਿੱਖ ਗੁਰੂ ਨਾਨਕ ਜੀ ਦੇ ਸੱਚੇ ਸਾਹਿਬ ਕਾਦਰ ਦੇ, ਸਿੱਖ ਗੁਰੂ ਨਾਨਕ ਦੇ ਸੱਚੇ ਸਾਹਿਬ ਕਾਦਰ ਦੇ, ਚੱਲਦੇ ਹੁਕਮ ਰਜ਼ਾਈ ਮਿੱਠ ਬੋਲੜੇ ਗੁਰਸਿੱਖ ਜੀ, ਚੱਲਦੇ ਹੁਕਮ ਰਜਾਈ ਮਿੱਠ ਬੋਲੜੇ ਗੁਰਸਿੱਖ ਜੀ, ਉਹ ਸ਼ਰਧਾ ਭਗਤ ਭਾਵਨਾ ਸਦਾ ਚੁਕੰਨੇ ਆਦਰ ਦੇ, ਆਦਰ ਦੇ ਸ਼ਰਧਾ ਭਗਤ ਭਾਵਨਾ ਸਦਾ ਚੁਕੰਨੇ ਆਦਰ ਦੇ, ਸਤ ਬਲਿਹਾਰੀ ਸਦਕੇ ਵਾਰੀ ਪਿਆਰੇ ਸਤਿਗੁਰ ਤੋਂ, ਸਤਿਗੁਰ ਤੋਂ ਸਤ ਬਲਿਹਾਰੀ ਸਦਕੇ ਵਾਰੀ ਪਿਆਰੇ ਸਤਿਗੁਰ ਤੋਂ, ਹੋਇਆਨ ਹਾਜ਼ਰ ਹੋਏ ਹਿੰਦ ਧਰਮ ਦੀ ਚਾਦਰ ਦੇ, ਆਨ ਹਾਜ਼ਰ ਹੋਏ, ਆਨ ਹਾਜ਼ਰ ਹੋਏ ਹਿੰਦ ਧਰਮ ਦੀ ਚਾਦਰ ਦੇ, ਮਾਣ ਨਿਮਾਣੇ ਹੋ ਕੇ ਕੰਤਰ ਜਾਇਆ ਭਾਈ ਜੀ, ਮਾਣ ਨਿਮਾਣੇ ਹੋ ਕੇ ਕੰਤਰ ਜਾਇਆ ਭਾਈ ਜੀ, ਸੇਵਾਦਾਰ ਹਜ਼ੂਰੀ ਸ੍ਰੀ ਗੁਰੂ ਤੇਗ ਬਹਾਦਰ ਦੇ, ਬਹਾਦਰ ਦੇ ਸੇਵਾਦਾਰ ਹਜ਼ੂਰੀ ਸ੍ਰੀ ਗੁਰੂ ਤੇਗ ਬਹਾਦਰ ਦੇ, ਭਾਈ ਸ਼ਿਵ ਨਾਰਾਇਣ ਜੀ ਪੁੱਤਰੀ ਲਾਜਵੰਤੀ ਦਾ,
ਭਾਈ ਸ਼ਿਵ ਨਾਰਾਇਣ ਜੀ ਪੁੱਤਰੀ ਲਾਜਵੰਤੀ ਦਾ। ਭਾਈ ਸਦਾ ਆਨੰਦ ਸੰਗ ਵਿਆਹ ਰਚਾਇਆ ਸਤਿਗੁਰ ਜੀ, ਭਾਈ ਸਦਾ ਆਨੰਦ ਸੰਗ ਵਿਆਹ ਰਚਾਇਆ ਸਤਿਗੁਰ ਜੀ। ਰਾਜ ਜੋਗੀ ਕੀਤਾ ਗ੍ਰਸਤ ਜੀਵਨ ਬਖਸ਼ ਕੇ, ਰਾਜ ਜੋਗੀ ਕੀਤਾ ਗ੍ਰਸਤ ਜੀਵਨ ਬਖਸ਼ ਕੇ, ਮਨ ਸਿੱਖ ਨੂੰ ਸੱਚੀ ਕਾਰੇ ਸਤਿਗੁਰ ਦਾਇਆ, ਸੇਵਨ ਸਿੱਖ ਨੂੰ ਸੱਚੀ ਕਾਰੇ ਲਾਇਆ ਸਤਿਗੁਰ ਜੀ। ਮਾਤਾ ਗੁਜਰ ਕੌਰ ਜੀ ਬੀਬੀ ਲਾਜਵੰਤੀ ਨੂੰ, ਮਾਤਾ ਗੁਜਰ ਕੌਰ ਜੀ ਬੀਬੀ ਲਾਜਵੰਤੀ ਨੂੰ, ਉਹ ਬੜੇ ਪ੍ਰੇਮ ਦੇ ਨਾਲ ਪ੍ਰੇਮੋ ਕਹਿ ਪੁਕਾਰਦੇ, ਉਹ ਬੜੇ ਪ੍ਰੇਮ ਦੇ ਨਾਲ ਬੜੇ ਪ੍ਰੇਮ ਦੇ ਨਾਲ ਪ੍ਰੇਮੋ ਕਹਿ ਪੁਕਾਰਦੇ। ਕੱਟਣ 84 ਫਾਸੀ ਮੀਂਹ ਬਰਸਾ ਕੇ ਮੇਰਾ ਦਾ, ਕੱਟਣ 84 ਫਾਸੀ ਮੀਂਹ ਬਰਸਾ ਕੇ ਮੇਰਾ ਦਾ। ਪ੍ਰੇਮੋ ਪ੍ਰੇਮੋ ਕਹਿ ਕੇ ਜਿਸ ਦਾਮੀ ਆਵਾਜ਼ਾਂ ਮਾਰਦੇ, ਪ੍ਰੇਮੋ ਪ੍ਰੇਮੋ ਕਹਿ ਕੇ ਜਿਸ ਦਾਮੀ ਆਵਾਜ਼ਾਂ ਮਾਰਦੇ, ਹਰ ਦਮ ਅੰਗ ਸੰਗ ਰੱਖਦੇ ਸੇਵਾ ਸਿਮਰਨ ਬਖਸ਼ ਕੇ, ਹਰ ਦਮ ਅੰਗ ਸੰਗ ਰੱਖਦੇ ਸੇਵਾ ਸਿਮਰਨ ਬਖਸ਼ ਕੇ। ਪੁੱਛੇ ਧਰਮ ਰਾਜ ਨਾ ਲੇਖਾ ਜਨਮ ਸੁਵਾਰਦੇ, ਪੁੱਛੇ ਧਰਮ ਰਾਜ ਨਾ ਲੇਖਾ ਜਨਮ ਸੁਵਾਰਦੇ। ਮਾਤਾ ਗੁਜਰ ਕੌਰ ਜੀ ਮਹਿਲ ਨੌਵੇਂ ਸਤਿਗੁਰ ਦੇ, ਮਾਤਾ ਗੁਜਰ ਕੌਰ ਜੀ ਮਹਿਲ ਨੌਵੇਂ ਸਤਿਗੁਰ ਦੇ, ਸਾਗਰ ਨਿਮਰਤਾ ਦੇ ਜਗਤ ਜਲੰਦਾ ਠਾਰ ਦੇ, ਸਾਗਰ ਨਿਮਰਤਾ ਦੇ ਸਾਗਰ ਨਿਮਰਤਾ ਦੇ ਜਗਤ ਜਲੰਦਾ ਠਾਰ ਦੇ। 13 December 1657 ਈਸਵੀ ਮੰਗਲਵਾਰ ਨੂੰ, 13 December 1657 ਈਸਵੀ ਮੰਗਲਵਾਰ ਨੂੰ, ਉਹ ਭਾਈ ਸਦਾ ਆਨੰਦ ਦੇ ਘਰ ਵਜੀਆਂ ਚੈਨਾਈਆਂ ਜੀ, ਭਾਈ ਸਦਾ ਆਨੰਦ ਦੇ ਘਰ ਵਜੀਆਂ ਚੈਨਾਈਆਂ ਜੀ। ਮਾਤਾ ਪ੍ਰੇਮੋ ਜੀ ਦੀ ਗੋਦੀ ਜਨਮੇ ਜੈਤਾ ਜੀ, ਮਾਤਾ ਪ੍ਰੇਮੋ ਜੀ ਦੀ ਗੋਦੀ ਜਨਮੇ ਜੈਤਾ ਜੀ। ਉਹ ਦੂਰੋਂ ਨੇੜਿਓਂ ਆ ਕੇ ਦੇਵਨ ਲੋਕ ਵਧਾਈਆਂ, ਦੂਰੋਂ ਨੇੜਿਓਂ ਆ ਕੇ ਦੇਵਨ ਲੋਕ ਵਧਾਈਆਂ। ਸ਼ਸਤਰ ਵਿਦਿਆ ਕੋੜ ਸਵਾਰੀ ਸੇਵਾਦਾਰੀ ਹੈ, ਸ਼ਸਤਰ ਵਿਦਿਆ ਕੋੜ ਸਵਾਰੀ ਸੇਵਾਦਾਰੀ ਹੈ। ਭਾਈ ਖੂਬ ਸਫਲਤਾ ਭਾਈ ਜੈਤੇ ਪਿਆਰੇ ਜੀ, ਪਿਆਰੇ ਜੀ ਭਾਈ ਖੂਬ ਸਫਲਤਾ ਭਾਈ ਜੈਤੇ ਪਿਆਰੇ ਜੀ। ਬਾਣੀ ਪੜ੍ਹਨੀ ਸੁਣਨੀ ਗਾਉਣੀ ਪੈ ਵਿੱਚ ਆਣ ਕੇ, ਬਾਣੀ ਪੜ੍ਹਨੀ ਸੁਣਨੀ ਗਾਉਣੀ ਪੈ ਵਿੱਚ ਆਣ ਕੇ, ਬੰਧਨ ਮੁਕਤ ਹੋਏ ਜੀ ਭਾਈ ਜੈਤਾ ਪਿਆਰੇ ਜੀ, ਬੰਧਨ ਮੁਕਤ ਹੋਏ ਜੀ ਭਾਈ ਜੈਤਾ ਪਿਆਰੇ ਜੀ। ਜਿਵੇਂ ਗੁਰੂ ਨਾਨਕ ਸੰਗ ਰਹਿੰਦੇ ਭਾਈ ਮਰਦਾਨਾ ਜੀ, ਜਿਵੇਂ ਗੁਰੂ ਨਾਨਕ ਸੰਗ ਰਹਿੰਦੇ ਭਾਈ ਮਰਦਾਨਾ ਜੀ, ਤਿਵੇਂ ਦਸਮ ਪਿਤਾ ਸੰਗ ਭਾਈ ਜੈਤਾ ਪਿਆਰੇ ਜੀ, ਤਿਵੇਂ ਦਸਮ ਪਿਤਾ ਸੰਗ ਤਿਵੇਂ ਦਸਮ ਪਿਤਾ ਸੰਗ ਭਾਈ ਜੈਤਾ ਪਿਆਰੇ ਜੀ। ਜੀਵਨ ਦੇ ਕੇ ਜੀਵਨ ਪਾਇਆ ਜੀਵਨ ਸਿੰਘ ਜੀ ਨੇ, ਜੀਵਨ ਦੇ ਕੇ ਜੀਵਨ ਪਾਇਆ ਜੀਵਨ ਸਿੰਘ ਜੀ ਨੇ। ਉਹ ਰੰਗ ਰੇਟੇ ਗੁਰ ਕੇ ਬੇਟੇ ਸੱਚੇ ਸਾਹਿਬ ਉਚਾਰਦੇ, ਰੰਗ ਰੇਟੇ ਗੁਰ ਕੇ ਬੇਟੇ ਸੱਚੇ ਸਾਹਿਬ ਉਚਾਰਦੇ। ਓਂਕਾਰ ਸਿੰਘ ਜੀ ਸਿੰਘ ਭਗਵੰਤ ਗੁਰ ਭੇਜ ਜੀ, ਓਂਕਾਰ ਸਿੰਘ ਜੀ ਸਿੰਘ ਭਗਵੰਤ ਗੁਰ ਭੇਜ ਜੀ। ਨਿਸ਼ਾਨ ਨਿਹੰਗ ਸਿੰਘ ਸੇਵਕ ਸੀ ਸੱਚੇ ਦਰਬਾਰ ਦੇ, ਨਿਸ਼ਾਨ ਨਿਹੰਗ ਸਿੰਘ ਸੇਵਕ ਸੀ ਸੱਚੇ ਦਰਬਾਰ ਦੇ।
सिख इतिहास के पन्ने पढ़े जान तो पता लगता कि नौवें पातशाह श्री गुरु तेग बहादुर महाराज जी गुरु तमिल तो पहलो 1644 ईस्वी तो लैके 1664 ईस्वी तक मुख तौर पर बाबा बकाला विखे घोड़े विच बैठ के भजन बंदगी करते रहे, जिथे भाई सदानंद जी उन्हां दी सेवा विच हाजिर सन। भाई सदानंद जी का नाम गुरु तेग बहादुर महाराज जी के हुक्मनामिया विचों नंबर 13, 17, 21, 22 और 23 विच वेख्या जा सकता है, जिस तो सहजे ही अंदाजा लग जाता कि भाई सदानंद जी गुरु घर के विश्वास पात्र सन। आप गुरु घर के संत भी सन, सिपाही भी सी, प्रचारक भी सी, धर्म युद्ध विच प्रवीण सन। सन 1656 विच गुरु तेग बहादुर महाराज जी पहली यात्रा विच धर्म प्रचार वास्ते जाते हुए भाई सदानंद जी ने अपने नाल लै गए। इस यात्रा दौरान भाई सदानंद की शादी 13 अक्टूबर 1657 ईस्वी दिन ऐतवार संगरांद कत्तक नूं अलीगढ़ निवासी पंडित शिव नारायण की सपुत्री बीबी प्रेमो जी दे नाल गुरु तेग बहादुर महाराज जी ने करवाई। पंडितां दे बाईकाट करन ते शादी दे सारे प्रबंध गुरु जी ने संगतां तो आप करवाए। पंडितां दे विरोध कारण गलत प्रवाल नाल संबंध रखण करके मंगनी टुट गई सी। जदों गुरु जी नूं पता लगा उन्होंने सदानंद जी नूं दलासा दिता कि उन्हां दा विआह बीबी प्रेमो नाल ही होवेगा। सो इसे तरह गुरु तेग बहादुर महाराज पंडित शिव नारायण नूं समझा के भाई सदानंद दी शादी कोल नगर विखे करके 16 अक्टूबर 1657 ईस्वी नूं धर्म प्रचार करते हुए वापस बाबा बकाले पहुंच गए। भाई सदानंद जी समेत परिवार गुरु जी दे नाल धर्म प्रचार करन जांदे सन। पटना साहिब विखे पहुंचे, जिथे पोह सुदी सतवीं दिन मंगलवार 13 दसंबर 1661 ईस्वी नूं भाई सदानंद जी अते माता प्रेमो जी दे ग्रह विखे भाई जैते जी का प्रकाश होया। बालक का नाम गुरु तेग बहादुर महाराज जी ने भाई जैता रखिया और जिवें परिवार ने खुशियां मनाईया उस वेले दे नक्शे नूं मेरे नाल दे साथी हे ਇਉਂ ਬਿਆਨ ਕਰਦੇ ਹੈ। ਸਨ 1661 ਤੇ ਦਸੰਬਰ 13 ਜੀ ਸਦਾਨੰਦ ਉੱਤੇ ਹੋਈਆਂ ਰੱਬੀ ਮੇਰਾ ਜੀ ਸਦਾਨੰਦ ਉੱਤੇ ਹੋਈਆਂ ਰੱਬੀ ਮੇਰਾ ਜੀ ਉਹ ਸਤਿਗੁਰ ਦਿੱਤਾ ਉਹਨੂੰ ਪਿਆਰਾ ਲਾਲ ਜੀ ਭਾਈ ਜੈਤੀ ਦੇ ਜਨਮ ਦਾ ਸੁਣਾਵਾ ਹਾਲ ਜੀ ਜੈਤੀ ਦੇ ਜਨਮ ਦਾ ਸੁਣਾਵਾ ਹਾਲ ਜੀ ਮਾਤਾ ਜੀ ਪ੍ਰੇਮੋ ਕੋਲੋਂ ਸੁਣੇ ਲੋਰੀਆਂ ਬੇਬੇ ਨਾਨਕੀ ਤੋਂ ਖਾਵੇ ਹੋ ਤਨਤ ਚੂਰੀਆਂ ਬੇਬੇ ਨਾਨਕੀ ਤੋਂ ਖਾਵੇ ਉਹ ਤਨਿਤ ਚੂਰੀਆਂ ਉਹ ਸੁਣਦਾ ਕਹਾਣੀਆਂ ਉਹ ਨਾਲੋ ਨਾਲ ਜੀ ਜੈਤੇ ਦੇ ਜਨਮ ਦਾ ਸੁਣਾਵਾ ਹਾਲ ਜੀ ਜੈਤੇ ਦੇ ਜਨਮ ਦਾ ਸੁਣਾਵਾ ਹਾਲ ਜੀ ਉਹ ਨਵੇਂ ਪਾਤਸ਼ਾਹ ਨੇ ਨਾਮ ਆਪ ਰੱਖਿਆ ਜੇਠਾ ਨਹੀਂ ਹੈ ਜੈਤਾ ਗੁਰਾਂ ਆਪ ਦੱਸਿਆ ਜੇਠਾ ਨਹੀਂ ਹੈ ਜੈਤਾ ਗੁਰਾਂ ਆਪ ਦੱਸਿਆ ਚਿਹਰਾ ਪੱਖੇ ਨੂਰੀ ਵਾਂਗ ਹੈ ਮਿਸਾਲ ਜੀ ਜੈਤੇ ਦੇ ਜਨਮ ਦਾ ਸੁਣਾਵਾ ਹਾਲ ਜੀ ਜੈਤੇ ਦੇ ਜਨਮ ਦਾ ਸੁਣਾਵਾ ਹਾਲ ਜੀ ਘੋੜ ਸਵਾਰੀ ਤੇ ਨਿਸ਼ਾਨੇ ਬਾਜੀ ਜੀ ਨੇਜਾ ਬਾਜੀ ਕੁਸ਼ਤੀ ਤੇ ਤੀਰ ਅੰਦਾਜ਼ੀ ਜੀ ਨੇਜਾ ਬਾਜੀ ਕੁਸ਼ਤੀ ਤੇ ਤੀਰ ਅੰਦਾਜ਼ੀ ਜੀ ਉਹ ਰੰਗ ਪੱਖੇ ਦਿਨੋ ਦਿਨ ਲਾਲੋ ਲਾਲ ਜੀ ਜੈਤੇ ਦੇ ਜਨਮ ਦਾ ਸੁਣਾਵਾ ਹਾਲ ਜੀ ਜੈਤੇ ਦੇ ਜਨਮ ਦਾ ਸੁਣਾਵਾ ਹਾਲ ਜੀ ਉਹ ਸਿੱਖੀ ਹਿੰਦੀ ਫਾਰਸੀ ਪੰਜਾਬੀ ਅਰਬੀ ਉਹਨੂੰ ਜਾਂਦੀ ਸੀ ਜਵਾਨੀ ਦਿਨੋ ਦਿਨ ਚੜ੍ਹਦੀ ਉਹਨੂੰ ਜਾਂਦੀ ਸੀ ਜਵਾਨੀ ਦਿਨੋ ਦਿਨ ਚੜ੍ਹਦੀ ਉਹ ਹੋ ਗਿਆ ਗਿਆਨ ਨਾਲ ਮਾਲੋ ਮਾਲ ਜੀ
जैते दे जन्म दा सुनावा हाल जी, जैते दे जन्म दा सुनावा हाल जी। माता गुजरी तो सुने ने ते ओ कहानियां, जंगी खेड़ा खेड़े ओ ता नाल हानियां, जंगी खेड़ा खेड़े ओ ता नाल हानियां। ओ माता जी परम दा प्यारा लाल जी, जैते दे जन्म दा सुनावा हाल जी, जैते दे जन्म दा सुनावा हाल जी। खेड़दा उगत कह बेमसाल जी, गोविंद राय खेड़ा खेड़े ओदे नाल जी, गोविंद राय खेड़ा खेड़े ओदे नाल जी। ओ लौंदा है निशाने है तीरा दे कमाल जी, जैते दे जन्म दा सुनावा हाल जी, जैते दे जन्म दा सुनावा हाल जी। गुरु करे सेवा ओ ता करे नित जी, पढ़दा है बाणी हो के एक चित जी, पढ़दा है बाणी हो के एक चित जी। ओ गिल्ला ने सुनाए दिला दे ख्याल जी, जैते दे जन्म दा सुनावा हाल जी, जैते दे जन्म दा सुनावा हाल जी। भाई सदानंद जी गुरमुख सेवादार पड़वाड़ गुरु तो वरसोया होया, तन मन तन गुर चरणी अर्पण करके सेवा कमाउंदा रिया। भाई सदानंद ते बीबी लाजवंती प्रेमो दे ग्रह विखे दूसरे सपुत्र ने जन्म लिया, जिस दा नाम भाई संगत सिंह जी रखिया गया। पोस दी 8वीं 1723 बिक्रमी नूं संगत सिंह दा जन्म होया। बाबा जैता जी दा बचपन बड़े लाडां चावां ते मलाड़ां नाल गुजरिया। माता प्रेमो जी दी प्यार भिजियां लोड़ियां, वधिया भोजन सुंदर पैशाके पहनाई। बेबे नानकी जी अते माता गुजरी जी ने बड़ा रजवां प्यार दिता, हत्थी प्रशादा छकाउणा, सूरबीर जोधियां दीआं कहानियां सुणाउंदे ने, शस्त्र विद्या गतका खेडणा, तीर अंदाजी अते सारिआं विच निपुण कीता गया। दसम पातशाह जी आप बाबा जैता जी दे नाल खेडदे ने। इसे तरहां जिन्हां उस्तादां कोल श्री गुरु गोबिंद सिंह महाराज जी ने विद्या पढ़ाई गई, उन्हां उस्तादां दे कोलों ही बाबा जैता जी नूं विद्या पढ़ाई गई है। उन्हां उस्तादां दे कोलों ही बाबा जी ने अरबी फारसी की भाषा का ज्ञान करवाया गया। संगीत अते गुरबाणी का ज्ञान अपने पिता भाई सदानंद तो किया। इस तरह बाबा जी गुरबाणी सेवा सिमरन करन दी लगन लगी। आप जी गुरु घर विच बेअंत सेवा करदे सिमरन करदे, जिस वेले हिंदुस्तान दी धरती ते बादशाह औरंगजेब दा राज आया, उसने अपने सांडू नूं कश्मीर दा सूबेदार थाप के बादशाह ने हुक्म ना कश्मीर दे पंडितां दे उत्ते इन्ने जुल्म कीते गए। पंडित दुखी होके कृपा राम दी गवाही विच पंडितां दा एक टोला श्री आनंदपुर साहिब विखे 9वें पातशाह श्री गुरु तेग बहादुर महाराज जी दे शरण विच आके बेनती कीती कि साडे धर्म नूं खतरा है, महाराज साडा धर्म बचाओ। उस वेले गुरु जी इन्हां पंडितां दी बेनती मन के दिल्ली जाण वास्ते तैयार होए। सतगुरु जी ने अपने प्यारे सिख भाई मतीदास, भाई सतीदास, भाई जैता जी, भाई दयाला, भाई उदय सिंह जी, भाई गुरदत्ता जी दे नाल 20 जुलाई 1675 ईस्वी नूं दिल्ली वल चाले पाए। 15 सितंबर 1675 ईस्वी नूं गुरु जी ने अपने सिखां समेत हकूमत दे डर तो नहीं हकूमत नूं ललकार के आगरे तो गिरफ्तार करके दिल्ली विच कैद कर दिता गया। हकूमत ने कैद कर लिया। दिल्ली दी धरती ते ही 9वें पातशाह ने 57 सलोक लिखे जो भोग समय पढ़े जाते हैं अचारे। इत्थे एक दिन गुरु जी ने भाई जैता, भाई उदय सिंह जी, भाई गुरदत्ता जी की ड्यूटी लाई गई कि 57 सलोक ते गड़ियाई की समगरी 5 पैसे नारियल गड़ियाई तिलक दे के जेल दे विच्चों
ਔਰੰਗਜ਼ੇਬ ਦੀ ਬੇਟੀ ਜ਼ਲੈਬ ਨੀਸ਼ਾ ਅਤੇ ਚਾਂਦਨੀ ਚੌਂਕ ਦੇ ਦੜੋਗੇ ਖਾਨ ਅਬਦੁੱਲਾ ਦੀ ਮਦਦ ਨਾਲ ਬਾੜ ਕਰ ਦਿੱਤਾ। ਦਸਮੇਸ਼ ਪਿਤਾ ਦੇ ਪਾਸ ਭਾਈ ਜੈਤਾ ਜੀ ਆਨੰਦਪੁਰ ਵਿਖੇ ਭੇਜਿਆ ਗਿਆ। ਆਨੰਦਪੁਰ ਵਿਖੇ ਪਹੁੰਚ ਕੇ ਬਾਬਾ ਜੀ ਨੇ 57 ਸਲੋਕ ਤੇ ਗੜਿਆਈ ਦੀ ਸਾਰੀ ਸਮੱਗਰੀ ਗੁਰੂ ਜੀ ਨੂੰ ਸੌਂਪ ਦਿੱਤੀ ਹੈ। ਬਾਬਾ ਜੀ ਵੱਲੋਂ ਦੱਸੇ ਗਏ ਹਾਲਾਤਾਂ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਝ ਗਏ ਕਿ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਅਟਲ ਹੈ। ਸਤਿਗੁਰੂ ਜੀ ਨੇ ਭੜੇ ਦੀਵਾਨ ਵਿੱਚ ਬੈਠੀ ਹੋਈ ਸੰਗਤ ਨੂੰ ਸੰਬੋਧਨ ਕਰਕੇ ਕਿਹਾ, ਨੌਵੇਂ ਪਾਤਸ਼ਾਹ ਦੀ ਸ਼ਹੀਦੀ ਟਲ ਹੈ, ਸੋ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਧੜ ਅਤੇ ਸੀਸ ਦੀ ਸੇਵਾ ਕਰਨ ਵਾਸਤੇ ਕੋਈ ਸੂਰਮਾ ਉੱਠੇ, ਕੋਈ ਯੋਧਾ ਉੱਠੇ, ਜਿਵੇਂ ਮੇਰੇ ਕਲਗੀਆਂ ਵਾਲੇ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤਾਂ ਨੂੰ ਸੰਬੋਧਨ ਕਰਦੇ ਨੇ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਭਾਈ ਭਗਵੰਤ ਸਿੰਘ ਦੀ ਆਵਾਜ਼ ਵਿੱਚ ਸੁਣੋ, ਇਵੇਂ ਬਿਆਨ ਕੀਤਾ ਜਾ ਰਿਹਾ। ਗੁਰੂ ਜੀ ਦਿੱਲੀ ਗਏ ਨੇ ਕਰਨੇ ਕੁਰਬਾਨੀ, ਉਹਨਾਂ ਵਰਗਾ ਜੱਗ ਤੇ ਨਹੀਂ ਹੋਣਾ ਦਾਨੀ। ਉਹ ਹੈ ਕੋਈ ਐਸਾ ਸੂਰਮਾ ਸੀਸ ਤਲੀ ਟਿਕਾਵੇ, ਦਿੱਲੀਓ ਜਾ ਕੇ ਗੁਰਾਂ ਦਾ ਕੋਈ ਸੀਸ ਲਿਆਵੇ। ਪੰਡਤਾਂ ਕੀਤੀ ਬੇਨਤੀ ਜਾਂ ਸਤਿਗੁਰ ਅੱਗੇ, ਗੁਰੂ ਜੀ ਸਾਡੇ ਧਰਮ ਨੂੰ ਤੱਤੀ ਵਾ ਨਾ ਲੱਗੇ। ਤੁਹਾਡੇ ਬਾਜੋਂ ਕੌਣ ਜੋ ਹਿੰਦ ਧਰਮ ਬਚਾਵੇ, ਦਿੱਲੀਓਂ ਜਾ ਕੇ ਗੁਰਾਂ ਦਾ ਕੋਈ ਸੀਸ ਲਿਆਵੇ। ਜ਼ੁਲਮ ਨੇ ਘੇਰਾ ਪਾ ਲਿਆ ਸੀ ਚਾਰ ਚੁਫੇਰੇ, ਦਿੱਲੀ ਦੇ ਵਿੱਚ ਕੌਣ ਸੀ ਜੈਤਿਆ ਬਾਜੋਂ ਤੇਰੇ। ਕੌਣ ਸਿੱਖ ਜਾਂ ਮੁਸਲਮਾਨ ਕੋਈ ਸਮਝ ਨਾ ਆਵੇ, ਦਿੱਲੀਓਂ ਜਾ ਕੇ ਗੁਰਾਂ ਦਾ ਕੋਈ ਸੀਸ ਲਿਆਵੇ। ਉੱਠੋ ਕੋਈ ਯੋਧਿਓ ਕੋਈ ਜਾਵੇ ਸੂਰਾ, ਹੈ ਕੋਈ ਐਸਾ ਸੂਰਮਾ ਕਰਨੀ ਦਾ ਪੂਰਾ। ਉਹ ਜਾ ਕੇ ਸਤਿਗੁਰਾਂ ਦੇ ਸੀਸ ਦੀ ਕੋਈ ਇੱਜ਼ਤ ਬਚਾਵੇ, ਦਿੱਲੀਓਂ ਜਾ ਕੇ ਗੁਰਾਂ ਦਾ ਕੋਈ ਸੀਸ ਲਿਆਵੇ। ਉੱਠਿਆ ਨਾ ਕੋਈ ਸੂਰਮਾ ਗੱਲ ਗੁਰਾਂ ਦੀ ਸੁਣ ਕੇ, ਸਾਰੇ ਹੋ ਗਏ ਚੁੱਪ ਜੋ ਦੁੱਖ ਪੀਂਦੇ ਪੁਣਕੇ। ਉਹ ਜਾਂਦਾ ਕੋਈ ਕਿਉਂ ਨਹੀਂ ਸਾਨੂੰ ਗੱਲ ਸਮਝਾਵੇ, ਦਿੱਲੀਓਂ ਜਾ ਕੇ ਗੁਰਾਂ ਦਾ ਕੋਈ ਸੀਸ ਲਿਆਵੇ। ਸੰਗਤ ਦੇ ਵਿੱਚ ਮੱਚ ਗਈ ਸੀ ਕਾਵਾਂ ਰੌਲੀ, ਇੱਕ ਇੱਕ ਕਰਕੇ ਖਿਸਕ ਗਏ ਉਹ ਹੌਲੀ ਹੌਲੀ। ਉਹ ਰੰਗਾ ਬੜਾ ਹੀ ਜ਼ਾਲਮ ਹੈ ਲਿੱਤ ਕਹਿਰ ਕਮਾਵੇ, ਦਿੱਲੀਓਂ ਜਾ ਕੇ ਗੁਰਾਂ ਦਾ ਕੋਈ ਸੀਸ ਲਿਆਵੇ। ਜਿਸ ਵੇਲੇ ਕਲਗੀਆਂ ਵਾਲੇ ਮਹਾਰਾਜ ਨੇ ਭੜੇ ਦੀਵਾਨ ਵਿੱਚ ਬੈਠੀ ਹੋਈ ਸੰਗਤ ਨੂੰ ਸੰਬੋਧਨ ਕੀਤਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਧੜ ਅਤੇ ਸੀਸ ਲਿਆਉਣ ਦੇ ਜੋਖਮ ਭੜੇ ਕੰਮ ਦੀ ਜ਼ਿੰਮੇਵਾਰੀ ਲਈ ਨੇ ਡਰ ਸੂਰਮੇ ਦੀ ਮੰਗ ਕੀਤੀ। ਚਾਰੇ ਪਾਸੇ ਚੁੱਪ ਦਾ ਸਨਾਟਾ ਸਾ ਗਿਆ। ਜਿਸ ਵੇਲੇ ਕੋਈ ਨਾ ਉੱਠਿਆ ਤਾਂ ਉਸ ਵੇਲੇ ਬਾਬਾ ਜੈਤਾ ਜੀ ਨੇ ਸਤਿਗੁਰੂ ਕੋਲੋਂ ਆ ਕੇ ਇਸ ਕੰਮ ਦੀ ਜ਼ਿੰਮੇਵਾਰੀ ਮੰਗੀ, ਬੇਨਤੀ ਕੀਤੀ, ਮਹਾਰਾਜ ਮੈਨੂੰ ਆਗਿਆ ਬਖਸ਼ੋ, ਮੈਂ ਇਸ ਕੰਮ ਵਾਸਤੇ ਸਿਰੇ ਚਾੜਾਂਗਾ। ਦਰਬਾਰੀ ਕਵੀ 10 ਗੁਰੂ ਕਥਾ ਵਿੱਚ ਬਿਆਨ ਕਰਦੇ ਨੇ, ਐਸਾ ਹੋਵੇ ਐਸਾ ਸਿੱਖ ਮਵੇ, ਸਤਿਗੁਰੂ ਕਹਿ ਸੁਣਾਏ ਸੀਸ ਮਾੜੇ ਪਿਤਾ ਕਾ ਤੈ ਬਹੁ ਜਾ ਲਾਏ। ਉਹ ਸਭ ਚੁੱਪ ਕਰਦੇ, ਮਜ਼ਬੀ ਉੱਠ ਕੇ ਹੋਇਆ, ਮੈਂ ਉਦਮ ਕਰੂੰਗਾ, ਹੋਈ ਸੋ ਹੋਣਾ ਹੋਇਆ। ਇਸੇ ਤਰ੍ਹਾਂ ਬਾਬਾ ਜੈਤਾ ਜੀ ਨੇ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਭੇਸ ਬਦਲ ਕੇ ਦਿੱਲੀ ਵੱਲ ਨੂੰ ਚੱਲ ਪਏ। ਦਿੱਲੀ ਵਿੱਚ ਆਪਣੇ ਪਿਤਾ ਆਪਣੇ ਤਾਇਆ ਆਗਿਆ ਰਾਮ ਦੇ ਘਰ ਭਾਈ ਕਲਿਆਣ ਦੀ ਧਰਮਸ਼ਾਲਾ ਪਿੰਡ ਰਾਏ ਸਿੰਨਾ ਵਿੱਚ ਪਹੁੰਚ ਗਏ, ਜਿੱਥੇ ਭਾਈ ਆਗਿਆ ਰਾਮ ਜੀ, ਭਾਈ ਸਦਾਨੰਦ ਜੀ, ਭਾਈ ਗੁਰਦਿੱਤਾ ਜੀ ਪਹਿਲਾਂ ਹੀ ਮੌਜੂਦ ਸੀ। ਬਾਬਾ ਜੈਤਾ ਜੀ ਨੇ ਸਾਰੇ ਸਿੱਖਾਂ ਨੂੰ ਗੁਰੂ ਜੀ ਦੇ ਬਚਨ ਸੁਣਾਏ, ਆਪਣੇ ਲੱਗੀ ਹੋਈ ਡਿਪਟੀ ਬਾਰੇ ਦੱਸਿਆ। ਸਮਾਂ ਪਾ ਕੇ ਦਸਮ ਪਾਤਸ਼ਾਹ ਜੀ ਦਾ ਪੱਤਰ ਨੌਵੇਂ ਪਾਤਸ਼ਾਹ ਦੇ ਤੱਕ ਪਹੁੰਚਾ ਦਿੱਤਾ। ਇਹਨਾਂ ਸਾਰੇ ਸਿੱਖਾਂ ਨੇ ਸ਼ਹਾਦਤ ਤੋਂ ਬਾਅਦ ਗੁਰੂ ਜੀ ਦੇ ਧੜ ਅਤੇ ਸੀਸ ਨੂੰ ਲਿਆਉਣ ਦੀ ਯੋਜਨਾ ਬਣਾ ਲਈ। 11 ਨਵੰਬਰ 1675 ਈਸਵੀ ਨੂੰ ਵੀਰਵਾਰ ਵਾਲੇ ਦਿਨ
ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਚਾਂਦਨੀ ਚੌਂਕ ਵਿਖੇ ਲਿਆਂ ਕੇ ਸਮਾਣੇ ਦੇ ਜਲਾਦ ਜਲਾਲੋਦੀਨ ਅਤੇ ਕਾਜ਼ੀ ਅਬਦੁੱਲਾ ਨੇ ਸੁਣਾਏ ਫਤਵੇ ਅਨੁਸਾਰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਗੁਰੂ ਜੀ ਦੀ ਸ਼ਹਾਦਤ ਹੋਈ ਦਿੱਲੀ ਵਿੱਚ ਹਾਹਾਕਾਰ ਮੱਚ ਗਈ। ਜਨਤਾ ਦੇ ਇਕੱਠ ਵਿੱਚ ਭਾਈ ਜੈਤਾ ਜੀ, ਭਾਈ ਸਦਾਨੰਦ ਜੀ, ਭਾਈ ਆਗਿਆ ਰਾਮ, ਭਾਈ ਉਦੇ ਜੀ ਤੇ ਭਾਈ ਗੁਰਦਿੱਤਾ ਜੀ ਵੇਖ ਰਹੇ ਸੀ। ਬਾਅਦ ਵਿੱਚ ਇਹ ਸਾਰੇ ਸਿੱਖ ਭਾਈ ਕਲਿਆਣ ਦੀ ਧਰਮਸ਼ਾਲਾ ਵਿੱਚ ਚਲ ਗਏ। ਜਾੜਾ 12 ਨਵੰਬਰ ਸੰਨ 1675 ਈਸਵੀ ਦੀ ਰਾਤ ਭਾਈ ਜੈਤਾ ਜੀ ਨੇ ਸਿੱਖਾਂ ਸਮੇਤ ਉਸ ਸਥਾਨ ਤੇ ਪਹੁੰਚੇ ਜਿੱਥੇ ਗੁਰੂ ਜੀ ਦੀ ਸ਼ਹਾਦਤ ਹੋਈ ਸੀ। ਬਣੇ ਹੋਏ ਪ੍ਰੋਗਰਾਮ ਅਨੁਸਾਰ ਭਾਈ ਜੈਤਾ ਜੀ ਨੇ ਪੱਥਰ ਦਿਲ ਕਰਕੇ ਆਪਣੇ ਪਿਤਾ ਭਾਈ ਸਦਾਨੰਦ ਜੀ ਦਾ ਸੀਸ ਕੱਟ ਦਿੱਤਾ ਅਤੇ ਧੜ ਨੂੰ ਧੜ ਦੇ ਨਾਲ ਸੀਸ ਦੇ ਨਾਲ ਸੀਸ ਨੂੰ ਵਟਾ ਲਿਆ। ਗੁਰੂ ਜੀ ਦੇ ਧੜ ਨੂੰ ਘੋੜੇ ਤੇ ਰੱਖ ਕੇ ਭਾਈ ਕਲਿਆਣੀ ਦੀ ਧਰਮਸ਼ਾਲਾ ਵਿੱਚ ਲਿਆ ਕੇ ਸੰਸਕਾਰ ਕਰ ਦਿੱਤਾ ਅਤੇ ਸੀਸ ਲੈ ਕੇ ਬਾਬਾ ਜੈਤਾ ਜੀ ਦਿੱਲੀ ਤੋਂ ਆਨੰਦਪੁਰ ਸਾਹਿਬ ਜੀ ਨੂੰ ਜਿਵੇਂ ਚਾਲੇ ਪਾਏ ਉਸ ਵੇਲੇ ਦੇ ਨਕਸ਼ੇ ਨੂੰ ਮੇਰੇ ਨਾਲ ਦੇ ਸਾਥੀ ਹੈ ਇਉਂ ਬਿਆਨ ਕਰਦੇ ਆ। ਲੈ ਕੇ ਆ ਗਿਆ ਗੁਰੂ ਦਸ਼ਮੇਸ਼ ਤੋਂ ਪਹੁੰਚੇ ਦਿੱਲੀ ਆਣ ਕੇ ਸੇਵਾ ਨੂੰ ਕਮਾਉਣ ਦੇ ਲਈ ਬਾਬਾ ਸਾਹਿਬ ਜੀ ਫਰਜ਼ ਪਛਾਣ ਕੇ ਸੇਵਾ ਨੂੰ ਕਮਾਉਣ ਦੇ ਲਈ ਬਾਬਾ ਸਾਹਿਬ ਜੀ ਫਰਜ਼ ਪਛਾਣ ਕੇ ਉਹ ਕਰਨੀ ਹੈ ਸੇਵਾ ਅਸਾਂ ਗੁਰੂ ਕਰ ਦੀ ਫੁਰਨੇ ਨੇ ਫੁਰਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇਵੇ ਅੰਤ ਬੰਦੀ ਸਿੰਘ ਸੂਰਮੇ ਦੱਸ ਦੇ ਵਿਚਾਰ ਨੂੰ ਵੱਢ ਲਿਆ ਸੀਸ ਪਿਤਾ ਜੀ ਪਿਆਰੇ ਦਾ ਮਾਰ ਤਲਵਾਰ ਨੂੰ ਵੱਢ ਲਿਆ ਸੀਸ ਪਿਤਾ ਜੀ ਪਿਆਰੇ ਦਾ ਮਰ ਤਲਵਾਰ ਨੂੰ ਧੜ ਨਾਲ ਧੜ ਸੀਸ ਨਾ ਵਟਾ ਲਿਆ ਮੰਜ਼ਲ ਨੂੰ ਹੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਧੜ ਲੈ ਗਿਆ ਚੁੱਕ ਵਿੱਚ ਧਰਮਸ਼ਾਲਾ ਦੇ ਸਸਕਾਰ ਕਰਤਾ ਦੇ ਕੇ ਕੁਰਬਾਨੀ ਭਾਈ ਸਦਾਨੰਦ ਨੇ ਉਪਕਾਰ ਕਰਤਾ ਦੇ ਕੇ ਕੁਰਬਾਨੀ ਭਾਈ ਸਦਾਨੰਦ ਨੇ ਉਪਕਾਰ ਕਰਤਾ ਪੀ ਲਿਆ ਸ਼ਹਾਦਤ ਦਾ ਜਾਮ ਸੂਰ ਮੇ ਵੀਰ ਬਾਕੇ ਗੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਪਾ ਕੇ ਸ਼ਹੀਦੀ ਗੁਰੂ ਨੌਵੇਂ ਪਾਤਸ਼ਾਹ ਰਾਖੀ ਹਿੰਦ ਦੀ ਕਰੀ ਨੱਕ ਨੱਥ ਜ਼ਾਲਮਾਂ ਨੂੰ ਪਾਉਣ ਦੇ ਲਈ ਫੀਸ ਸੀਸ ਦੀ ਪਰੀ ਨੱਕ ਨੱਥ ਜ਼ਾਲਮਾਂ ਨੂੰ ਪਾਉਣ ਦੇ ਲਈ ਫੀਸ ਸੀਸ ਦੀ ਪਰੀ ਉਹ ਵਾਰ ਕੇ ਤੇ ਸੀਸ ਜੰਜੂ ਨੂੰ ਬਚਾ ਲਿਆ ਵੱਲ ਆਨੰਦਪੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਚੁੱਕ ਕੇ ਤੇ ਸੀਸ ਸੀਨੇ ਨਾਲ ਲਾ ਲਿਆ ਰਸਤੇ ਨੇ ਮੱਲ ਲੇ ਸੀਸ ਲੈ ਕੇ ਫਿਰ ਗੁਰੂ ਨੌਵੇਂ ਸਾਹਿਬ ਦਾ ਬਾਬਾ ਜੈਤਾ ਚੱਲ ਪਏ ਸੀਸ ਲੈ ਕੇ ਫਿਰ ਗੁਰੂ ਨੌਵੇਂ ਸਾਹਿਬ ਦਾ ਬਾਬਾ ਜੈਤਾ ਚੱਲ ਪਏ ਸੀਸ ਹੈ ਪਹੁੰਚਾਉਣਾ ਵਿੱਚ ਆਨੰਦਪੁਰ ਦੇ ਵਾਹੂ ਵਾਹੀ ਤੁਰਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਰਾਤ ਹੈ ਹਨੇਰੀ ਪਿੰਡਾ ਵੀ ਹੈ ਬਿਖੜਾ ਪੰਧ ਨੂੰ ਮਕਾਵਦਾ ਮਨ ਚ ਵੈਰਾਗ ਦਿਲ ਬੜੀ ਸ਼ਰਦਾ ਪਾਣੀ ਮੁੱਖੋਂ ਗਾਵਦਾ ਮਨ ਚ ਵੈਰਾਗ ਦਿਲ ਬੜੀ ਸ਼ਰਦਾ ਬਾਣੀ ਮੁੱਖੋਂ ਗਾਵਦਾ ਤਨ ਮਨ ਭੇਟਾ ਗੁਰੂ ਜੀ ਚੜਾ ਦਿੱਤਾ ਬਣੇ ਸਿੱਖ ਗੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਸੀਸ ਲੈ ਗੋਰਾਂ ਦਾ ਬਾਬਾ ਜੈਤਾ ਜੀ ਤੁਰੇ ਵੱਲ ਆਨੰਦਪੁਰ ਦੇ ਮੰਜ਼ਲ ਮੁਕਾ ਕੇ ਕਠਿਨਾਈਆਂ ਕੱਟ ਕੇ ਪਹੁੰਚ ਗਏ ਨੇ ਆਏ ਕੇ
दस देने सारी वारता ओ साहब नू सीस नू चुकाए के दस देने सारी वारता ओ साहब नू सीस नू चुकाए के अखियां चू नीर बाबे जेत देवगे जो पत्थर खुरदे सीस लै गोरां दा बाबा जैता जी तुरे वल आनंदपुर दे सीस लै गोरां दा बाबा जैता जी तुरे वल आनंदपुर दे सीस है फड़ाया आप नवें गुरां दा पिता दशमेश नू दस दित्ती कहानी सारी दिल्ली जो बीती आण के नरेश नू दस दित्ती कहानी सारी दिल्ली जो बीती आण के नरेश नू जालम बड़े ने ओ कहर टौंदे पारे ना किती ते चोर दे सीस लै गोरां दा बाबा जैता जी तुरे वल आनंदपुर दे सीस लै गोरां दा बाबा जैता जी तुरे वल आनंदपुर दे छाती नाल लाके गुरां बाबे जैते नू मुख चों उचारिया ए है रंग रेटा बेटा गुरु साहब दा कहके सत्कारिया ए है रंग रेटा बेटा गुरु साहब दा कहके सत्कारिया ओही दा नूर मान लाल वारा गाउणगे विच उच्ची सुर दे सीस लै गोरां दा बाबा जैता जी तुरे वल आनंदपुर दे सीस लै गोरां दा बाबा जैता जी तुरे वल आनंदपुर दे संसार दे इतिहास विच पहली उदाहरण है कि कोई चेला अपने पिता दा सीस कट के गुरु दे सीस दी जगह रख के अपने समामी गुरदेव गुरु गोबिंद सिंह महाराज जी नू उन्हां दे पिता श्री गुरु तेग बहादुर जी दा सीस अपनी जान नू जोखम विच पा के धरदा संस्कार अपने पुरखां दे घर करके सीस संभाल के इज्जत कदर दे नाल आनंदपुर साहिब विखे 322 किलोमीटर दा सफर पेश करके सफर करके पेश करदा है। इह सुपनमई घटना लगदी है पर है सच बिल्कुल 100% सच। ता ही रंगरेटे गुरु के बेटे अखवाया बाबा जैता जी गुरु दा सीस लैके दिल्ली तो चल पे कीर्तपुर साहिब विखे पहुंचे उत्थे सिखां दे हथ कलगियां वाले महाराज जी नूं सुनेहा भेजिया गया सुनेहा मिलदियां सार कलगियां वाले गुरदेव गुरु गोबिंद सिंह महाराज संगतां नूं लैके कीर्तपुर साहिब विखे पहुंचे ने इत्थे नामी पातशाह दा सीस पालकी विच रख के भाई जैता जी दे सीस तों चुक के बड़े सत्कार दे नाल फुल्लां दी वरखा करदे होए आनंदपुर पहुंच गए। आनंदपुर साहिब पहुंच के पालकी नूं बड़े सत्कार दे नाल गुरु जी दे सीस नूं गुलाब दे पानी दा इशनान करवा के चंदन दी चिखा चिन के संस्कार कीता गया। संस्कार करन तों बाद भड़े दवान विच भाई जैता जी दे महान कार्ज दी सिफत गुरु जी ने कीती अते बाबा जैता जी नूं छाती नाल ला के बेअंत वर दित्ते। दशमेश पिता जी ने कहा रंगड़ेटा तू गुरु का बेटा तू तन मन कीता सिखी दी भेटा। सतगुरु जी कहन लगे कि गुरु दे इस बेटे ने सिख धर्म नूं लोप नहीं होण दित्ता अणख ते गैरत नूं लाज नहीं लगन दित्ती। इस दा एक कारनामा संसार दे इतिहास विच लसानी रहेगा। सतगुरु महाराज भाई जैते नूं पुछ रहे ने जैत्या तेरे बाजों दिल्ली विच होर सिख किन्ने कसी। बाबा जी कहन लगे कि समा ऐसा नहीं सी कि उत्थे सिख नजर आउंदे होण जे कोई आए सी ते ओह भेस वटा के आए सी। गुरु गोबिंद सिंह महाराज कहन लगे कि इहो जिहा समा बना देवांगा कि मेरा सिख लखां विच भी खड़ोता होवेगा ते ओह लुक नहीं सकेगा। सेवा जग ते बणू मिसाल तेरी। सतगुरु जैते नूं कहन वडिया के ते दस किन्ने को सिख सन होर इत्थे शहनशाह पुछदे इउं फड़मा के ते बेअंत सिख सी दिल्ली दे विच दाता क्या जैता जी हाल सुना के ते कोई सिख दी नहीं सी पछाण आउंदी आए इत्थे जो भेस वटा के ते ऐसी शान चमकावांगा खालसे दी। बोले दशमेश जी जोश विच आ के ते जड़ जुल्म दी मुढ तों पुट देनी ऐसा खालसा देउ सजा के ते गाँव गरीब दी सदाए कड़ू राखी ते जालमां नूं डक्का पा के ते निशान सिंघा हुण जुल्म मिटा देना ते रखनी जबड़ी शम्मा बुझा के ते मेरे कलगियां वाले गुरदेव गुरु गोबिंद सिंह महाराज
ਜੈਤੇ ਨੂੰ ਛਾਤੀ ਦੇ ਨਾਲ ਲਾਉਂਦਿਆਂ ਖਾਲਸਾ ਪੰਥ ਸਾਜਣ ਵਾਸਤੇ ਜਿਵੇਂ ਫੜਮਾ ਰਹੇ ਨੇ ਉਸ ਵੇਲੇ ਦੇ ਨਕਸ਼ੇ ਨੂੰ ਵੀਰ ਗੁਰਭੇਜ ਸਿੰਘ ਜੀ ਕਲਸੀਆਂ ਵੀਰ ਭਗਵੰਤ ਸਿੰਘ ਜੀ ਮਹਿੰਦੀਪੁਰ ਵਾਲੇ ਇਹਨਾਂ ਲੈਣਾ ਦੇ ਰਾਹੀਂ ਹੇ ਇੰਜ ਬਿਆਨ ਕਰਦੇ ਨੇ ਜੈਤੇ ਕੋਲੋਂ ਗੁਰਾ ਸੁਣ ਲੈ ਬਿਆਨ ਜੀ ਜੈਤੇ ਕੋਲੋਂ ਗੁਰਾ ਸੁਣ ਲੈ ਬਿਆਨ ਜੀ ਗੁਰੂ ਸਾਹਿਬ ਜੀ ਨੇ ਕਰਤਾ ਐਲਾਨ ਜੀ ਗੁਰੂ ਸਾਹਿਬ ਜੀ ਨੇ ਕਰਤਾ ਐਲਾਨ ਜੀ ਹੁਣ ਠੱਲ ਦੇਣਾ ਜ਼ੁਲਮੀ ਤੂਫਾਨ ਜੀ ਹੁਣ ਠੱਲ ਦੇਣਾ ਜ਼ੁਲਮੀ ਤੂਫਾਨ ਜੀ ਗੁਰੂ ਜੈਤੇ ਨੂੰ ਸੁਣਾਉਂਦੇ ਘੁੱਟ ਘੁੱਟ ਛਾਤੀ ਲਾਉਂਦੇ ਏਦਾਂ ਮੁੱਖੋਂ ਫਰਮਾਉਂਦੇ ਪਾਪ ਰੁਕਣਾ ਨੇ ਬਿਨਾਂ ਛਾਤੀ ਤਾਣਿਆ ਐਸਾ ਇੱਕ ਸਿੰਘ ਸਾਜ ਤੋਂ ਜਿਹੜਾ ਲੱਖਾਂ ਵਿੱਚੋਂ ਜਾਵੇਗਾ ਪਛਾਣਿਆ ਐਸਾ ਇੱਕ ਸਿੰਘ ਸਾਜ ਤੋਂ ਪਿਤਾ ਦੀ ਸ਼ਹੀਦੀ ਵਾਲਾ ਪਾਉਣਾ ਏ ਬੋਲ ਪਿਤਾ ਦੀ ਸ਼ਹੀਦੀ ਵਾਲਾ ਪਾਉਣਾ ਏ ਨਵਾਂ ਰੰਗ ਇੱਕ ਸਿੱਖੀ ਤੇ ਲਿਆਉਣਾ ਏ ਨਵਾਂ ਰੰਗ ਇੱਕ ਸਿੱਖੀ ਤੇ ਲਿਆਉਣਾ ਏ ਅਸੀਂ ਹੁਕਮ ਅਸੀਂ ਹੁਕਮ ਅਸੀਂ ਹੁਕਮ ਅਕਾਲ ਦਾ ਵਜਾਉਣਾ ਏ ਅਸੀਂ ਹੁਕਮ ਅਕਾਲ ਦਾ ਵਜਾਉਣਾ ਹੈ ਨੱਥ ਜ਼ਾਲਮਾਂ ਨੂੰ ਪਾਉਣੀ ਗੱਲ ਫੇਰ ਸੂਤ ਆਉਣੀ ਤੁਹਾਨੂੰ ਤੇਗ ਹੈ ਫੜਾਉਣੀ ਦੁੱਧ ਜਾਵੇਗਾ ਪਾਣੀ ਦੇ ਵਿੱਚੋਂ ਛਾਣਿਆ ਐਸਾ ਇੱਕ ਸਿੰਘ ਸਾਜ ਤੋਂ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਾਵੇਗਾ ਪਛਾਣਿਆ ਐਸਾ ਇੱਕ ਸਿੰਘ ਸਾਜ ਤੋਂ ਪਾਣੀ ਧੁਰ ਕੀ ਆਈਏ ਉਹਨੂੰ ਪੜੇਗਾ ਪਾਣੀ ਧੁਰ ਕੀ ਆਈਏ ਉਹਨੂੰ ਪੜੇਗਾ ਸੀਨਾ ਤਾਣ ਕੇ ਮੈਦਾਨ ਵਿੱਚ ਖੜੇਗਾ ਸੀਨਾ ਤਾਣ ਕੇ ਸੀਨਾ ਤਾਣ ਕੇ ਸੀਨਾ ਤਾਣ ਕੇ ਮੈਦਾਨ ਵਿੱਚ ਖੜੇਗਾ ਕੱਲਾ ਕੱਲਾ ਉਹ ਲੱਖਾਂ ਦੇ ਨਾਲ ਲੜੇਗਾ ਕੱਲਾ ਉਹ ਲੱਖਾਂ ਦੇ ਨਾਲ ਲੜੇਗਾ ਚਿੜੀ ਬਾਜਾ ਨਾਲ ਲੜਾ ਦੂੰ ਸ਼ੇਰ ਗਿੱਦੜੋਂ ਬਣਾ ਦੂੰ ਸਵਾ ਲੱਖ ਨਾਲ ਲੜਾ ਦੂੰ ਉਹਦੇ ਖੜਨਾ ਨੀ ਮੂਰੇ ਜਰਵਾਣਿਆ ਐਸਾ ਇੱਕ ਸਿੰਘ ਸਾਜ ਤੋਂ ਜਿਹੜਾ ਲੱਖਾਂ ਵਿੱਚੋਂ ਜਾਵੇਗਾ ਪਛਾਣਿਆ ਐਸਾ ਇੱਕ ਸਿੰਘ ਸਾਜ ਤੋਂ ਉਹ ਕਰੇਗਾ ਜਹਾਨੀ ਉੱਤੇ ਰਾਜ ਬਈ ਉਹ ਕਰੇਗਾ ਜਹਾਨੀ ਉੱਤੇ ਰਾਜ ਬਈ ਕੁੱਲ ਰਾਜੇ ਉਹਦੇ ਹੋਣਗੇ ਮੱਥਾਜ ਬਈ ਕੁੱਲ ਰਾਜੇ ਉਹਦੇ ਹੋਣਗੇ ਮੱਥਾਜ ਬਈ ਉਹਦੇ ਪੈਰਾਂ ਵਿੱਚ ਰੋਲਣਗੇ ਤਾਜ ਬਈ ਉਹਦੇ ਪੈਰਾਂ ਵਿੱਚ ਉਹਦੇ ਪੈਰਾਂ ਵਿੱਚ ਉਹਦੇ ਪੈਰਾਂ ਵਿੱਚ ਰੁਲਣਗੇ ਤਾਜ ਬਈ ਉੱਚੇ ਝੂਲਣਗੇ ਝੰਡੇ ਸਿੰਘ ਚੁੱਕਣਗੇ ਖੰਡੇ ਪੈਣੇ ਪਖੰਡੀਆਂ ਨੂੰ ਡੰਡੇ ਨਹੀਂ ਲੱਭਣਾ ਮਸੰਦ ਲੁੱਟ ਖਾਣਿਆ ਐਸਾ ਇੱਕ ਸਿੰਘ ਸਾਜ ਤੋਂ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਾਵੇਗਾ ਪਛਾਣਿਆ ਐਸਾ ਇੱਕ ਸਿੰਘ ਸਾਜ ਤੂੰ ਤੁਹਾਨੂੰ ਅਣਖਣਾ ਜੀ ਆਉਣਾ ਮੈਂ ਸਿਖਾ ਦੂੰਗਾ ਤੁਹਾਨੂੰ ਅਣਖਣਾ ਜੀ ਆਉਣਾ ਮੈਂ ਸਿਖਾ ਦੂੰਗਾ ਐਸੀ ਧਰਮ ਦੀ ਪਿਉਂਦ ਮੈਂ ਚੜਾ ਦੂੰਗਾ ਐਸੀ ਧਰਮ ਦੀ ਪਿਉਂਦ ਮੈਂ ਚੜਾ ਦੂੰਗਾ ਸੋਚਾਂ ਦਿੱਲੀ ਦਰਬਾਰ ਤਾਈ ਪਾ ਦੂੰਗਾ ਸੋਚਾਂ ਦਿੱਲੀ ਦਰਬਾਰ ਤਾਈ ਪਾ ਦੂੰਗਾ ਕੌਮ ਕੱਸ ਕੇ ਮੈਂ ਢਿੱਲੀ ਜਿਵੇਂ ਮਾਰ ਲਈ ਦੇ ਬਿੱਲੀ ਜਿੱਤ ਲੈਣਗੇ ਉਹ ਦਿੱਲੀ ਪੈਰ ਵੈਰੀਆਂ ਦੀ ਛਾਤੀ ਉੱਤੇ ਤਾਣਿਆ ਐਸਾ ਇੱਕ ਸਿੰਘ ਸਾਜ ਤੂੰ ਜਿਹੜਾ ਲੱਖਾਂ ਵਿੱਚੋਂ ਜਾਵੇਗਾ ਪਛਾਣਿਆ ਐਸਾ ਇੱਕ ਸਿੰਘ ਸਾਜ ਤੂੰ ਰਾਖੀ ਗਊ ਤੇ ਗਰੀਬ ਦੀ ਉਹ ਕਰੂਗਾ ਰਾਖੀ ਗਊ ਤੇ ਗਰੀਬ ਦੀ ਉਹ ਕਰੂਗਾ ਪੈਰ ਵੈਰੀਆਂ ਦੀ ਛਾਤੀ ਉੱਤੇ ਧਰੂਗਾ ਪੈਰ ਵੈਰੀਆਂ ਦੀ ਛਾਤੀ ਉੱਤੇ ਧਰੂਗਾ ਜੋ ਆ ਗਿਆ ਛਰਨ ਉਹ ਤਰੂਗਾ ਜੋ ਆ ਗਿਆ ਜੋ ਆ ਗਿਆ ਜੋ ਆ ਗਿਆ ਚਰਨ ਉਹ ਤਰੂਗਾ ਮੇਰੇ ਸੰਤ ਸਿਪਾਹੀ ਕਰ ਦੇਣਗੇ ਸਫਾਈ ਅਸੀਂ ਦੱਸੀਏ ਸਚਾਈ ਪਾਪੀ ਰੋਣਗੇ ਜਿਨ੍ਹਾਂ ਨੇ ਸੁੱਖ ਮਾਣਿਆ ਐਸਾ ਇੱਕ ਸਿੰਘ ਸਾਜ ਤੂੰ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਾਵੇਗਾ ਪਛਾਣਿਆ ਐਸਾ ਇੱਕ ਸਿੰਘ ਸਾਜ ਤੂੰ ਨਾ ਡਰੇਗਾ ਨਾ ਕਿਸੇ ਨੂੰ ਡਰਾਵੇਗਾ ਨਾ ਡਰੇਗਾ ਨਾ ਕਿਸੇ ਨੂੰ ਡਰਾਵੇਗਾ ਜੋ ਵੀ ਕਰਕੇ ਚੜਾਈ ਵੈਰੀ ਆਵੇਗਾ ਜੋ ਵੀ ਕਰਕੇ ਚੜਾਈ ਵੈਰੀ ਆਵੇਗਾ ਸੰਗ ਰਣ ਵਿੱਚ ਸਿੰਘ ਰਣ ਵਿੱਚ ਸਿੰਘ ਰਣ ਵਿੱਚ ਜ਼ਾਲਮਾਂ ਨੂੰ ਢਾਵੇਗਾ ਸਿੰਘ ਰਣ ਵਿੱਚ ਜ਼ਾਲਮਾਂ ਨੂੰ ਢਾਵੇਗਾ ਕੰਮ ਕਰੂਗਾ ਨਿਆ
ਸਾਰ ਚੁੱਕ ਖੰਡੇ ਦੋ ਧਾਰ ਜਿਹੜੇ ਆਉਣੇ ਹੰਕਾਰ ਇਹਨੇ ਚੱਬ ਲੈਣੇ ਵਾਂਗ ਰਾਮ ਖਾਣਿਆ ਐਸਾ ਇੱਕ ਸਿੰਘ ਸਾ ਜਦੋਂ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਾਵੇਗਾ ਪਛਾਣਿਆ ਐਸਾ ਇੱਕ ਸਿੰਘ ਸਾਜ ਮੈਂ ਭਗਤੀ ਨਾ ਸ਼ਕਤੀ ਨੂੰ ਜੋੜ ਦਿਉਂ ਮੈਂ ਭਗਤੀ ਨਾ ਸ਼ਕਤੀ ਨੂੰ ਜੋੜ ਦੂੰ ਕੱਢ ਆਪਣੇ ਮੈਂ ਦੇਸ਼ ਵਿੱਚੋਂ ਕੋੜ ਦਿਉਂ ਕੱਢ ਆਪਣੇ ਮੈਂ ਦੇਸ਼ ਵਿੱਚੋਂ ਕੋੜ ਦਿਉਂ ਮੈਂ ਸੰਗਲ ਗੁਲਾਮੀ ਵਾਲੇ ਤੋੜ ਦਿਉਂ ਮੈਂ ਸੰਗਲ ਗੁਲਾਮੀ ਵਾਲੇ ਤੋੜ ਦਿਉਂ ਮੇਰੇ ਕੌਮੀ ਪ੍ਰਵਾਨੇ ਜਦੋਂ ਆਉਣਗੇ ਮੈਦਾਨੇ ਐਸੇ ਲਾਉਣਗੇ ਨਿਸ਼ਾਨੇ ਵੈਰੀ ਰਣ ਵਿੱਚ ਭੁੱਜੂ ਵਾਂਗ ਦਾਣਿਆ ਐਸਾ ਇੱਕ ਸਿੰਘ ਸਾ ਜਦੋਂ ਜਿਹੜਾ ਲੱਖਾਂ ਵਿੱਚੋਂ ਜਾਵੇਗਾ ਪਛਾਣਿਆ ਐਸਾ ਇੱਕ ਸਿੰਘ ਸਾ ਜਦੋਂ ਰੱਖੂਗਾ ਤਰੇ ਚ ਤੇਗ ਮੋਢੇ ਢਾਲ ਨੂੰ ਰੱਖੂਗਾ ਤਰੇ ਚ ਤੇਗ ਮੋਢੇ ਢਾਲ ਨੂੰ ਪੂਜੇਗਾ ਉਹ ਪੁਰਖ ਅਕਾਲ ਨੂੰ ਉਹ ਸਦਾ ਪੂਜੇਗਾ ਸਦਾ ਪੂਜੇਗਾ ਸਦਾ ਪੂਜੇਗਾ ਪੁਰਖ ਅਕਾਲ ਨੂੰ ਪਿਆਰ ਕਰੇਗਾ ਉਹ ਜਿੰਦੇ ਤੇ ਚਬਾਲ ਨੂੰ ਪਿਆਰ ਕਰੇਗਾ ਉਹ ਜਿੰਦੇ ਤੇ ਚਬਾਲ ਨੂੰ ਸਾਰਾ ਲਾ ਦੇਣਾ ਬੋਝ ਆਓ ਖਾਲਸੇ ਦੀ ਫੌਜ ਲੋਕ ਕਰਨਗੇ ਮੌਜ ਉਹਨੂੰ ਮੰਨਣਾ ਹੈ ਬੰਦਿਆਂ ਸਿਆਣਿਆਂ ਐਸਾ ਇੱਕ ਸਿੰਘ ਸਾ ਜਦੋਂ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਿਹੜਾ ਲੱਖਾਂ ਵਿੱਚੋਂ ਜਾਵੇਗਾ ਪਛਾਣਿਆ ਐਸਾ ਇੱਕ ਸਿੰਘ ਸਾਜ ਦੂੰ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਨੇ ਬਾਬੇ ਜੈਤੇ ਨੂੰ ਅਨੇਕਾਂ ਵਰ ਦਿੱਤੇ ਦਸਵੇਂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜੈਤਾ ਜੀ ਕੁਝ ਮੰਗ ਲਓ ਬਾਬਾ ਜੈਤਾ ਜੀ ਕਹਿਣ ਲੱਗੇ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਦੇ ਪਵਿੱਤਰ ਸਰੋਵਰ ਦੇ ਇਸ਼ਨਾਨ ਬਖਸ਼ੋ ਇਸ ਬੇਨਤੀ ਨੂੰ ਪ੍ਰਵਾਨ ਕਰਕੇ ਮੇਹਰਾਂ ਦੇ ਸਾਈਂ ਸਾਹਿਬੇ ਕਮਾਲ ਨੇ ਆਪਣੀ ਗਲਵਕੜੀ ਵਿੱਚ ਲੈ ਕੇ 16 ਨਵੰਬਰ 1657 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੁੱਖ ਭੰਜਣੀ ਦੇ ਬਿਲਕੁਲ ਨੇੜੇ ਬੁੰਗਾ ਡੰਗੜੇਟਾ ਬਣਾ ਕੇ ਦਿੱਤਾ ਜਿੱਥੇ ਡੰਗੜੇਟੇ ਸਿੱਖ ਜੋੜ ਮੇਲਾ ਮਨਾਉਣ ਲਈ ਇਕੱਠੇ ਹੁੰਦੇ ਸੀ ਪਰ ਬੜੇ ਦੁੱਖ ਅਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਤਿਗੁਰੂ ਜੀ ਦੇ ਹੁਕਮਾਂ ਦੀ ਘੋਰ ਲੰਘਣਾ ਅਤੇ ਨਿਰਾਦਰ ਕਰਕੇ ਬੁੰਗਾ ਢਾ ਦਿੱਤਾ ਗਿਆ। ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਆ ਭਲਾਈ ਟਰੱਸਟ ਰਜਿਸਟਰਡ ਚੰਡੀਗੜ੍ਹ ਨੇ ਤਰੀਕ 10/7/2003 ਨੂੰ ਅਤੇ ਤਰੀਕ 6/6/2005 ਨੂੰ ਅਤੇ ਫਿਰ 27/7/2005 ਨੂੰ ਮੰਗ ਪੱਤਰ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਅਤੇ ਦੂਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਅਨੁਸਾਰ ਬਣਾਏ ਗਏ ਇਸ ਬੁੰਗੇ ਡੰਗੜੇਟਿਆਂ ਨੂੰ ਦੁਬਾਰਾ ਬਣਾਉਣ ਲਈ ਕਿਰਪਾਲਤਾ ਕੀਤੀ ਜਾਵੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇੱਕ ਮੰਨੇ ਤਾਂ ਸਿੱਖ ਕਹਿੰਦੇ ਨੇ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਅਸੀਂ ਅੱਜ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਭਈ ਪਿਆਰਿਓ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਜਿਹੜਾ ਬੁੰਗਾ ਡੰਗੜੇਟਿਆ ਬਣਾਇਆ ਗਿਆ ਸੀ ਉਸ ਨੂੰ ਸਾਡੀ ਕੌਮ ਦੇ ਜਥੇਦਾਰਾਂ ਨੂੰ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਬਣਾਉਣਾ ਚਾਹੀਦਾ ਹੈ। ਬਾਬਾ ਜੀਵਨ ਸਿੰਘ ਜੀ ਕੁਝ ਸਮਾਂ ਬਾਅਦ ਗੁਰੂ ਜੀ ਤੋਂ ਆਗਿਆ ਲੈ ਕੇ ਸਿੰਘਾਂ ਸਮੇਤ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕੀਤੇ ਫਿਰ ਬਾਬਾ ਜੀ ਗੁਰੂ ਕੀ ਵਡਾਲੀ ਪਹੁੰਚੇ ਕਿਉਂਕਿ ਬਾਬਾ ਜੀ ਦੀ ਫੌਜ ਵਿੱਚ ਗੁਰੂ ਕੀ ਵਡਾਲੀ ਦੇ ਸਿੰਘ ਬਹੁਤ ਸਨ। ਇੱਥੇ ਸੰਗਤਾਂ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਸਾਰ ਦਿੱਤਾ ਹੈ। ਇੱਥੋਂ ਬਾਬਾ ਜੀ ਕੱਥੂ ਨੰਗਲ ਗੱਗੋ ਮਾਲ ਰਮਦਾਸ ਆਪਣੇ ਵਡੇੜਿਆਂ ਦੇ ਅਸਥਾਨ ਦੇ ਦਰਸ਼ਨ ਕਰਨ ਲਈ ਗਏ ਜਿੱਥੇ ਉਹਨਾਂ ਦੀ ਜੱਦੀ ਜਾਇਦਾਦ ਵਿੱਚ ਗੁਰਦੁਆਰੇ ਬਣੇ ਹੈ। ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਏ ਔਰ ਸੰਗਤਾਂ ਗੁਰੂ ਜੀ ਦੇ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਵਾਪਸ ਬਾਬਾ ਜੈਤਾ ਜੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਗਏ। ਗੁਰੂ ਜੀ ਨੂੰ ਆਪਣੀ ਯਾਤਰਾ ਬਾਰੇ ਵੇੜਵੇ ਸਹਿਤ ਦੱਸਿਆ। ਸਾਧੂ ਦਇਆ ਸਿੰਘ ਜੀ ਲਿਖਦੇ ਨੇ ਚੜਿਆ 60ਵਾਂ ਸਾਲ ਕੜਖਿਆਲ ਵੇਖੀ ਸਿੱਖੀ ਸ੍ਰੀ ਗੁਰਦੇਵ ਦੀ ਪੜੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂੜਾ ਜਿਹੜਾ ਵਾਂਗ ਸਾਹਿਬਜ਼ਾਦਿਆਂ ਮੜੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂੜਾ ਜੀਵਨ ਸਿੰਘ ਦੇ ਵਾਂਗ ਨਾ ਡਰੇ ਸਿੱਖਾ ਸਿੱਖੀ ਵਿੱਚ ਤਾਂ ਉਤਰੇ ਉਹ ਪੂੜਾ ਦੇਵੇ ਸੀਸ ਨਾ ਸੀ ਉਚੜੇ ਸਿੱਖਾ। ਭਾਈ ਜੈਤਾ ਜੀ ਇਨਸਾਨੀ ਰੂਪ ਵਿੱਚ ਬਹੁਤ ਵੱਡੇ ਯੋਧੇ ਸੀ ਜਿਸ ਨੇ ਗੁਰੂ ਆਸੇ ਦੀ ਪੂਰਤੀ ਅਤੇ ਗੁਰੂ ਦੇ ਸੀਸ ਦੀ ਪੱਤ ਬਚਾਉਣ ਲਈ ਸਿੱਖ ਕੌਮ ਨੂੰ ਨਵੀਂ ਜ਼ਿੰਦਗੀ ਦੇਣ ਲਈ ਆਪਣੇ ਗੁਰੂ ਦੀ ਮਰਜ਼ਾਦਾ ਕਾਇਮ ਰੱਖਣ ਲਈ ਕਿੰਨੀ ਕਠਿਨਾਈ ਨਾਲ ਪੂਰਤੀ ਕੀਤੀ।
एक पासे जालमा ने उस दियां अखां सामने गुरु जी नूं शहीद कीता, गुरु जी दे विछोड़े दा गम। दूजे बन्ने अपने पिता जी दी पेशकश अते हुकम मन के पिता दे सिर कलम करन दा दुख। तीजा वक्त दी हकूमत, जुल्म दा खौफ इस गल दा नहीं कि उसदे शरीर नाल जो मर्जी करन, पर जे गुरु दी सीस दी बेअबदी करन ते उह किवें सह सकेगा। दसवें पातशाह गुरु गोबिंद सिंह महाराज जी दे दिल दिमाग विच इह सारी घटना ने हलचल पैदा कीती होवेगी। किड्डे वड्डे जिगड़े नाल अकाल पुरख दा इह कौड़ा भाणा मन्निया होवेगा। उस दी रूह ने उस समय जो पल हंडाए इस नूं कौण बयान कर सकदा है। हर वेले सणमुख तत्पर सेवा विच लीन रहिंदे है बाबा जैता जी। गुरदेव हर मौके ते आग्याकारी बाबा जी नूं हर महिम फतेह करन लई सेवा बख्शदे ने। गुरु अपने हत्थां दे नाल बाबा जीवन सिंह जी नूं सेवा बख्शदे ने ते बाबा जीवन सिंह जी सफला हुंदे ने। वड़ियाम अकेला दे लेखक भाई दलबीर सिंह जी कथन करदे ने, रणजीत नगाड़े दूड़ियां चौबां हुक्मी लाइयां, दे थापी जैता तोड़िया समेत छपाइयां, करपाल चंद कटोर सी मोर्चे लड़िया, बाद जैते नाल पै गया सिख ने संघियों फड़िया, पहले हल्ले हो गया जख्मी करपाला, अल्फ खां फौज लाए नस गया सकाला, जैते नूं दशमेश जी फिर सीने लाया, तेरी जय जय होवे जैतिया सतगुरु फरमाया, जैते नूं सीने दे नाल ला के सतगुरु कहिंदे तेरी जय होवेगी। सतगुरु जी ने अपने धर्म दे काम विच अहम तब्दीली लियाउण लई 1684 विच रणजीत नगाड़ा बनाया, जो जंग दे मैदान विच जोधियां विच वीर रस भरन लई बजाया जांदा है। सतगुरु जी ने अपने राजसाज रणजीत नगाड़े दा नगाड़ती बाबा जीवन सिंह जी नूं थापिया। 18 सितंबर 1688 ईस्वी नूं ਪੰਘਾਣੀ ਦੇ ਸਥਾਨ ਤੇ ਗੁਰੂ ਜੀ ਨੇ 22 ਧਾੜੇ ਦੇ ਰਾਜਿਆਂ ਦੇ ਨਾਲ ਯੁੱਧ ਹੋਇਆ। ਇਸ ਯੁੱਧ ਵਿੱਚ ਗੁਰੂ ਜੀ ਦੀ ਜਿੱਤ ਹੋਈ, ਵੈੜੀਆਂ ਦੀ ਹਾਰ ਹੋਈ। ਇਸ ਯੁੱਧ ਵਿੱਚ ਗੁਰੂ ਜੀ ਦੀ ਭੂਆ ਬੀਬੀ ਵੀੜੋ ਜੀ ਦੇ 2 ਪੁੱਤਰ ਸੰਗੋ ਸ਼ਾਹ ਜੀਤਮਲ, ਪੀਰ ਬੁੱਧੂ ਸ਼ਾਹ ਦੇ 2 ਸਪੁੱਤਰ ਸੈਯਦ ਅਸਬੜ ਅਤੇ ਸੈਯਦ ਮਹਮਦਮ ਸ਼ਾਹ ਦੇ ਭਰਾ ਭੂਰੇ ਸ਼ਾਹ, ਹੋਰ ਕਈ ਸਿੱਖ ਸ਼ਹੀਦ ਹੋ ਗਏ। ਇਸ ਯੁੱਧ ਦੇ ਯੋਧਿਆਂ ਨੂੰ ਸਰੂਪਾ ਦੇਣ ਵਾਸਤੇ ਪੰਟਾ ਸਾਹਿਬ ਵਿਖੇ ਦੀਵਾਨ ਸਜਾਏ ਗਏ। ਮਾਤਾ ਪ੍ਰੇਮੋ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਦੀ ਖਬਰ ਦਿੱਤੀ। ਗੁਰੂ ਜੀ ਨੂੰ ਅਤਿ ਪ੍ਰਸੰਨ ਵੇਖ ਕੇ ਮਾਤਾ ਪ੍ਰੇਮੋ ਜੀ ਨੇ ਬਾਬਾ ਜੈਤਾ ਜੀ ਦੇ ਵਿਆਹ ਬਾਰੇ ਬੇਨਤੀ ਕੀਤੀ। ਸੰਗਤਾਂ ਦੇ ਵਿੱਚ ਬਾਬਾ ਜੀ ਦੀ ਸ਼ਾਦੀ ਬਾਰੇ ਵਿਚਾਰ ਹੋਈ। ਭਾਈ ਖਜਾਨ ਸਿੰਘ ਵਾਸੀ ਪੱਟੀ ਉਸ ਵੇਲੇ ਆਪਣੀ ਸਪੁੱਤਰੀ ਬੀਬੀ ਰਾਜਕੌਰ ਦੇ ਨਾਲ ਦਰਸ਼ਨ ਕਰਨ ਲਈ ਆਇਆ ਹੋਇਆ ਸੀ। ਭਾਈ ਖਜਾਨ ਸਿੰਘ ਜੀ ਨੇ ਆਪਣੀ ਪੁੱਤਰੀ ਬੀਬੀ ਰਾਜਕੌਰ ਦਾ ਰਿਸ਼ਤਾ ਬਾਬੇ ਜੈਤੇ ਦੇ ਨਾਲ ਕਰਨ ਸਵੀਕਾਰ ਕਰ ਲਿਆ। ਪੌਂਟਾ ਸਾਹਿਬ ਵਿਖੇ ਭਾਈ ਜੈਤਾ ਜੀ ਦਾ ਆਨੰਦ ਕਾਰਜ ਗੁਰੂ ਜੀ ਨੇ ਕਰਵਾਇਆ। ਸਾਰੇ ਪਰਿਵਾਰ ਨੇ ਇਸ ਭਾਗੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਾਬਾ ਜੀ ਦੇ ਘਰ 4 ਪੁੱਤਰਾਂ ਨੇ ਜਨਮ ਲਿਆ। ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਗੁਰਦਿਆਲ ਸਿੰਘ, 4 ਪੁੱਤਰ ਬਾਬਾ ਜੀ ਦੇ ਹੋਏ। ਪੌਂਟਾ ਸਾਹਿਬ ਵਿਖੇ 52 ਲਖਾੜੀ, 52 ਕਵੀ, 32 ਲਿਖਾੜੀਆਂ ਨੇ ਇਤਿਹਾਸ ਰਚਿਆ। ਗੁਰੂ ਜੀ ਨੇ ਦਸਮ ਗ੍ਰੰਥ ਦਾ ਬਹੁਤ ਵੱਡਾ ਹਿੱਸਾ ਇੱਥੇ ਹੀ ਰਚਿਆ ਤੇ ਇੱਥੇ ਕਈ ਗ੍ਰੰਥਾਂ ਦੇ ਅਨੁਵਾਦ ਕੀਤੇ ਗਏ। ਭਾਈ ਜੈਤਾ ਜੀ ਨੇ ਆਪਣੀ ਕਿਰਤ ਸ੍ਰੀ ਗੁਰੂ ਕਥਾ ਦਾ ਕੁਝ ਭਾਗ ਇੱਥੇ ਸੰਪੂਰਨ ਕੀਤਾ। ਦਸਵੇਂ ਪਾਤਸ਼ਾਹ 1679 ਨੂੰ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਵਾਪਸ ਪਰਤ ਆਏ। ਇੱਥੇ 5 ਕਿਲੇ, ਨੰਦਗੜ੍ਹ, ਅਤਾੜਾਗੜ੍ਹ, ਕਿਲ੍ਹਾ ਲੋਹਗੜ੍ਹ, ਕਿਲ੍ਹਾ ਹੋਲਗੜ੍ਹ, ਕਿਲ੍ਹਾ ਫਤਿਹਗੜ੍ਹ ਬਣਵਾਏ ਗਏ। ਕਿਲ੍ਹਾ ਆਨੰਦਗੜ੍ਹ ਵਿੱਚ ਦਸ਼ਮੇਸ਼ ਪਿਤਾ ਦੀ ਰਹਿਸ਼ ਸੀ। ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸ਼੍ਰੋਮਣੀ ਜਰਨੈਲ ਮਹਾਨ ਯੋਧੇ ਬਾਬਾ ਜੀਵਨ ਸਿੰਘ ਨੂੰ ਸੌਂਪੀ ਗਈ। ਉਹ ਕਿਲ੍ਹੇ ਦੇ ਮੁੱਖ ਕਮਾਂਡਰ ਸਨ। ਗੁਰੂ ਗੋਬਿੰਦ ਸਿੰਘ ਜੀ ਹਰ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਨਾਲ ਮਸ਼ਵਰਾ ਕਰਦੇ ਸੀ। ਵੈਸੇ ਹੀ ਨੀਤੀ ਅਨੁਸਾਰ ਜਰਨੈਲ ਦੀ ਰਹਿਸ਼ ਮੁਖੀ ਦੇ ਨਾਲ ਨਜ਼ਦੀਕ ਹੁੰਦੀ ਹੈ, ਬੇਟਾ ਹਮੇਸ਼ਾ ਹੀ ਪਿਤਾ ਜੀ ਦੇ ਨਜ਼ਦੀਕ ਰਹਿੰਦਾ ਹੈ। ਇਸੇ ਕਰਕੇ ਬਾਬਾ ਜੀਵਨ ਸਿੰਘ ਜੀ ਦੀ ਰਹਿਸ਼ ਆਪਣੇ ਨਜ਼ਦੀਕ ਕਿਲ੍ਹਾ ਆਨੰਦਗੜ੍ਹ ਦੇ ਪੱਛਮ ਵਾਲੇ ਪਾਸੇ ਕਿਲ੍ਹੇ ਦੇ ਕੰਧ ਦੇ ਨਾਲ ਗੁਰੂ ਜੀ ਨੇ ਬਣਾਈ ਸੀ। ਗੁਰੂ ਜੀ ਲੋੜ ਪੈਣ ਤੇ ਕਿਲ੍ਹਾ ਆਨੰਦਗੜ੍ਹ ਤੋਂ ਆਵਾਜ਼ ਮਾਰ ਕੇ ਬਾਬਾ ਜੀਵਨ ਸਿੰਘ ਨੂੰ ਬੁਲਾ ਲੈਂਦੇ ਸੀ। ਗੁਰਦੁਆਰਾ ਸ੍ਰੀ ਤਪ ਅਸਥਾਨ ਸਾਹਿਬ ਅਤੇ ਬੁੰਗਾ ਬਾਬਾ ਜੀਵਨ ਸਿੰਘ ਵਜੋਂ ਜਾਣੇ ਜਾਂਦੇ ਇਸ ਅਸਥਾਨ ਉੱਤੇ ਬਾਬਾ ਜੀ ਤਪ ਕਰਦੇ ਹੁੰਦੇ ਸੀ। ਆਪਣੀ ਰਚਨਾ ਸ੍ਰੀ ਗੁਰੂ ਕਥਾ ਦਾ ਬਾਕੀ ਭਾਗ ਵੀ ਇੱਥੇ ਸੰਪੂਰਨ ਕੀਤਾ। ਬਾਬਾ ਜੀਵਨ ਸਿੰਘ ਜੀ ਦੇ 4 ਪੁੱਤਰਾਂ ਦਾ ਜਨਮ ਵੀ ਇਸ ਅਸਥਾਨ ਤੇ ਹੋਇਆ।
ਇਸੇ ਸਥਾਨ ਨੂੰ ਅੱਜ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਦੀ ਕੰਧ ਦੇ ਬਿਲਕੁਲ ਨਾਲ ਪੱਛਮ ਵਾਲੇ ਪਾਸੇ ਹੈ। ਦੂਸਰੇ ਪਾਸੇ ਕਿਲ੍ਹਿਆਂ ਤੋਂ ਵੱਡਾ ਆਨੰਦਗੜ੍ਹ ਦੇ ਕਿਲ੍ਹੇ ਦਾ ਤਹਿਖਾਨਾ ਗੋਲੀ ਬਰੂਦ ਦਾ ਭੰਡਾਰ ਸੀ, ਜਿੱਥੇ ਸੰਗਤ ਦੀ ਸਥਿਤੀ ਲਈ ਪਾਣੀ ਦੀ ਇੱਕ ਵੱਡੀ ਬੌਲੀ ਵੀ ਬਣਾਈ ਗਈ। ਅਣਜਾਣ ਵਿਅਕਤੀ ਜਾਂ ਬਾੜੂ ਆਏ ਵਿਸ਼ੇਸ਼ ਮਹਿਮਾਨ ਨੂੰ ਪੂਰੀ ਛਾਣਬੀਨ ਕਰਕੇ ਗੁਰੂ ਜੀ ਨਾਲ ਮਿਲਵਾਇਆ ਜਾਂਦਾ ਸੀ, ਕਿਲ੍ਹੇ ਵਿੱਚ ਭੇਜਿਆ ਜਾਂਦਾ ਸੀ। ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਥ ਦਿੰਦਿਆਂ ਬਹਾਦਰੀ ਦੇ ਜੌੜ ਵਿਖਾਏ। 1 ਮਾਰਚ 1722 ਈਸਵੀ ਵਿੱਚ ਬੱਸੀ ਕਲਾ ਦੇ ਕੋਤਵਾਲ ਜਾਵੜ ਖਾਂ ਨੇ ਦੇਵੀ ਦਾਸ ਬਾਹਮਣ ਦੀ ਨਾਮ ਵਿਆਹੀ ਪੰਡਤਾਣੀ ਚੁੱਕ ਲਈ। ਪੰਡਿਤ ਰੋਂਦਾ ਕਰਲਾਉਂਦਾ ਹੋਇਆ ਗੁਰੂ ਦਰਬਾਰ ਆ ਕੇ ਫਰਿਆਦੀ ਹੋਇਆ। ਬਾਬਾ ਜੀਵਨ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਭੇਜਿਆ ਅਤੇ ਬਾਬਾ ਜੀਵਨ ਸਿੰਘ ਜੀ ਨੇ ਲਲਕਾਰ ਕੇ ਜਾਵੜ ਖਾਂ ਨੂੰ ਮੰਗਾੜਿਆ। ਉਸ ਵੇਲੇ ਦੇ ਨਕਸ਼ੇ ਮੇਰੇ ਸਾਥੀ ਹੈ ਇਉਂ ਬਿਆਨ ਕਰਦੇ ਆ। ਜੀਵਨ ਸਿੰਘ ਜਦੋਂ ਛੱਡਿਆ ਜੇਕਾਰ ਖਾਨਾ ਨੂੰ ਹਵਾਸ ਭੁੱਲ ਗਏ, ਜਰਾ ਕੈਮ ਹੋ ਕੇ ਮਾਰਿਆ ਲਲਕਾਰਾ, ਅਰਮਾਨ ਮਿੱਟੀ ਵਿੱਚ ਰੁੱਲ ਗਏ, ਅਰਮਾਨ ਮਿੱਟੀ ਵਿੱਚ ਰੁੱਲ ਗਏ। ਧੀਆਂ ਚੁੱਕ ਜ਼ੁਲਮ ਕਮਾਉਂਦੇ ਬਨ ਹੰਕਾਰੀ ਤੁਰਦੇ, ਫਲ ਕੀਤੀਆਂ ਦਾ ਨਿੱਤ ਪੰਥ ਤਾਉਂਦੇ ਲਾਲ ਦਸ਼ਮੇਸ਼ ਗੁਰ ਦੇ, ਲਾਲ ਦਸ਼ਮੇਸ਼ ਗੁਰ ਦੇ। ਲੈ ਆਇਆ ਖੋ ਕੇ ਸ਼ਾਦੀ ਪੰਡਤਾਣੀ ਉਸ ਨੂੰ ਛਡਾਉਣ ਆਏ ਹਾਂ, ਸੂਤ ਕਰ ਦਈਏ ਉਲਝੀ ਤਾਣੀ ਨਵਾਂ ਤੰਦ ਪਾਉਣ ਆਏ ਹਾਂ, ਜੇ ਨਵਾਂ ਤੰਦ ਪਾਉਣ ਆਏ ਹਾਂ। ਉਹ ਵੇਖੀ ਕਾਮੀਆਂ ਦੇ ਸਵਾਸ ਮਕਾਉਂਦੇ ਦੇਖੇ ਤੇ ਟਿਕਟ ਧੋਰਦੇ, ਫਲ ਕੀਤੀਆਂ ਦਾ ਨਿੱਤ ਭਗਤ ਆਉਂਦੇ ਲਾਲ ਦਸ਼ਮੇਸ਼ ਗੁਰ ਦੇ, ਲਾਲ ਦਸ਼ਮੇਸ਼ ਗੁਰ ਦੇ। ਸਦਾ ਇੱਜ਼ਤਾਂ ਗਰੀਬਾਂ ਦੀਆਂ ਲੁੱਟ ਕੇ ਕੈਮ ਰੱਖੋ ਸੂਬੇਦਾਰੀਆਂ, ਬੰਦਾ ਸਦਾ ਲਈ ਬਣਾ ਦੇਣਾ ਕੁੱਟ ਕੇ ਕੈਮ ਰੱਖੋ ਸਰਦਾਰੀਆਂ ਜੀ, ਕੈਮ ਰੱਖੋ ਸਰਦਾਰੀਆਂ। ਤੋ ਖੂਨ ਚ ਵਿਦੋਸ਼ੀਆਂ ਦੇ ਨਹਾਉਂਦੇ ਕਈ ਨੀ ਮਨਾਂ ਚ ਚੋਰਦੇ, ਫਲ ਕੀਤੀਆਂ ਦਾ ਨਿੱਤ ਭਗਤ ਆਉਂਦੇ ਲਾਲ ਦਸ਼ਮੇਸ਼ ਗੁਰ ਦੇ, ਲਾਲ ਦਸ਼ਮੇਸ਼ ਗੁਰ ਦੇ। ਨੌਹਾਂ ਧੀਆਂ ਸ਼ਾਨ ਹੁੰਦੀਆਂ ਸਮਾਜ ਦੀ ਕਰੋ ਪਰੇਸ਼ਾਨ ਉਹਨਾਂ ਨੂੰ, ਹੁੰਦੀ ਮਰਦਾਂ ਨੂੰ ਸ਼ਰਮ ਧੀ ਦੀ ਲਾਜ ਦੀ ਕਰੋ ਨਾ ਹੈਰਾਨ ਉਹਨਾਂ ਨੂੰ ਜੀ, ਕਰੋ ਨਾ ਹੈਰਾਨ ਉਹਨਾਂ ਨੂੰ। ਆ ਗਏ ਧੀਆਂ ਦੀ ਜੋ ਇੱਜ਼ਤ ਬਚਾਉਂਦੇ, ਆ ਗਏ ਧੀਆਂ ਦੀ, ਆ ਗਏ ਧੀਆਂ ਦੀ ਜੋ ਇੱਜ਼ਤ ਬਚਾਉਂਦੇ ਵਾਸੀਆਂ ਆਨੰਦਪੁਰ ਦੇ, ਫਲ ਕੀਤੀਆਂ ਦਾ ਨਿੱਤ ਭਗਤ ਆਉਂਦੇ ਲਾਲ ਦਸ਼ਮੇਸ਼ ਗੁਰ ਦੇ, ਲਾਲ ਦਸ਼ਮੇਸ਼ ਗੁਰ ਦੇ। ਹੁਣ ਕਦਮ ਨਾ ਕਦਮ ਮਿਲਾ ਕੇ ਸਭ ਨੂੰ ਪਵੇਗਾ ਤੁਰਨਾ, ਨਿੱਤ ਪੱਟ ਲੁੱਟੋ ਜ਼ੁਲਮ ਕਮਾ ਕੇ ਸਭ ਨੂੰ ਪਵੇਗਾ ਝੁਰਨਾ ਜੀ, ਸਭ ਨੂੰ ਪਵੇਗਾ ਝੁਰਨਾ। ਅਧਿਕਾਰ ਦੇ ਜੋ ਨਿੱਤ ਪਛਤਾਉਂਦੇ ਜੀਵਨ ਬਣਾਉਣ ਮੁਰਦੇ, ਫਲ ਕੀਤੀਆਂ ਦਾ ਨਿੱਤ ਭਗਤ ਆਉਂਦੇ ਲਾਲ ਦਸ਼ਮੇਸ਼ ਗੁਰ ਦੇ, ਲਾਲ ਦਸ਼ਮੇਸ਼ ਗੁਰ ਦੇ। ਤੈਨੂੰ ਫਲ ਤੇਰੇ ਕੀਤੀਆਂ ਦਾ ਦੇਵਣਾ ਤੇਗ ਨਾ ਬਿਆਨੇ ਤਾਰ ਕੇ, ਸਦਾ ਧੀਆਂ ਦਾ ਧਰਮੀਆਂ ਨੂੰ ਮੇਣਾ ਕਿਉਂ ਬੈਠਾ ਫਰਜ਼ ਵਿਸਾਰ ਕੇ, ਕਿਉਂ ਬੈਠਾ ਫਰਜ਼ ਵਿਸਾਰ ਕੇ। ਦਾਨ ਦਿਆਂਗੇ ਤੁਹਾਨੂੰ ਮਨ ਪਾਉਂਦੇ, ਦਾਨ ਦਿਆਂਗੇ, ਦਾਨ ਦਿਆਂਗੇ ਤੁਹਾਨੂੰ ਮਨ ਪਾਉਂਦੇ ਦਰਸ਼ ਕਰਾ ਦੇ ਹੂਰ ਦੇ, ਫਲ ਕੀਤੀਆਂ ਦਾ ਨਿੱਤ ਭਗਤ ਆਉਂਦੇ ਲਾਲ ਦਸ਼ਮੇਸ਼ ਗੁਰ ਦੇ,
लाल दशमेश गुर दे आगे सिंह सतगुरु दे सूरे इजत बचाउन धियां दी तुरे जालमां नू सोधन ली सूरे जिंदगी बनाउन धियां दी जी जिंदगी बनाउन धियां दी नित निशान खुशी दे विच गाउंदे मस्तां नू ख्याल पुरदे फल कीतियां दा नित भगत आउंदे लाल दशमेश गुर दे लाल दशमेश गुर दे बाबा जीवन सिंह जी ते साहिबजादा अजीत सिंह जी ने जाबर जंग खान नूं तीरां नाल बिन बिन के मारिया पंडित दी पंडताणी उसके कब्जे विचों छड़ा के उसके घर पहुंचाई बाबा जीवन सिंह जी अपनी रचना श्री गुरु कथा विच उन्हां दी शख्सियत का एक बहुत ही प्रभावशाली और शक्तिशाली पक्ष उभर के सामने आया इत्थे आप जी उच्च कोटी दे कवि विद्वान रहत नामकार मोटी इतिहासकार गुरु भगत ते महान बंदूक जी अते तलवार दे धनी सन उत्थे आप दी रगा विच सूरबीर ता समुंदर दी तूफानी लहड़ा वांगू ठाठा मारदी सी आप दुखियां दे दुख फड़ियाद सुन के अति गंभीर हो जांदे सी कामना करदे सी कि गुरु गोबिंद सिंह महाराज उन्हां नूं तुरंत हुक्म देन कि जय दुखियां दे दुख निवार देन जदों पंडित रविदास गुरु जी दी कोल फड़ियाद लैके आया उस दी नामव्याता नूं जाबर जंग खाने जबरदस्ती खोके लै गया कोल खलोते बाबा जीवन सिंह जी ने गुरु जी नूं बेनती कीती अब बिलंबना कीजिए नंदपुरी केड़ा है गुरु जी दा हुक्म पाउंदिया ही उस मजलूम औरत नूं याद करवा के गुरु दरबार विच लैके आए सतगुरु गुरु गोबिंद सिंह महाराज जी ने उस नूं अते उस दे पते नूं सौंप दिता इस घटना तो बाबा जी दी दलेरी ਅਤੇ ਪੜਪਕਾਰੀ ਬਿਰਤੀ ਦਾ ਪਤਾ ਲੱਗਦਾ ਹੈ ਬਾਬਾ ਜੀ ਆਪਣੀ ਰਚਨਾ ਵਿੱਚ ਇਉਂ ਬਿਆਨ ਕਰਦੇ ਨੇ ਬਿਬਨਾੜੀ ਕੋ ਮੁਕਤ ਕਰ ਲੈ ਆਏ ਗੁਰੂ ਦਰਬਾਰ ਤੈ ਦੀਨੀ ਪਰਤਾੜ ਕਰ ਕਿਉਂ ਦੀਨੇ ਉਦਾੜ ਉਪਾੜ ਆਨੰਦਪੁਰ ਸਾਹਿਬ ਜੀ ਦੀ ਚੌਥੀ ਤੇ ਵੱਡੀ ਲੜਾਈ 1704 ਈਸਵੀ ਵਿੱਚ ਹੋਈ ਸੰਸਾਰ ਦੇ ਇਤਿਹਾਸ ਵਿੱਚ ਇੱਕ ਵਾਧਾ ਮਿਸਾਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਪੀਰ ਫਕੀਰ ਤੇ ਦਰਵੇਸ਼ ਤੇ ਧਾਰਮਿਕ ਆਗੂ ਨੂੰ ਫੜਨ ਲਈ 10 ਲੱਖ ਫੌਜ ਦੀ ਵਰਤੋਂ ਕੀਤੀ ਗਈ 15 ਮਈ ਤੋਂ ਲੈ ਕੇ 18 ਦਸੰਬਰ 1704 ਤੱਕ ਵੈੜੀ ਦਾ ਘੇੜਾ ਪਿਆੜਿਆ ਸੂਰਮੇ ਜਾਨਾਂ ਤੋੜ ਕੇ ਲੜਦੇ ਰਹੇ ਅਖੀਰ 19 ਅਤੇ 20 ਦਸੰਬਰ ਨੂੰ 1704 ਈਸਵੀ ਦੀ ਰਾਤ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਲ੍ਹਾ ਖਾਲੀ ਕਰਕੇ ਰੋਪੜ ਵੱਲ ਨੂੰ ਚਾਲੇ ਪਾ ਦਿੱਤੇ ਛੱਡ ਕੇ ਪੂਰੀ ਆਨੰਦਾਂ ਦੀ ਧਰਤ ਸੋਹਣੀ ਗੁਰੂ ਸਾਹਿਬ ਜੀ ਚਾਲੇ ਪਾਉਣ ਲੱਗੇ ਰੰਗਲੇ ਮਹਿਲ ਅਟਾਰੀਆਂ ਛੱਡ ਕੇ ਤੇ ਗੁਰੂ ਸਾਹਿਬ ਜੀ ਬੜ ਨੂੰ ਆਉਣ ਲੱਗੇ ਬਿਰਦ ਮਾਤਾ ਦੇ ਨਾਲ ਨੇ ਸਾਹਿਬਜ਼ਾਦੇ ਮਹਿਲ ਗੁਰੂ ਦੇ ਸਣੇ ਪਰਿਵਾਰ ਚੱਲੇ ਸਿੰਘ ਗੁਰੂ ਦੇ ਬੀੜ ਦਲੇਰ ਸੂੜੇ ਪਾਂਧੀ ਸੱਚ ਦੇ ਹੋ ਤਿਆਰ ਚੱਲੇ ਦੁਸ਼ਮਣਾਂ ਨੇ ਕਸਮਾਂ ਤੋੜ ਕੇ ਹੰਬਲੇ ਬਾੜ ਹੋ ਗਏ ਸ਼ਾਹੀ ਟਿੱਬੀ ਦੀ ਲੜਾਈ ਵਿੱਚ ਭਾਈ ਉਦੇ ਸਿੰਘ ਸ਼ਹੀਦ ਹੋ ਗਿਆ 20 ਦਸੰਬਰ 1704 ਈਸਵੀ ਨੂੰ ਸਰਸਾ ਕੰਢੇ ਪਹੁੰਚੇ ਬਿਪੜਾਂ ਦੀਆਂ ਝੂਠੀਆਂ ਸੁਗੰਧਾਂ ਅਤੇ ਜੜਵਾਣਿਆਂ ਨੇ ਝੂਠੀਆਂ ਕਸਮਾਂ ਸੁਣ ਕੇ ਉਹਨਾਂ ਦੇ ਧਰਮ ਦਾ ਵਾਸਤਾ ਪਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਜੀ ਨੂੰ ਤਿਆਗਣਾ ਫੜੇਬੀ ਝੂਠਾਂ ਨੇ ਮੁੱਖ ਰੱਖ ਕੇ ਜਿਹੜਾ ਕਾੜਾ ਕੀਤਾ ਉਹ ਕਿਸੇ ਤੋਂ ਨਹੀਂ ਛੁਪਿਆ ਸਰਸਾ ਕੰਢੇ ਦਾ ਸ਼ੀਨ ਇਉਂ ਬਿਆਨ ਕੀਤਾ ਜਾ ਰਿਹਾ ਸਰਸਾ ਕੰਢੇ ਪਿਆ ਵਿਛੋੜਾ ਲਾਲ ਪਿਆਰੇ ਜੋੜਾ ਜੋੜਾ ਛੱਡ ਅਸਵਾਰ ਦੌੜਿਆ ਘੋੜਾ ਜ਼ੋਰ ਵਿਖਾਏ ਸ਼ੇਰਾਂ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਰੰਗ ਰੇਟੇ ਵੀਰ ਦਲੇਰਾਂ ਨੇ ਰਣ ਵਿੱਚ ਐਸੀ ਤੇਗ ਚਲਾਈ ਉਹ ਮੁਗਲ ਚੁਨ ਤੇ ਹਾਰਿਆ ਵਿਪਰਾ ਤੀ ਦੀਨ ਧਰਮ ਦੁਰਕਾਰਿਆ ਸਿੰਘਾ ਪਾਜੀਆਂ ਤਈ ਮੰਗਾਰਿਆ ਪਰਬਤ ਮੇਰ ਸੁਮੇਰਾ ਨੇ ਰਣ ਵਿੱਚ ਖੜ ਕੇ ਚੰਡੀ ਵਾਗੀ ਰੰਗ ਰੇਟੇ ਵੀਰ ਦਲੇਰਾ ਨੇ ਰਣ ਵਿੱਚ ਖੜ ਕੇ ਚੰਡੀ ਵਾਗੀ ਸਰਸਾ ਠੰਡ ਵਿੱਚ ਉੱਚਾ ਚੜਿਆ ਵਾਂਗ ਤੂਫਾਨੀ ਕਹਿਰ ਸੀ ਹੜਿਆ
ਤਲੀ ਤਰ ਸੀਸ ਖਾਲਸਾ ਲੜਿਆ ਲਈਆਂ ਮੂਲ ਨਾ ਦੇਰਾਂ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਰੰਗ ਰੇਟੇ ਵੀਰ ਦਲੇਰਾਂ ਨੇ ਐਸੀ ਜੋਸ਼ ਨਾ ਤੇਗ ਚਲਾਈ ਜਾਵਰ ਸਾਵੇਂ ਡੱਟ ਰੰਗ ਰੇਟੇ ਰੰਗ ਰੇਟੇ ਸਤਿਗੁਰੂ ਜੀ ਦੇ ਬੇਟੇ ਗੁਰੂ ਕੀ ਸਿੱਖਿਆ ਵਿੱਚ ਲਪੇਟੇ ਜੰਬਕੂ ਕਿਹੇ ਕੇਰਾ ਲੈ ਰਣ ਵਿੱਚ ਖੜ ਕੇ ਚੰਡੀ ਵਾਹੀ ਰੰਗ ਰੇਟੇ ਵੀਰ ਦਲੇਰਾਂ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਅੱਖੀ ਕੱਟਾ ਮੂੰਹ ਵਿੱਚ ਡੱਟਾ ਮਾਰਿਆ ਗੁਰੂ ਨਾਨਕ ਜੀ ਧੱਕਾ ਜਾਬਰ ਹੋ ਗਿਆ ਹੱਕਾ ਬੱਕਾ ਰੋਲੇ ਕਾਗ ਮੁੰਡੇਰਾ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਰੰਗ ਰੇਟੇ ਵੀਰ ਦਲੇਰਾ ਨੇ ਰਣ ਵਿੱਚ ਐਸੀ ਤੇਗ ਚਲਾਈ ਜਿੱਦਣ ਤੱਕ ਰੋਂਦੇ ਪਾਜੀ ਕਰਨੀ ਭੁੱਲੇ ਇਬਾਦਤ ਕਾਜੀ ਜਿੱਦਰ ਤੱਕ ਰੋਂਦੇ ਪਾਜੀ ਕਰਨੀ ਭੁੱਲੇ ਇਬਾਦਤ ਕਾਜੀ ਖਾਲਸਾ ਭਾਣੇ ਦੇ ਵਿੱਚ ਰਾਜੀ ਛੱਡ ਕੇ ਮੇਰਾ ਤੇਰਾ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਰੰਗ ਰੇਟੇ ਵੀਰ ਦਲੇਰਾ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਪਛਤਾਉਂਦੇ ਪਏ ਨੇ ਬਾਈ ਤਾਰੀ ਹੋਮੇ ਮਤ ਜਨਾ ਦੀ ਮਾਰੀ ਪਛਤਾਉਂਦੇ ਪਏ ਨੇ ਬਾਈ ਤਾਰੀ ਹੋਮੇ ਮਤ ਜਨਾ ਦੀ ਮਾਰੀ ਦੀਨ ਗਵਾਚਾ ਦੁੱਖ ਤੇ ਪਾਰੀ ਪੈਣ ਕਲੇਜੇ ਕੇਰਾ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਰੰਗ ਰੇਟੇ ਵੀਰ ਦਲੇਰਾਂ ਨੇ ਰਣ ਵਿੱਚ ਐਸੀ ਤੇਗ ਚਲਾਈ ਧਰਤੀ ਲਾਲ ਰੰਗਿਆ ਪਾਣੀ ਐਸੀ ਫੇਰੀ ਕਾਲ ਮਦਾਣੀ ਸੁੱਤ ਪਿਤਾ ਭੁੱਲੇ ਪਿਆ ਸਵਾਣੀ ਵਾਹੀ ਤੇਗ ਦਲੇਰਾਂ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਰੰਗ ਰੇਟੇ ਵੀਰ ਦਲੇਰਾਂ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਤਨ ਤਨ ਸਤਿਗੁਰ ਤੇ ਤਨ ਖਾਲਸਾ ਪਰਉਪਕਾਰੀ ਤਿਆਗ ਲਾਲਸਾ ਜ਼ੁਲਮ ਸਿੰਘਾਰੇ ਰੂਪ ਕਾਲਸਾ ਪਾਈ ਫਤਿਹ ਪਲੇਰਾਂ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਰੰਗ ਰੇਟੇ ਵੀਰ ਦਲੇਰਾਂ ਨੇ ਰਣ ਵਿੱਚ ਐਸੀ ਤੇਗ ਚਲਾਈ ਗੁਰਮੰਗਤ ਗੁਰ ਭੇਜ ਦਲ ਜੀਤਾ ਅਮਨ ਜਸ ਰਾਜ ਗੁਰਪ੍ਰੀਤਾ ਜੱਸਾ ਸਿੰਘ ਰਾਜ ਮਨਜੀਤ ਨਿਹੰਗ ਸਿੰਘ ਬੱਬਰ ਸ਼ੇਰਾ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਰੰਗ ਰੇਟੇ ਵੀਰ ਦਲੇਰਾਂ ਨੇ ਰਣ ਵਿੱਚ ਖੜ ਕੇ ਚੰਡੀ ਵਾਹੀ ਸਰਸਾ ਦੇ ਕੰਢੇ ਘੁਮਸਾਨ ਦਾ ਯੁੱਧ ਹੋਇਆ ਬਾਰਸ਼ਾ ਕਰਕੇ ਨਦੀ ਵਿੱਚ ਹੜ ਆ ਚੁੱਕਾ ਸੀ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਲੜਦੇ ਹੋਏ ਦੁਸ਼ਮਣ ਦੇ ਘੇੜੇ ਵਿੱਚ ਆ ਗਏ ਜਦੋਂ ਬਾਬਾ ਜੀਵਨ ਸਿੰਘ ਜੀ ਨੇ ਦੇਖਿਆ ਘੋੜੇ ਦੀਆਂ ਲਗਾਮਾਂ ਫੜ ਕੇ ਆਓ ਲਾਉਂਦੇ ਹੋਏ ਵੈੜੀ ਦਾ ਦੁਸ਼ਮਣਾਂ ਦੇ ਘੇੜੇ ਵਿੱਚੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸਹੀ ਸਲਾਮਤ ਕੱਢ ਕੇ ਲਿਆਉਣ ਵਿੱਚ ਕਾਮਯਾਬ ਹੋ ਗਏ ਇਸ ਇਤਿਹਾਸਕ ਜੰਗ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਮਾਤਾ ਪ੍ਰੇਮੋ ਜੀ ਅਤੇ ਦੋ ਛੋਟੇ ਸਪੁੱਤਰ ਭਾਈ ਗੁਲਜ਼ਾਰ ਸਿੰਘ ਜੀ ਅਤੇ ਭਾਈ ਗੁਰਦਿਆਲ ਸਿੰਘ ਸਰਸਾ ਕੰਢੇ ਸ਼ਹੀਦ ਹੋ ਗਏ ਸਰਸਾ ਕੰਢੇ ਘੁਮਸਾਨ ਦਾ ਯੁੱਧ ਹੋਇਆ ਉਹਦੇ ਸਿੰਘ ਨੇ ਸ਼ਹੀਦੀ ਦਾ ਜਾਮ ਪੀਤਾ ਮਾਰ ਸਾਲਾਂ ਸਰਸਾ ਨੂੰ ਪਾੜ ਕਰ ਲਓ ਦਸਵੇਂ ਪਾਤਸ਼ਾਹ ਸਿੰਘਾਂ ਨੂੰ ਫਰਮਾਨ ਕੀਤਾ ਛਾਲਾਂ ਮਾੜੀਆਂ ਹੁਕਮ ਨੂੰ ਮੰਨ ਕੇ ਤੇ ਭੇਟਾ ਸਰਸਾ ਦੀ ਕਈ ਮਰੀਦ ਹੋ ਗਏ ਪੈ ਵਿਛੋੜੇ ਵਿੱਚ ਪਰਿਵਾਰ ਸਾੜੇ ਸਿੰਘ ਸਿੰਘਣੀਆਂ ਕਈ ਸ਼ਹੀਦ ਹੋ ਗਏ ਇਸ ਪਵਿੱਤਰ ਅਸਥਾਨ ਤੇ ਬਾਬਾ ਜੈਤਾ ਜੀ ਦੀ ਮਾਤਾ ਪ੍ਰੇਮੋ ਜੀ ਅਤੇ ਦੋ ਸਪੁੱਤਰ ਬਾਬਾ ਜੈਤਾ ਜੀ ਦੇ ਭਾਈ ਗੁਲਜ਼ਾਰ ਸਿੰਘ ਜੀ ਤੇ ਗੁਰਦਿਆਲ ਸਿੰਘ ਜੀ ਨੇ ਸ਼ਹੀਦੀਆਂ ਪਾਈਆਂ ਅੱਜ ਵੀ ਪਰਿਵਾਰ ਵਿਛੋੜਾ ਗੁਰਦੁਆਰੇ ਦੇ ਦਰਸ਼ਨ ਕਰੋ
पर किसी भी धर्मी बंदे ने इन्हां शहीदां दी यादगार नूं नहीं बनाया, उन्हां दी याद बननी चाहीदी है, क्योंकि आने वाली पीढ़ियां नूं पता लगे कि बाबा जैता जी दे परिवार दी, बाबा जीवन सिंह दे परिवार दी, सिख कौम दी किड्डी वड्डी कुरबानी उस परिवार ने की है। आओ भी इतिहास के पन्नियां ते चलिए, नेकां इस्त्रियां ते बच्चे पानी विच रुड़ गए, गुरु जी का परिवार विछड़ गया, माता सुंदर कौर जी, माता साहिब कौर जी, बाबा जीवन सिंह जी धर्म पत्नी, बीबी राज कौर जी दे नाल, भाई मणि सिंह दे नाल दिल्ली वाल चल पे, माता गुजरी ते छोटे साहबजादे जोड़ावार सिंह फतेह सिंह कुम्मे माशकी की झोंपड़ी विच अटके इत्थे गुरु घर दे रसोईए गंगा राम ने अपने पिंड सहेड़ी ने जाके गिरफ्तार करवा दिते है। इन्हां नूं सूबे सरहिंद वजीद खां दे हुक्मां दे नाल 23 दिसंबर 1704 ईस्वी नूं दुबाड़ विच जिंदा चिन के शहीद कर दिता गया। 20 दिसंबर 1704 ईस्वी की शाम तक बाबा जीवन सिंह जी साहबजादा अजीत सिंह जी नूं बचा के भाई सेवा सिंह नाल कोटला निहंग खां विखे गुरु जी नूं आ मिले। इत्थे भाई बचित्र सिंह जी भी शहादत का जाम पी गए। निहंग खां पठान दे नाल सलाह मशवरा करके गुरु जी 21 दिसंबर 1704 ईस्वी नूं चमकौड़ विखे पहुंचे। चमकौड़े जट जिमीदार की कच्ची हवेली विच पहुंच गए। सो चमकौड़िए की सूचना देन ते शाम तक 10 लख फौज ने कच्ची हवेली नूं घेरा पा लिया। 22 दिसंबर 1704 ईस्वी नूं संसार का अनोखा युद्ध शुरू होया। एक पासे 40 सिंह, दूजे पासे 10 लख फौज। बाबा जीवन सिंह जी गुरु के इशारे उत्ते रणजीत नगाड़े ते चोटां लाईयां। चार छपेड़ा गूंज उठिया। सिंघां ने जथे बना के बाहर निकल के लड़ लड़ के शहीदियां प्राप्त कीतियां। साहिबजादा जुझार सिंह 5 सिंघां नाल बाहर निकले, लड़ के शहीदी प्राप्त कर गए। इस जंग विच बाबा जीवन सिंह जी के 2 छोटे पुत्र अते भरा भाई संगत सिंह जी भी चमकौड़ के जंग विच जिथे शहीद होए, उत्थे बाबा जीवन सिंह दे सौड़ा साहब भाई खजान सिंह ते 2 वड्डे सपुत्र भाई सुखा सिंह ते भाई सेवा सिंह जी ने शहीदियां पाईयां। कवि कहिंदा है बाबा जीवन सिंह रंगड़ेटे ने कमाल कीती, कर अपना आप निसार दिता। सुखा सिंह ते सेवा सिंह पुत वड्डे भाई संगत सिंह कौम तो वार दिता। कीता परन जो जोधे ने नाल गुरदे, किते कौल नूं तोड़ चला गया ओ, देश कौम दे वार परिवार साड़ा जोधा गुरु तो जिंदगी ला गया ओ। जदों तक रहणगे सूरज ते चन्न तारे, जात बाबे दे दिलां विच रहसी, बाबा जीवन सिंह जी चमकने विच दुनिया। घर घर विच बाबे दी बात पई सी। बाबा जीवन सिंह जी कायम मिसाल करके बेटा गुरु दा सदा अखवाड़ है ने सेवा सिमरन कुरबानी दा वेख जज्बा। निशान सिंह भी शीस चका रहे ने। गुरु जी इस जंग विच आप जी शहीद होना चाहुंदे सन, पर 5 प्यारियां ने फैसला किया। हुण 5 सिंघां ने गुरु गोबिंद सिंह महाराज जी नूं गढ़ी त्यागण वास्ते जिवें कहा, मेरे साथी इउं बयान करदे आ। पंच परवान कीते मेरे घर के मेहरबान गुरु जी, पंच प्रधान कीते साखी पर के दयावान गुरु जी। आपे गौर चेला मान दिता पंजा नूं अज भी निवाज लो, पंथ खालसे दा केहा मनो गुरु जी गड़ी नूं त्याग दो। साहिबजादे साहिब पा गए शहीदियां जाबरां नूं मार के, जालम जुलम जागरण पे ना कह के ललकार के जी, कह के ललकार के। असी भी शहीदियां दे चावान हां चंग कर पाग दियो, पंथ खार से दा केहा मनो गुरु जी गड़ी नूं त्याग दियो। कर्म युद्ध जूझिया जो पंथ खालसा सदा रहु जूझदा, हुकम रजाई हुकमां च चल के हुकम रहु पूजदा। आन शान कैम रखो पाणा मन के गावने नूं राग दियो, गावने नूं राग दियो। पंथ खालसे दा केहा मनो गुरु जी गड़ी नूं त्याग दो। खालसा जी मोरचे ते रहू डटिया, जाना पैणा आप नूं जी, जाना पैणा आप नूं। भेत कोई आप जी तो नहीं छुपिया, बेटे कहण बाप नूं। अपने प्यारियां नूं प्यार करके पूरे घर काज दियो,
ਪੰਥ ਖਾਲਸੇ ਦਾ ਕਿਹਾ ਮੰਨੋ ਗੁਰੂ ਜੀ, ਪਗੜੀ ਨੂੰ ਤਿਆਗ ਦਿਓ। ਤਲੀ ਉੱਤੇ ਸੀਸ ਨੂੰ ਟਿਕਾਉਣਾ ਜਾਣਦੇ ਸਿੱਖ ਲਈ ਆਪ ਦੀ, ਤਲੀ ਉੱਤੇ ਸੀਸ ਨੂੰ ਟਿਕਾਉਣਾ ਜਾਣਦੇ ਸਿੱਖ ਲਈ ਆਪ ਦੀ, ਜ਼ਾਲਮਾਂ ਨੂੰ ਸਿੱਧੇ ਰਾਹੇ ਪਾਉਣਾ ਜਾਣਦੇ ਵਡਿਆਈ ਆਪ ਦੀ। ਪੰਥ ਖਾਲਸੇ ਦਾ ਮਾਣ ਰੱਖੋ ਗੁਰੂ ਜੀ, ਪੰਥ ਨੂੰ ਨਿਵਾਜ ਦਿਓ, ਪੰਥ ਨੂੰ ਨਿਵਾਜ ਦਿਓ। ਪੰਥ ਖਾਲਸੇ ਦਾ ਕਿਹਾ ਮੰਨੋ ਗੁਰੂ ਜੀ, ਗੜੀ ਨੂੰ ਤਿਆਗ ਦਿਓ। ਕੌਲ ਛੱਕ ਪੰਜਾਂ ਪਾਸ ਮਾਣ ਰੱਖ ਕੇ ਵਡਿਆਇਆ ਪੰਜਾਂ ਨੂੰ, ਹੁਕਮ ਚਲਾਉਣਾ ਤੇ ਵਜਾਉਣਾ ਦੱਸ ਕੇ ਸ਼ਾਹ ਬਣਾਇਆ ਪੰਜਾਂ ਨੂੰ। ਪੰਥ ਦੇ ਪੁਜਾਰੇ ਪੰਜ ਆਏ ਦਾਤਾ ਜੀ, ਸ਼ਾਹੀ ਮੋਰ ਦੱਸ ਦਿਓ। ਪੰਥ ਖਾਲਸੇ ਦਾ ਕਿਹਾ ਮੰਨੋ ਗੁਰੂ ਜੀ, ਗੜੀ ਨੂੰ ਤਿਆਗ ਦਿਓ। ਜੰਗ ਯੁੱਧ ਵਿੱਚ ਰਾਜਨੀਤੀ ਵਰਤਣੀ ਕੋਈ ਮਾੜੀ ਗੱਲ ਨਹੀਂ, ਧਰਮ ਉਭਾਰਨਾ ਸਿੰਘਾਰਨਾ ਜ਼ੁਲਮ ਨੂੰ ਕੋਈ ਵੱਲ ਚੱਲ ਨਹੀਂ। ਜਾਣੀ ਜਾਣ ਪਾਤਸ਼ਾਹ ਜੀ ਦਇਆ ਕਰੋ ਜੀ, ਖਾਲਸੇ ਦੀ ਲਾਜ ਰੱਖ ਲੋ। ਪੰਥ ਖਾਲਸੇ ਦਾ ਕਿਹਾ ਮੰਨੋ ਗੁਰੂ ਜੀ, ਗੜੀ ਨੂੰ ਤਿਆਗ ਦਿਓ। ਮੇਰੇ ਥਾਂ ਨਾ ਜਾਏ ਅਰਦਾਸ ਕਦੇ ਵੀ, ਫਰਮਾਇਆ ਆਪਨੇ ਬਿਰਥਾ ਨਾ ਜਾਏ ਅਰਦਾਸ ਕਦੇ ਵੀ, ਫਰਮਾਇਆ ਆਪਨੇ ਖਾਲਸੇ ਨੂੰ ਬਖਸ਼ ਸਮਤ ਇਸ ਦੀ ਕਦਰ ਬਣਾਇਆ ਆਪਣੇ। ਉਪਦੇਸ਼ ਸਿੱਖ ਸੰਗਤਾਂ ਨੂੰ ਸ਼ਾਹੀ ਫੌਜਾਂ ਸਾਜ ਦਿਓ। ਪੰਥ ਖਾਲਸੇ ਦਾ ਕਿਹਾ ਮੰਨੋ ਗੁਰੂ ਜੀ, ਗੜੀ ਨੂੰ ਤਿਆਗ ਦਿਓ। ਗੜੀ ਚਮਕਾਰ ਚ ਹੁਕਮ ਪੰਥ ਦਾ, ਗੜੀ ਚਮਕੌਰ ਚ ਹੁਕਮ ਪੰਥ ਦਾ ਹੈ ਵਜਾਇਆ ਆਪਣੇ, ਬੇਟਾ ਰੰਗ ਰੇਟਾ ਜੀਵਨ ਸਿੰਘ ਸੂਰੇ ਨੂੰ ਵਡਿਆਇਆ ਆਪਣੇ। ਜੋ ਚਾਹੇ ਕਰੋ ਮਹਾਰਾਜ ਗੁਰੂ ਜੀ, ਸਮਝਾ ਕਾਜ ਦਿਓ। ਪੰਥ ਖਾਲਸੇ ਦਾ ਕਿਹਾ ਮੰਨੋ ਗੁਰੂ ਜੀ, ਗੜੀ ਨੂੰ ਤਿਆਗ ਦਿਓ। ਭਗਵੰਤ ਗੁਰ ਭੇਜ ਇਹੋ ਕਹਿਣ ਗੁਰੂ ਜੀ, ਫਿਰ ਦਲ ਜੀਤ ਕੇ ਨਿਸ਼ਾਨ ਸਿੰਘ ਸਿੰਘ ਜੋਗ ਰਾਜ ਗੁਰੂ ਜੀ ਆਏ ਮਨ ਦੀਤ ਕੇ। ਨਿਸ਼ਾਨ ਸਿੰਘ ਬਾਜਾ ਵੱਲ ਸੱਚੇ ਪਾਤਸ਼ਾਹ, ਨਿਸ਼ਾਨ ਸਿੰਘਾਂ ਬਾਜਾ ਵਾਲੇ ਸੱਚੇ ਪਾਤਸ਼ਾਹ, ਰੰਕਾਂ ਨੂੰ ਰਾਜ ਦਿਓ, ਰੰਕਾਂ ਨੂੰ ਰਾਜ ਦਿਓ। ਪੰਥ ਖਾਲਸੇ ਦਾ ਕਿਹਾ ਮੰਨੋ ਗੁਰੂ ਜੀ, ਗੜੀ ਨੂੰ ਤਿਆਗ ਦਿਓ। ਪੰਜ ਪਿਆਰਿਆਂ ਦੇ ਫੈਸਲੇ ਨੂੰ ਰੱਬੀ ਹੁਕਮ ਮੰਨ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੜੀ ਛੱਡਣ ਦਾ ਫੈਸਲਾ ਕਰ ਲਿਆ। 22-23 ਦਸੰਬਰ 1704 ਈਸਵੀ ਦੀ ਰਾਤ ਨੂੰ ਕਲਗੀਆਂ ਵਾਲੇ ਗੁਰਦੇਵ ਗੜੀ ਛੱਡਣ ਤੋਂ ਪਹਿਲਾਂ ਆਪਣੀ ਕਲਗੀ ਤੇ ਪੁਸ਼ਾਕਾ ਬਾਬਾ ਜੀਵਨ ਸਿੰਘ ਜੀ ਨੂੰ ਪਹਿਨਣ ਦਾ ਹੁਕਮ ਦਿੱਤਾ। ਯਾਦ ਰੱਖੋ, ਬਚਪਨ ਵਿੱਚ ਪਟਨਾ ਸਾਹਿਬ ਵਿਖੇ ਭਾਈ ਜੈਤਾ ਤੇ ਉਸਦੇ ਛੋਟੇ ਭਰਾ ਸੰਗਤੇ ਨੂੰ ਬਾਲ ਗੋਬਿੰਦ ਰਾਏ ਜੀ ਦੇ ਨਾਲ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ। ਇੱਕ ਵਾਰ ਗੰਗਾ ਦਰਿਆ ਦੇ ਕਿਨਾਰੇ ਖੇਡਦਿਆਂ ਹੋਇਆਂ ਘਰ ਪਰਤਣ ਵਿੱਚ ਦੇਰੀ ਹੋ ਗਈ। ਜਲਦੀ ਵਿੱਚ ਬਾਲਕ ਗੋਬਿੰਦ ਰਾਏ ਜੀ ਦੀ ਸਿਰ ਤੇ ਬੰਨਣ ਵਾਲੀ ਦਸਤਾਰ ਬਾਲਕ ਜੈਤੇ ਨੇ ਆਪਣੇ ਸਿਰ ਤੇ ਬੰਨਣੀ ਸ਼ੁਰੂ ਕਰ ਦਿੱਤੀ। ਅਸਲੀਅਤ ਜਾਣਨ ਤੇ ਦਸਤਾਰ ਵਾਪਸ ਕਰਨ ਲੱਗੇ ਤਾਂ ਗੋਬਿੰਦ ਰਾਏ ਨੇ ਕਿਹਾ, ਜੈਤਿਆ ਹੱਲੇ ਮੇਰੀ ਦਸਤਾਰ ਬੰਨਣ ਦਾ ਸਮਾਂ ਨਹੀਂ ਆਇਆ, ਜਦੋਂ ਆਵੇਗਾ ਮੈਂ ਆਪਣੀ ਦਸਤਾਰ ਖੁਦ ਤੇਰੇ ਸਿਰ ਤੇ ਸਜਾਵਾਂਗਾ। ਗੁਰੂ ਜੀ ਦੇ ਦੋ ਸਾਹਿਬਜ਼ਾਦੇ 27 ਸਿੰਘ ਸ਼ਹੀਦ ਹੋ ਚੁੱਕੇ ਨੇ ਗੜੀ ਵਿੱਚ। ਗੜੀ ਵਿੱਚ 11 ਸਿੰਘ ਬਚੇ, ਉਹਨਾਂ ਆਪਣੇ ਵਿੱਚੋਂ 5 ਪਿਆੜੇ ਚੁਣ ਲਏ। 5 ਪਿਆੜਿਆਂ ਵੱਲੋਂ ਗੁਰੂ ਜੀ ਨੂੰ ਗੜੀ ਛੱਡਣ ਦਾ ਹੁਕਮ ਦਿੱਤਾ ਗਿਆ। ਇਸ ਨੂੰ ਰੱਬੀ ਹੁਕਮ ਮੰਨ ਕੇ ਇਹ ਫੈਸਲਾ ਪ੍ਰਵਾਨ ਕਰ ਲਿਆ। ਛਿੱਟੇ ਵਜੋਂ ਆਪਣੇ ਕਲਗੀ ਅਤੇ ਸ਼ਸਤਰ ਬਸਤਰ ਅਤੇ ਸਰੂਪ ਦੀ ਸਵਰਗਿਰਦੀ ਦਾ ਫੈਸਲਾ ਲੈਣਾ ਸੀ। ਇਹ ਸਾਰਾ ਕੁਝ ਉਸ ਮਹਾਨ ਵਿਅਕਤੀ ਨੂੰ ਦਿੱਤਾ ਜਾਣਾ ਸੀ ਜਿਸ ਨੇ ਗੁਰੂ ਘਰ ਲਈ ਸ਼ਰਧਾ, ਵਫਾ ਤੇ ਵਿਸ਼ਵਾਸ ਦਿੱਤਾ ਹੋਵੇ। ਬਾਬਾ ਜੀਵਨ ਸਿੰਘ ਜੀ ਤੋਂ ਬਿਨਾਂ ਹੋਰ ਕੋਈ ਵੀ ਅਜਿਹਾ ਪਾਤਰ ਬਾਕੀ ਨਹੀਂ ਸੀ ਰਹਿ ਗਿਆ ਜਿਸ ਦੇ ਬਰਾਬਰ ਦੀ ਕੁਰਬਾਨੀ ਕਿਸੇ ਹੋਰ ਨੇ ਕੀਤੀ ਹੋਵੇ। ਗੁਰੂ ਸਾਹਿਬ ਜੀ ਦੀ ਜੱਜਮੈਂਟ ਕਦੇ ਗਲਤ ਨਹੀਂ ਹੋ ਸਕਦੀ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਕੈਂਕਲ ਨੇ ਸਪਸ਼ਟ ਜ਼ਿਕਰ ਕੀਤਾ ਹੈ ਕਿ ਬਾਦਸ਼ਾਹ ਦਰਵੇਸ਼ ਦਸ਼ਮੇਸ਼ ਪਿਤਾ ਨੇ ਆਪਣਾ ਸਹੀ ਫੈਸਲਾ ਕਰਦਿਆਂ ਹੋਇਆਂ ਕਲਗੀ ਤੋੜਾ, ਸ਼ਸਤਰ ਬਸਤਰ
अपने प्यारे श्रद्धालु ते पूर्ण गुरसिख बाबा जीवन सिंह जी जो गुरु का बेटा है जिस दियां अखां सामने उसके परिवार दियां जीवित कुरबानियां सी संपिया ना के संगत सिंह तां संत सिंह नूं जिन्हां दी सेवा बाबा जीवन सिंह जी दे मुकाबले नहीं गुरु गोबिंद सिंह महाराज जी दे दरबारी कवि कंकण अनुसार निज कलगी सिरदी सजाए दुई पोशाक अपनी पहराए जीवन सिंह जो बुरज बिठाया तज गढ़ी गोबिंद सिंह जाया भाषा विभाग दे भाई रतन सिंह जी पंगू प्रचीन पंथ प्रकाश लिखदे ने कि जीवन सिंह रंगरेटड़े बदूकी खूब अखवाया एक बुरज मध में बाया केले हिंके साया छटनी गढ़ी चमकौड़ दी रात बंत बनाई भाई जीवन सिंह जी दे निज कलगी लाई अपनी ला के उसनू पैशाक पहनाई कवि सेनापत जी लिखते ने कि भाई जीवन सिंह जी दे सिर ते कलगी लाई अपनी ला के उसनू पैशाक बनाई अंदर बुरज बिठा के इउं आख सुनाई पीर हिंद दा जाड़िया सुन ले लकाई जिस वेले कलगियां वाले गुरदेव जी ने भाई जीवन सिंह जी नू कलगी तोड़ा बख्शिया उस वेले दे शीन नू मेरे नाल दे साथी गुरभेज सिंह जी कलसियां भाई भगवंत सिंह जी महिंदीपुर वाले निशान सिंह चबाल दा कविश्री जथा हे इउं बयान करदा लाजवंती दे चंद पाई जय ताजी नंद पाई सदा नंद दे निवाजे गुरां दे निवाजे गुरां दे रंगरेटे बेटे साहिबजादे बाजा वाले दे दानी सूर में दानी सूर में भगत ब्रह्म ज्ञानी पारी उपकारी खालसा जीवन सिंह जी जीवन सिंह जी टिका के शीस तलीते यार दी गली च खेल दे नौवें गुरां दा लिया के शीस दिल्लियों काल के कठन कालना दसम गुरु जी वो दसम गुरु जी निहाल की तनदरी आला सरदार फौजा दा नंदपुरी नू आनंदपुरी नू त्याग संग गुरां दे डेरा चमकौर ला लिया कच्ची गड़ी दे कच्ची गड़ी दे विचाले सिंह चाली गुरु जी दे जुगों लाडले दस लख दा हजूम चढ़ाया युद्ध घुमसान मचिया सवा लख ना कला कला जूझिया पाइया अंत नू शहीदियां साहिबजादे जी साहिबजादे भी शहीदियां पा गए बाकी सिंह हाथ जोड़ के केहा गुरु जी केहा गुरु जी त्याग जाव गड़ी नू बचन मन खालसे दा देके कलगी पुछाका अपनी जीवन सिंह पाई नू बंस वदेगी वो बंस वदेगी जहान विच तेरी सदा ही नाम कैम रहेगा देके थापड़ा देके थापड़ा बिठा के जगह अपनी साहब जी करी स्थापना 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 निशान सिंह गुरान वाजिया बेटा अपना श्रोमणी गुरुद्वारा प्रबंधक कमेटी श्री अमृतसर जी दी संपादक पुस्तक प्राचीन पंथ प्रकाश के लेखक सरदार रतन सिंह जी पंगू
ਪੰਨਾ 58 ਤੇ ਚਮਕੌਰ ਸਾਹਿਬ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਬਹਾਦਰੀ ਬਾਰੇ ਰੋਸ਼ਨੀ ਪਾਉਂਦੇ ਲਿਖਦੇ ਨੇ ਕਿ ਜੀਵਨ ਸਿੰਘ ਰੰਗਰੇਟੜੇ ਬੰਦੂਕੀ ਖੂਬ ਅਖਵਾਏ। ਭੰਗੂ ਸਾਹਿਬ ਦੇ ਕਥਨ ਤੋਂ ਇਹ ਗੱਲ ਨਿਖੜ ਕੇ ਸਾਹਮਣੇ ਆ ਜਾਂਦੀ ਹੈ ਕਿ ਬਾਬਾ ਜੀਵਨ ਸਿੰਘ ਜੀ ਮਹਾਨ ਬੰਦੂਕਚੀ, ਉਹ ਬੁਰਜ ਵਿੱਚ ਕੱਲਾ ਬੈਠਾ ਸੀ, ਕੱਲੇ ਹੀ ਮੁਗਲ ਫੌਜ ਨਾਲ ਜੰਗ ਕਰਦਿਆ ਸੀ। ਸੋ ਸਪਸ਼ਟ ਹੈ ਕਿ ਸਾਰੇ ਸਿੰਘ ਸ਼ਹੀਦ ਹੋ ਗਏ, ਕੱਲੇ ਨੇ ਮੁਗਲ ਫੌਜ ਨੂੰ ਰੋਕ ਕੇ ਰੱਖਿਆ। ਇਹ ਵੀ ਸਪਸ਼ਟ ਹੋ ਜਾਂਦਾ ਹੈ ਜੋ ਸਿੰਘ ਬੁਰਜ ਵਿੱਚ ਕੱਲਾ ਬੈਠਾ ਸੀ ਉਸਦੇ ਸਿਰ ਤੇ ਕਲਗੀ ਲੱਗੀ ਹੋਈ ਹੈ, ਉਸਨੇ ਗੁਰੂ ਜੀ ਦਾ ਪੁਸ਼ਾਕਾ ਪਹਿਨਿਆ ਹੋਇਆ ਹੈ ਤਾਂ ਜੋ ਮੁਗਲ ਫੌਜ ਨੂੰ ਇਹ ਭੁਲੇਖਾ ਰਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗੜੀ ਵਿੱਚ ਹੋਣ ਦਾ ਭੁਲੇਖਾ ਬਣਿਆ ਰਵੇ। ਇਸ ਤੋਂ ਇਹ ਗੱਲ ਵੀ ਸਿੱਧ ਹੋ ਜਾਂਦੀ ਹੈ ਕਿ ਗੁਰੂ ਜੀ ਦੇ ਨਿਰਾਲੇ ਬਚਨ 125,000 ਸੇ ਏਕ ਲੜਾਉ ਨੂੰ ਅਮਲੀ ਰੂਪ ਵਿੱਚ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਨੇ ਸਵੀਕਾਰ ਕੀਤਾ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਦਾ ਅਸਲੀ ਹੱਥ ਲਿਖਤ ਖੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਵੇਖਣ ਲਈ ਬੇਨਤੀ ਕੀਤੀ ਗਈ ਪਰ ਉਹਨਾਂ ਪਾਸੇ ਖੜਾ ਨਹੀਂ ਮਿਲਿਆ। ਗਿਆਨੀ ਗਿਆਨ ਸਿੰਘ ਜੀ ਚਮਕੌਰ ਦੇ ਜੰਗ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਬਹਾਦਰੀ ਬਾਰੇ ਇਉਂ ਬਿਆਨ ਕਰਦੇ ਨੇ, ਊਤ ਚਮਕੌਰ ਸਿੰਘ ਥੇ ਜੋਈ, ਜੀਵਨ ਸਿੰਘ ਮਜ਼ਬੀ ਲੈ ਤੋਈ। ਗਿਆਨੀ ਗਿਆਨ ਸਿੰਘ ਅਨੁਸਾਰ ਜੋ ਗੜੀ ਵਿੱਚ ਸਿੰਘ ਮੌਜੂਦ ਸਨ ਉਹਨਾਂ ਵਿੱਚ ਬਾਬਾ ਜੀਵਨ ਸਿੰਘ ਇੱਕ ਸਨ। ਸੂਰਜ ਚੜ੍ਹੇ ਭਾਵ ਦੂਸਰੇ ਦਿਨ 23 ਦਸੰਬਰ 1704 ਈਸਵੀ ਨੂੰ ਸੂਰਜ ਚੜ੍ਹਦੇ ਸਾੜ ਹੀ ਮੁਗਲਾਂ ਨੇ ਗੜੀ ਦੇ ਉੱਤੇ ਹਮਲਾ ਕਰ ਦਿੱਤਾ। ਸਿੰਘਾਂ ਨੇ ਬਹੁਤ ਸਾਰੇ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਅੰਤ ਸ਼ਹੀਦੀਆਂ ਪਾ ਗਏ। ਇੱਥੇ ਗੱਲ ਨੋਟ ਕਰਨ ਵਾਲੀ ਹੈ, ਗਿਆਨੀ ਜੀ ਨੇ ਕਿਸੇ ਹੋਰ ਸਿੰਘ ਦਾ ਨਾਮ ਨਹੀਂ ਲਿਖਿਆ, ਸਿਰਫ ਬਾਬਾ ਜੀਵਨ ਸਿੰਘ ਜੀ ਦੇ ਨਾਮ ਦਾ ਜ਼ਿਕਰ ਕੀਤਾ ਹੈ। ਸਪੱਸ਼ਟ ਹੋ ਜਾਂਦਾ ਹੈ ਕਿ ਉਹ ਗੜੀ ਦੇ ਕਮਾਂਡਰ ਸਨ। ਕਲਗੀ ਅਤੇ ਬਾਣਾ ਕਮਾਂਡਰ ਨੂੰ ਹੀ ਦਿੱਤਾ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੁਆਰਾ ਪ੍ਰਕਾਸ਼ਿਤ ਗੁਰਦੁਆਰਾ ਗਜਟ ਦਸੰਬਰ 1993 ਦੇ ਪੰਨਾ 19 ਤੇ ਬਾਬਾ ਜੀਵਨ ਸਿੰਘ ਜੀ ਨੂੰ ਕਲਗੀ ਬਖਸ਼ਣ ਬਾਰੇ ਇਉਂ ਲਿਖਿਆ ਹੈ, ਗੁਰੂ ਜੀ ਨੇ ਪੰਜਾਂ ਪਿਆਰਿਆਂ ਦਾ ਹੁਕਮ ਪ੍ਰਵਾਨ ਕਰਕੇ ਆਪਣੀ ਸ਼ਕਲ ਦੇ ਨਾਲ ਮਿਲਦੇ ਜੁਲਦੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਦਾ ਸੀਸ ਚਾਂਦਨੀ ਚੌਂਕ ਤੋਂ ਆਨੰਦਪੁਰ ਸਾਹਿਬ ਲਿਆਉਣ ਵਾਲੇ ਰੰਗਰੇਟੇ ਗੁਰੂ ਕਾ ਬੇਟੇ ਦਾ ਖਿਤਾਬ ਲੈ ਚੁੱਕੇ ਬਾਬੇ ਜੀਵਨ ਸਿੰਘ ਜੀ ਨੂੰ ਆਪਣੀ ਕਲਗੀ ਤੇ ਪਛਾਕ ਬਣਾਈ ਤਾਂ ਜੋ ਦੁਸ਼ਮਣ ਨੂੰ ਚਕਮਾ ਦਿੱਤਾ ਜਾ ਸਕੇ। 23 ਦਸੰਬਰ 1704 ਈਸਵੀ ਦੀ ਸਵੇਰ ਨੂੰ ਮੁਗਲ ਫੌਜ ਨੇ ਗੜੀ ਉੱਤੇ ਜ਼ਬਰਦਸਤ ਹਮਲਾ ਕਰ ਦਿੱਤਾ। ਬਾਬਾ ਜੀਵਨ ਸਿੰਘ ਜੀ ਗੜੀ ਦੀ ਮੌਂਟੀ ਤੇ ਬੈਠੇ ਨੇ, ਆਪਣੀ ਨਾਗਣੀ ਅਤੇ ਬਾਗਣੀ ਬੰਦੂਕਾਂ ਨਾਲ ਜ਼ਬਰਦਸਤ ਫੈਰ ਕਰਦੇ ਨੇ। ਜੋ ਤੀਰ ਗੁਰੂ ਜੀ ਬਖਸ਼ ਕੇ ਗਏ ਸੀ ਉਹ ਚਲਾਉਂਦੇ ਨੇ। ਮੁਗਲਾਂ ਨੂੰ ਭੁਲੇਖਾ ਰਵੇ ਕਿ ਗੁਰੂ ਜੀ ਗੜੀ ਦੇ ਵਿੱਚ ਬੈਠੇ ਹੋਏ ਨੇ ਕਿਉਂਕਿ ਉਹਨਾਂ ਦੇ ਸੀਸ ਤੇ ਗੁਰੂ ਜੀ ਦੀ ਕਲਗੀ ਚਮਕਾ ਮਾਰ ਰਹੀ ਸੀ। ਬਾਬਾ ਜੀ ਲਗਾਤਾਰ ਕਦੇ ਬੰਦੂਕਾਂ ਦੇ ਫੈੜ ਕਰਦੇ, ਕਦੇ ਤੀਰ ਚਲਾਉਂਦੇ, ਕਦੇ ਨਗਾੜਾ ਖੜਕਾਉਂਦੇ, ਕਦੇ ਸਿੰਘ ਬਾਹਰ ਨਿਕਲ ਕੇ ਘਮਸਾਨ ਦਾ ਯੁੱਧ ਕਰਦੇ ਸਨ। ਉਹਨਾਂ ਨੂੰ ਮੁਗਲਾਂ ਸੈਨਾ ਦਾ ਬਹੁਤ ਨੁਕਸਾਨ ਕਰ ਦਿੱਤਾ, ਮੁਗਲ ਸੈਨਾ 'ਚ ਘਬਰਾਹਟ ਫੈਲ ਗਈ। ਪਰ 7 ਕੁ ਸਿੰਘਾਂ ਨੇ 10 ਲੱਖ ਫੌਜ ਦਾ ਬੜੀ ਦੇਰ ਮੁਕਾਬਲਾ ਕਰਦੇ ਨੇ, ਆਪਣੀ ਵੀਰਤਾ ਦੇ ਜੌੜ ਖੁਆਉਂਦੇ, ਸਾਰੇ ਸਿੰਘ ਇੱਕ ਇੱਕ ਕਰਕੇ ਸ਼ਹੀਦ ਹੋ ਗਏ। ਹੁਣ ਬਾਬਾ ਜੀਵਨ ਸਿੰਘ ਜੀ ਗੜੀ ਵਿੱਚ ਇਕੱਲੇ ਬੈਠੇ ਨੇ, ਇਕੱਲੇ ਹੀ ਦੁਸ਼ਮਣਾਂ ਨਾਲ ਜੰਗ ਕਰਦੇ ਆਓ ਲਾ ਰਹੇ ਨੇ। ਬਾਬਾ ਜੀ ਪਾਸ ਗੋਲੀ ਸਿੱਕਾ ਖਤਮ ਹੋ ਗਿਆ, ਬਾਬਾ ਜੀ ਮੌਂਟੀ ਤੋਂ ਥੱਲੇ ਉਤਰੇ, ਗੜੀ ਦਾ ਦਰਵਾਜ਼ਾ ਖੋਲ੍ਹ ਦਿੱਤਾ, ਦੋਨਾਂ ਹੱਥਾਂ ਵਿੱਚ 2 ਤਲਵਾਰਾਂ ਫੜ ਕੇ ਦੁਸ਼ਮਣਾਂ 'ਤੇ ਜਾ ਪਏ। ਹੁਣ ਦੁਸ਼ਮਣਾਂ ਨੂੰ ਅਨੁਮਾਨ ਲਗਾ ਰਹੇ ਸੀ ਕਿ ਹੁਣ ਕੇਵਲ ਗੁਰੂ ਗੋਬਿੰਦ ਸਿੰਘ ਜੀ ਗੜੀ ਤੋਂ ਬਾਹਰ ਆ ਕੇ ਲੜ ਰਹੇ ਨੇ ਕਿਉਂਕਿ ਉਹਨਾਂ ਦੇ ਸੀਸ ਉੱਤੇ ਚਮਕਾ ਮਾਰਦੀ ਕਲਗੀ ਲਿਸ਼ਕ ਰਹੀ ਸੀ। ਬਾਣਾ ਦੁਸ਼ਮਣਾਂ ਨੂੰ ਇਸ ਗੱਲ ਦੇ ਭੁਲੇਖੇ ਨੂੰ ਯਕੀਨ ਵਿੱਚ ਬਦਲ ਲਿਆ ਸੀ। ਦੁਸ਼ਮਣ ਚਾਹੁੰਦੇ ਸੀ ਕਿ ਉਹਨਾਂ ਨੂੰ ਜੀਂਦਾ ਕਾਬੂ ਕਰਕੇ ਬਾਦਸ਼ਾਹ ਦੇ ਪੇਸ਼ ਕਰਕੇ ਵੱਡੇ ਵੱਡੇ ਰੁਤਬੇ ਇਨਾਮ ਪ੍ਰਾਪਤ ਕੀਤੇ ਜਾਣ, ਪਰ ਕਲਗੀਧਰ ਦੇ ਬੇਟੇ ਨੇ ਕਿਸੇ ਨੂੰ ਨੇੜੇ ਨਾ ਫਟਕਣ ਦਿੱਤਾ। ਚੜ੍ਹਦੀ ਕਲਾ ਵਿੱਚ ਰਹਿ ਕੇ ਦੋਵਾਂ ਹੱਥਾਂ ਦੇ ਨਾਲ ਤਲਵਾੜਾਂ ਚਲਾ ਕੇ ਵੈੜੀਆਂ ਨੂੰ ਸੋਧ ਦੇ ਰਹੇ। ਬਾਬਾ ਜੀ ਨੂੰ ਜੀਂਦੇ ਫੰਡ ਦਾ ਮਨਸੂਬਾ ਜਦੋਂ ਪੂਰਾ ਨਾ ਹੋਇਆ, ਦੁਸ਼ਮਣਾਂ ਨੇ ਤੀਰ ਤੇ ਗੋਲੀਆਂ ਦੀ ਬਾਰਸ਼ਾਂ ਨਾਲ ਬਾਬਾ ਜੀਵਨ ਸਿੰਘ ਦੇ ਸਰੀਰ ਨੂੰ ਛੱਲਣੀ ਛੱਲਣੀ ਕਰ ਦਿੱਤਾ। ਸਰੀਰ ਵਿੱਚੋਂ ਤ੍ਰਿਪ ਤ੍ਰਿਪ ਖੂਨ ਵਗਣ ਲੱਗ ਪਿਆ। ਅੰਤ ਨੂੰ ਬਾਬਾ ਜੀ ਗੜੀ ਦੇ ਬੁਰਜ ਵਾਲੇ ਦੇ ਥਾਂ ਤੇ 10 ਲੱਖ ਫੌਜ ਦੇ ਨਾਲ ਇਕੱਲੇ ਟੱਕਰ ਲੈਂਦੇ ਹੋਏ 23 ਦਸੰਬਰ 1704 ਈਸਵੀ ਨੂੰ ਗੁਰੂ ਜੀ ਦੇ ਬਚਨ ਨੂੰ 125,000 ਸੇ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਅਮਲੀ ਰੂਪ ਵਿੱਚ ਸਵੀਕਾਰ ਕਰਦਿਆਂ ਹੋਇਆਂ ਜਿਵੇਂ ਸ਼ਹੀਦੀ ਪ੍ਰਾਪਤ ਕੀਤੀ ਉਸ ਵੇਲੇ ਦੇ ਨਕਸ਼ੇ ਨੂੰ ਮੇਰੇ ਸਾਥੀ ਹੈ ਇਉਂ ਬਿਆਨ ਕਰਦੇ। ਭਾਈ ਸਦਾ ਆਨੰਦ ਜੀ ਪਿਆਰੇ ਗੁਰ ਚਰਨਾਂ ਦੇ ਪ੍ਰੇਮੀ ਜਪ ਤਪ ਵਾਲੇ ਜਤ ਸਤ ਵਾਲੇ
ਬਾਣੀ ਦੇ ਨਿਤਨੇਮੀ ਪਾਈ ਸਦਾ ਨੰਦ ਜੀ ਪਿਆਰੇ ਹੋ ਜੈਤਾ ਜੀ ਫਰਜੰਦ ਤਿਨਾ ਦਾ ਬੰਸੇ ਉਜਾਗਰ ਕਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਜੀਵਨ ਸਫਲਾ ਕਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਜੀਵਨ ਸਿੰਘ ਜੀ ਸੰਗਤ ਸਿੰਘ ਜੀ ਵੀਰ ਦੋਵੇਂ ਰੰਗਰੇਟੇ ਸੇਵਾ ਸਿਮਰਨ ਵਿੱਚ ਲਪੇਟੇ ਮਾਂ ਪ੍ਰੇਮੋਂ ਦੇ ਬੇਟੇ ਸੇਵਾ ਸਿਮਰਨ ਵਿੱਚ ਲਪੇਟੇ ਉਹ ਇਹ ਪਰਿਵਾਰ ਸ਼ਹੀਦ ਸਿੰਘਾਂ ਦਾ ਸਾਚੀ ਕਰਨੀ ਕਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਜੀਵਨ ਸਫਲਾ ਕਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਸੇਵਾ ਕਰਨੀ ਸਿਮਰਨ ਕਰਨਾ ਤੇਗ ਤਫੰਗ ਚਲਾਉਣੀ ਹਰ ਜ਼ਿਹਰ ਵਿੱਚ ਸਦਾ ਵੇਖਣਾ ਸੱਚੀ ਸੁਰਤ ਟਿਕਾਉਣੀ ਹਰ ਜੀ ਹਰ ਵਿੱਚ ਸਦਾ ਵੇਖਣਾ ਬਾਪੂ ਦੀ ਪੱਗ ਮਾਂ ਦੀ ਗੋਦੀ ਸੋਹਣਾ ਸਫਲੀ ਕਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਜੀਵਨ ਸਫਲਾ ਕਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਉਹ ਜਿੱਧਰ ਭੇਜਣ ਉਧਰ ਜਾਵਣ ਗੁਰ ਕਾ ਹੁਕਮ ਵਜਾਉਣਾ ਦੁੱਖ ਸੁੱਖ ਸਮ ਕਰ ਸਹਿੰਦੇ ਜਾਣਾ ਪਾਣਾ ਮਿੱਠਾ ਗਾਉਣਾ ਦੁੱਖ ਸੁੱਖ ਸਮ ਕਰ ਸਹਿੰਦੇ ਜਾਣਾ ਨਾਮ ਅਮੋਲਕ ਅਜ਼ਰ ਪਦਾਰਥ ਗੁਰ ਕਿਰਪਾ ਤੇ ਜਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਜੀਵਨ ਸਫਲਾ ਕਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਬਾਬਰ ਨੂੰ ਬਾਬਰ ਕਹਿ ਡਾਟੇ ਫੜਕਨਾ ਤੋਂ ਤਾੜੇ ਧਰਮ ਉਬਾਰੇ ਜ਼ੁਲਮ ਸਿੰਗਾਰੇ ਜ਼ਾਲਮ ਪਕੜ ਪਛਾੜੇ ਧਰਮ ਉਬਾਰੇ ਜ਼ੁਲਮ ਸਿੰਗਾਰੇ ਉਹ ਗਊ ਮਜ਼ਲੂਮਾ ਦੀਨ ਦੁਖੀ ਦੇ ਕਸ਼ਟ ਸੂਰਮਾ ਹਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਜੀਵਨ ਸਫਲਾ ਕਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਬਾਈ ਤਾਰ ਦੇ ਬਾਈ ਤਾਰੀਏ ਤਾਰ ਤੇਗ ਦੀ ਵੈ ਗਏ ਧਨ ਗੁਰੂ ਧਨ ਭਾਈ ਜੈਤਾ ਦੁਸ਼ਮਣ ਵੀ ਧਨ ਕਹਿ ਗਏ ਧਨ ਗੁਰੂ ਧਨ ਭਾਈ ਜੈਤਾ ਸ਼ਰਨ ਪਰੇ ਦੀ ਲਾਜ ਰਖਾਈ ਜੋੜਿਆ ਸੋ ਚੜ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਜੀਵਨ ਸਫਲਾ ਕਰ ਗਿਆ ਜੀਵਨ ਸਿੰਘ ਜੀ ਜੀਵਨ ਦੇ ਕੇ ਗੁੱਜਰ ਰੰਗੜ ਲੁਕ ਲੁਕ ਭੱਜਣ ਤੋਬਾ ਕਰੀ ਪਠਾਣਾ ਮੁਗਲਾਂ ਲਾਏ ਹੱਥ ਕੰਨਾਂ ਨੂੰ ਦੰਗ ਹੋਇਆ ਜਰਵਾਣਾ ਮੁਗਲਾਂ ਲਾਏ ਹੱਥ ਕੰਨਾਂ ਨੂੰ ਉਹ ਲਿਖਿਆ ਜੋ ਇਤਿਹਾਸ ਸੁਨਹਿਰੀ
नाम ओदे विच भर गया। जीवन सिंह जी जीवन दे के जीवन सफला कर गया। जीवन सिंह जी जीवन दे के आनंदपुरी नू केरा पालिया। जो वक्ती सरकारा पुठियां चला चलन झूठे किते कुफर मकारा। पुठियां चला चलन झूठे मर जाई सिख गुरां दा गुर चरनी सिर तर गया। जीवन सिंह जी जीवन दे के जीवन सफला कर गया। जीवन सिंह जी जीवन दे के सरसा कंडे जालम ठंडे किते जैते पाई। गुर कृपा ते जित्ती बाजी ऐसी तेग चलाई। गुर कृपा ते जित्ती बाजी अमर शहीद भाई जीवन सिंह जी तन मन अर्पण कर गया। जीवन सिंह जी जीवन दे के जीवन सिंह जी जीवन दे के जीवन सफला कर गया। जीवन सिंह जी जीवन दे के निशान सिंह गुर भेज राज जी भगवंत सिंह ये कहीं दे। गुरमंगत सिंह लखविंदर सिंह जी गुर चरणा विच रहिंदे। गुरमंगत सिंह लखविंदर सिंह जी अमन निहंग सिंह बाबा जीवन सिंह तन मन अर्पण कर गया। जीवन सिंह जी जीवन दे के जीवन सिंह जी जीवन दे के जीवन सफला कर गया। जीवन सिंह जी जीवन दे के मदानी जंग अंदर बाबा जी नू डिगदियां वेख के शाही फौज दे मुखिए शरीर दुआले घेरा पा लिया। वजीद खान समेत ओदे जरनैल बड़े खुश होए। उन्हें बिना किसी पुछ पड़ताल तो बाबा जीवन सिंह दे सीस नू धर नालों वखड़ा करके गुरु कलगीधर दे भुलेखे विच दिल्ली वल चल पए। इस समय नू गुरु जी दे दरबारी कवि कैंकर ने इस तरह कलमबंद करदा है। अंत अकेले गढ़ में जो बंदूकी प्रवीण जीवन सिंह रंगरेटड़े जो जूझे संग दीन। वजीता अति प्रसन्न है तब लियो मार गोबिंद दिल्ली ताए सीस लै खुशी करन नरेंद्र। सरदार नरंजन सिंह आरफी अपनी किरत रंगरेटियां दे इतिहास विच लिखदे ने जदों हकूमत नू पता लग गया कि यह सीस गुरु गोबिंद सिंह महाराज जी का नहीं यह बाबा जीवन सिंह जी का है ते यह सीस हकूमत लई बेलोड़ा सी। बीबी जलैब निशा नू यह पता है कि बाबा जीवन सिंह जी के पिता सदानंद जी के सीस का संस्कार चांदनी चौंक विच कीता गया सी। उसने कुछ विश्वास पात्रां दी सहायता दे नाल बाबा जीवन सिंह जी दे पवित्र सीस दा संस्कार भी चांदनी चौंक विच भाई सदानंद दे थड़े नाल करवा दिता। चमकौर जंग विच शहीद 40 सिंघां विच्चों केवल बाबा जीवन सिंह जी दी अकेलियां दी प्राचीन यादगार गुरद्वारा शहीदी बुरज अज भी कायम है। गुरद्वारा शहीदी बुरज वाले स्थान ते बाबा जीवन सिंह जी ने 10 लाख मुगल फौज का टाकरा करते हुए 23 दिसंबर 1704 ईस्वी नू शहीद होए। बाबा प्रीतम सिंह जी दसदे हुंदे सन कि गुरु गोबिंद सिंह महाराज जी ने बीबी शरण कौर जी नू जिम्मेवारी सौंपी सी कि वह जंग विच शहीद होए साडे सिंघां दा संस्कार करन अते उन्हां दे वड्डे सपुत्र दा संस्कार अकेले होना चाहीदा है। शहादत तों बाद उन्हां दा जिथे भी शरीर पिया होवे उत्थे ही उन्हां दा संस्कार कर दिता जावे। बीबी जी ने पुछिया सी कि आप जी दे वड्डे सपुत्र दी पहचान किवें करांगी।
ਗੁਰੂ ਜੀ ਨੇ ਬਚਨ ਕੀਤੇ ਸੀ ਕਿ ਉਹਨਾਂ ਦਾ ਧਰਦੇ ਨਾਲ ਸੀਸ ਨਹੀਂ ਹੋਵੇਗਾ, ਉਸਨੇ ਮੇਰਾ ਪੁਸ਼ਾਕਾ ਪਹਿਨਿਆ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਬੀਬੀ ਸ਼ਰਨ ਕੌਰ ਨੇ ਬਾਬਾ ਜੀਵਨ ਸਿੰਘ ਜੀ ਦਾ ਸੰਸਕਾਰ ਉਸ ਅਸਥਾਨ ਤੇ ਕਰ ਦਿੱਤਾ। ਇਸ ਅਸਥਾਨ ਤੇ ਇਤਿਹਾਸਕ ਖੂਹੀ ਹੈ ਜੋ 1704 ਈਸਵੀ ਵਿੱਚ ਹੋਈ ਭਿਆਨਕ ਜੰਗ ਸਮੇਂ ਜਲ ਦਾ ਇੱਕੋ ਇੱਕ ਸਰੋਤ ਹੋਣ ਕਰਕੇ ਵਰਤੀ ਗਈ ਸੀ, ਜਿਸ ਦੇ ਜਲ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਤ ਦੋਵਾਂ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ ਛੱਕ ਕੇ ਪਵਿੱਤਰ ਕੀਤਾ ਸੀ। ਸੰਗਤਾਂ ਹੁਣ ਵੀ ਪਵਿੱਤਰ ਜਲ ਛੱਕ ਕੇ ਜੀਵਨ ਸਫਲ ਕਰ ਰਹੀਆਂ ਏ। ਆਪ ਜੀ ਨੂੰ ਜਾਣ ਕੇ ਬੜੀ ਪ੍ਰਸੰਨਤਾ ਹੋਵੇਗੀ ਕਿ ਤਾਰੀਖ 2/10/1987 ਨੂੰ ਦੁਸਹਿਰੇ ਦੇ ਪਵਿੱਤਰ ਦਿਹਾੜੇ ਤੇ ਇਸ ਸਥਾਨ ਦੀ ਕਾਰ ਸੇਵਾ ਬੜੀ ਧੂਮਧਾਮ ਨਾਲ ਭਾਈ ਜਸਵੰਤ ਸਿੰਘ ਜੀ ਕਾਰ ਸੇਵਾ ਵਾਲੇ ਨੇ ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਸ਼ੁਰੂ ਕੀਤੀ। ਹੁਣ ਤੱਕ 7 ਮੰਜ਼ਲਾਂ ਬਣ ਚੁੱਕੀਆਂ ਨੇ। ਸਮੂਹ ਸੰਗਤਾਂ ਨੂੰ ਬੇਨਤੀ ਕਿ ਸੇਵਾ ਦੇ ਮਹਾਨ ਕੁੰਭ ਵਿੱਚ ਆਪਣਾ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਿਸਤਾਰ ਲਈ ਭਾਈ ਜਸਵੰਤ ਸਿੰਘ ਜੀ ਕਾਰ ਸੇਵਾ ਵਾਲੇ ਨਾਲ ਸੰਪਰਕ ਕੀਤਾ ਜਾਵੇ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ ਰੰਗੜੇਟਾ ਗੁਰੂ ਕਾ ਬੇਟਾ, ਵਿਦਵਾਨ ਬਲਵਾਨ ਪੜ ਉਪਕਾਰੀ ਗੁਣਾਕਾਰੀ, ਦੋ ਕੱਠੀਆਂ ਤੇਗਾਂ ਤੇ ਤਪੰਗਾ ਚਲਾਉਣ ਵਾਲੇ ਮਹਾਂਪੁਰਖ ਜੀ ਪਾਸ ਸਿੱਖ ਸੰਗਤਾਂ ਅੱਜ ਵੀ ਬਾਬਾ ਜੀਵਨ ਸਿੰਘ ਜੀ ਨੂੰ ਯਾਦ ਕਰਦੀਆਂ ਏ। ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਬਦੀ ਹੋ ਰਹੀ ਹੈ, ਦੁਖੀਆਂ ਦੇ ਨਾਲ ਧੱਕਾ ਹੋ ਰਿਹਾ ਏ, ਉਸ ਵੇਲੇ ਸੰਗਤਾਂ ਬਾਬਾ ਜੀਵਨ ਸਿੰਘ ਜੀ ਨੂੰ ਯਾਦ ਕਰਦੀਆਂ ਏ। ਰੰਗੜੇਟੇ ਗੁਰ ਬੇਟੇ ਜੀ, ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾਂ ਕਵੀ ਸ਼੍ਰੀ ਜਥਾ ਹੈ ਇਉਂ ਬਿਆਨ ਕਰਦੇ ਆ। ਰਾਖੇ ਜੰਜੂ ਟਿੱਕੇ ਦੇ ਸਾਕਾ ਵੱਡਾ ਕਲੂ ਵਿੱਚ ਕਰ ਗਏ ਵਕਤੀ ਸਰਕਾਰਾਂ ਦੇ ਫਤਵੇ ਲਾਵਣ ਵਾਲੇ ਡਰ ਗਏ ਵਕਤੀ ਸਰਕਾਰਾਂ ਦੇ ਫਤਵੇ ਲਾਵਣ ਵਾਲੇ ਡਰ ਗਏ ਸ੍ਰੀ ਗੁਰੂ ਤੇਗ ਬਹਾਦਰ ਤੇ ਫਤਵਾ ਲਾਇਆ ਮੁਗਦੀਆਂ ਮੋੜਾ ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾਂ ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾਂ ਉਹ ਦਿੱਲੀ ਵਿੱਚ ਚੱਲ ਗਈ ਜ਼ੁਲਮੀ ਤੇ ਗਜ਼ਰਵਾਨਿਆਂ ਕੋਲੋਂ ਪਾਵਨ ਸੀਸ ਉਠਾਵਣ ਨਾ ਡਰ ਕੇ ਜ਼ੁਲਮੀ ਟਾਣੇ ਕੋਲੋਂ ਮਾਂ ਪ੍ਰੇਮੋ ਦੇ ਲਾਡ ਲਿਆ ਸਾਨੂੰ ਕਦੇ ਆਉਣ ਨਾ ਥੋੜਾ ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ ਜੋ ਡਰ ਦਾ ਮੂਲ ਨਹੀਂ ਗੁਰਸਿੱਖ ਨਿਰਭਉ ਜਪਦਾ ਜਾਵੇ ਰੱਖ ਸੀਸ ਤਲੀ ਆਪਣੀ ਗੁਰਸਿੱਖ ਗਲੀ ਯਾਰ ਦੀ ਆਵੇ ਧਰਮੀ ਮਰ ਜੀਵੜਿਆ ਸੀਸ ਨਿਵਾਇਆ ਦੋ ਹੱਥ ਜੋੜਾ ਸੀਸ ਨਿਵਾਇਆ ਦੋ ਹੱਥ ਜੋੜਾ ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ ਓ ਗੱਜਿਆ ਹੱਥ ਸ਼ਸਤਰ ਲੈ ਜਿੱਤੀ ਧਰਮੀ ਜੂਝ ਲੜਾਈ ਕੁੱਟਿਆ ਜ਼ਰਵਾਣੇ ਨੂੰ ਦੁਖੀਏ ਦੀ ਪੰਡਤਾਣੀ ਛਡਵਾਈ ਓ ਸਿੱਖੀ ਨੂੰ ਵੰਡ ਲਿਆ ਬੇੜੀ ਡੋਬੀ ਮੁੱਛ ਮਰੋੜਾ ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ ਹੋਵਣ ਪੇਟਾ ਅਗਨੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਰੋਜ਼ਾਨਾ ਕੋਈ ਰੋਕਣ ਵਾਲਾ ਨਹੀਂ ਲੀਡਰ ਕੁਰਸੀ ਪਿੱਛੇ ਦੀਵਾਨਾ ਕੋਈ ਰੋਕਣ ਵਾਲਾ ਨਹੀਂ ਲੀਡਰ ਕੁਰਸੀ ਪਿੱਛੇ ਦੀਵਾਨਾ ਰੰਗਰੇਟੇ ਗੁਰ ਕੇ ਬੇਟੇ ਦੀਆਂ ਆਈਆਂ ਅੱਜ ਕੌਮ ਨੂੰ ਥੋੜਾ ਆਈਆਂ ਅੱਜ ਕੌਮ ਨੂੰ ਥੋੜਾ ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ ਰੰਗਰੇਟੇ ਗੁਰ ਕੇ ਬੇਟੇ ਜੀ
ਤੁਸਾਦੀਆਂ ਸਿੱਖ ਪੰਥ ਨੂੰ ਲੋੜਾ। ਓ ਨੰਦ ਸਦਾ ਨੰਦ ਜੀ ਦੇ ਬਾਬਾ ਜੈਤਾ ਜੀ ਰੰਗ ਰੇਟਾ ਤਨ ਜਨਨੀ ਮਾਂ ਪ੍ਰੇਮੋ ਆਖਿਆ ਦਸਮ ਗੁਰੂ ਜੀ ਬੇਟਾ। ਨਾਦੀ ਪੁੱਤ ਸਤਿਗੁਰੂ ਦੇ ਕਦੇ ਨਾ ਪੈਣ ਪਿਆਰ ਵਿੱਚ ਥੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਆਖੋ ਰੰਗਰੇਟਿਆਂ ਨੂੰ ਕਦੋਂ ਪਛੜੀ ਜਾਤ ਸਦਾਵੋ ਅੰਮ੍ਰਿਤ ਛਕ ਸਿੰਘ ਸਜੋ ਕਲਗੀਧਰ ਦੇ ਪੁੱਤਰ ਸਦਾਵੋ। ਅੰਮ੍ਰਿਤ ਛਕ ਸਿੰਘ ਸਜੋ ਕਲਗੀਧਰ ਦੇ ਪੁੱਤਰ ਸਦਾਵੋ। ਪੰਨਿਆਂ ਦੀ ਸ਼ਰਨ ਮਿਲੇ ਸੰਗਤ ਭੱਜ ਠੱਗਾ ਦੀ ਛੋੜਾ। ਪੰਨਿਆਂ ਦੀ ਸ਼ਰਨ ਮਿਲੇ ਸੰਗਤ ਪੰਜ ਠੱਗਾਂ ਦੀ ਛੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਫਿਰ ਉੱਠੋ ਬਾਬਾ ਜੀ ਨੱਥ ਜ਼ਬਰ ਜ਼ੁਲਮ ਨੂੰ ਪਾਵੋ। ਫਿਰ ਉੱਠੋ ਬਾਬਾ ਜੀ ਨੱਥ ਜ਼ਬਰ ਜ਼ੁਲਮ ਨੂੰ ਪਾਵੋ। ਜੋਖਮ ਵਿੱਚ ਜੀਵਨ ਪਾ ਜੋਖਮ ਵਿੱਚੋਂ ਪੰਥ ਬਚਾਵੋ। ਜੋਖਮ ਵਿੱਚ ਜੀਵਨ ਪਾ ਜੋਖਮ ਵਿੱਚੋਂ ਪੰਥ ਬਚਾਵੋ। ਮਾਂ ਪ੍ਰੇਮੋ ਦੇ ਲਾਡ ਲਿਆ ਸਾਨੂੰ ਆਉਣ ਕਦੇ ਨਾ ਥੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਓ ਸਿੱਖ ਨੀਵਾ ਮਨ ਕਰਕੇ ਗੁਰਮਤਰ ਤੇ ਅਮਾਤੀ ਉਚੇਰੀ ਜਮ ਲੇਖ ਪੁੱਛੇ ਨਾ ਜਿਸ ਵੱਲ ਨਦਰ ਮੇਰ ਹੋਏ ਤੇਰੀ। ਜਮ ਲੇਖ ਪੁੱਛੇ ਨਾ ਜਿਸ ਵੱਲ ਨਦਰ ਮੇਰ ਹੋਏ ਤੇਰੀ। ਨਾਦੀ ਪੁੱਤ ਸਤਿਗੁਰੂ ਦੇ ਕਦੇ ਨਾ ਪੈਣ ਪਿਆਰ ਵਿੱਚ ਥੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਦਲ ਜੀ ਤਰਜਿੰਦਰ ਜੀ ਸੁਖਵਿੰਦਰ ਜੋਗ ਰਾਜ ਗੁਣ ਗਾਉਂਦੇ। ਦਲ ਜੀ ਤਰਜਿੰਦਰ ਜੀ ਸੁਖਵਿੰਦਰ ਜੋਗ ਰਾਜ ਗੁਣ ਗਾਉਂਦੇ। ਗੁਰਪ੍ਰੀਤ ਨਿਸ਼ਾਨ ਸਿੰਘਾ ਹਰ ਗੁਣ ਗਾਉਂਦੇ ਸਭ ਨੂੰ ਪਾਉਂਦੇ। ਗੁਰਪ੍ਰੀਤ ਨਿਸ਼ਾਨ ਸਿੰਘਾ ਹਰ ਗੁਣ ਗਾਉਂਦੇ ਸਭ ਨੂੰ ਪਾਉਂਦੇ। ਅਵਨ ਨਿਹੰਗ ਸਿੰਘ ਆਖੇ ਗਾਵਾਂ ਤੇਰੇ ਲਿਖ ਕੇ ਛੰਦ ਬੰਦ ਜੋੜਾ। ਤੇਰੇ ਲਿਖ ਕੇ ਛੰਦ ਬੰਦ ਜੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਰੰਗਰੇਟੇ ਗੁਰ ਕੇ ਬੇਟੇ ਜੀ ਤੁਸਾਂ ਦੀਆਂ ਸਿੱਖ ਪੰਥ ਨੂੰ ਲੋੜਾ। ਜਾਤ ਪਾਤੀ ਰੂਪ ਸ਼ੇਸ਼ਨਾਗ ਵਾਂਗ ਅਜੇ ਵੀ ਫੰਕਾੜੇ ਮਾਰਦੇ ਆਏ। ਦਲਿਤ ਵਰਗ ਦੇ ਗਰੀਬ ਲੋਕ ਇਸ ਦੇ ਡੰਗ ਦਾ ਸ਼ਿਕਾਰ ਹੋ ਰਹੇ ਨੇ। ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਕਰਕੇ ਜਾਤੀਵਾਦ ਦੇ ਸਭ ਭਰਮ ਭੁਲੇਖੇ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਗੁਰੂ ਕੇ ਸਿੱਖ ਨੂੰ ਜਾਤੀ ਪ੍ਰਥਾ ਦੀ ਗੁਲਾਮੀ ਵਿੱਚੋਂ ਕੱਢ ਕੇ ਉੱਪਰ ਚੁੱਕ ਦਿੱਤਾ। ਅਸੀਂ ਫੇਰ ਜਾਤੀ ਪ੍ਰਥਾ ਦੇ ਵਿਕਤਰਿਆਂ ਵਾਲੀ ਦਲਦਲ ਵਿੱਚ ਖੁੱਭਦੇ ਜਾ ਰਹੇ ਹਾਂ। ਇਸ ਕੋਝੀ ਸੋਚ ਨੇ ਸਾਡੀ ਮੱਤ ਤੇ ਜਿਹਾ ਪਰਦਾ ਪਾ ਦਿੱਤਾ ਕਿ ਸਭ ਕੁਝ ਭੁੱਲ ਚੁੱਕੇ ਹਾਂ ਕਿ ਸਾਡੇ ਗੁਰੂ ਸਾਹਿਬਾਂ ਨੇ 239 ਸਾਲ ਦਾ ਸਮਾਂ ਲਾ ਕੇ ਜਾਤ ਪਾਤ ਊਚ ਨੀਚ ਵਾਲੇ ਟੋਏ ਟਿੱਬੇ ਪੱਧਰੇ ਕੀਤੇ। ਸਾਨੂੰ ਇਹਨਾਂ ਟੋਇਆਂ ਟਿੱਬਿਆਂ ਵਿੱਚੋਂ ਕੱਢਿਆ ਪਰ ਸਾਨੂੰ ਘੱਟ ਮੱਤ ਵਾਲਿਆਂ ਨੂੰ ਇਹ ਚੰਗਾ ਨਾ ਲੱਗਿਆ। ਅਸੀਂ ਫੇਰ ਐਸੀਆਂ ਡੂੰਘੀਆਂ ਖੱਡਾਂ ਵਿੱਚ ਡਿੱਗਦੇ ਜਾ ਰਹੇ ਹਾਂ
ਭਰਮ ਭਲੇਖਿਆ ਵਿੱਚ ਫਸਿਆ, ਇੱਕ ਦਿਨ ਸੰਸਾਰ ਤੋਂ ਕੂਚ ਕਰ ਜਾਵਾਂਗੇ। ਕਈ ਗੁਰਦੁਆਰਿਆਂ ਡੇਰਿਆਂ ਵਿੱਚ ਅੰਮ੍ਰਿਤ ਛਕਾਉਣ ਲੱਗਿਆਂ ਅਖੌਤੀ ਮਜ਼ਬੀ ਸਿੱਖਾਂ ਨੂੰ ਦੂਸਰੇ ਅੰਮ੍ਰਿਤ ਬਲਾਖੀਆਂ ਨਾਲੋਂ ਵੱਖਰਾ ਕੀਤਾ ਜਾਂਦਾ ਏ। ਲੰਗਰ ਛਕਾਉਣ ਲੱਗਿਆਂ ਉਹਨਾਂ ਦੀ ਦੂਸਰੀ ਪੰਗਤ ਨਾਲੋਂ ਵੱਖਰੀ ਪੰਗਤ ਲਗਾਈ ਜਾਂਦੀ ਹੈ। ਉਹਨਾਂ ਨੂੰ ਲੰਗਰ ਤਿਆਰ ਕਰਨ ਤੇ ਲੰਗਰ ਵਰਤਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਭਗਤ ਕਬੀਰ ਜੀ ਨੇ ਜਾਤ ਪਾਤ ਊਚ ਨੀਚ ਸੱਚ ਭੇਟਾ ਤੇ ਵਹਿਮ ਕਰਨ ਵਾਲੇ ਬਾਹਮਣ ਨੂੰ ਪੁੱਛਿਆ ਸੀ, ਜੋ ਤੂੰ ਬਾਹਮਣ ਬਾਹਮਣੀ ਜਾਇਆ ਤੂੰ ਬਾਟੇ ਕਾਹੇ ਨਹੀਂ ਆਇਆ, ਹਮ ਕਤ ਬਾਹਮਣ ਤੁਮ ਕਤ ਸੂਦ, ਹਮ ਕਤ ਲਊ ਤੁਮ ਕਤ ਦੂਧ। ਜਦੋਂ ਇਸ ਨੂੰ ਕੋਈ ਜਵਾਬ ਨਾ ਆਇਆ ਤਾਂ ਉਸਨੇ ਆਪਣੀ ਕੋਝੀ ਸੋਚ ਤੇ ਪਛਤਾਇਆ। ਇਹਨਾਂ ਗੁਰਦੁਆਰੇ ਡੇਰਿਆਂ ਤੇ ਹਾਵੀ ਹੋਇਆਂ ਨੂੰ ਪੁੱਛਣਾ ਬਣਦਾ ਏ, ਜਿਨ੍ਹਾਂ ਨੂੰ ਤੁਸੀਂ ਨੀਵੀਂ ਜਾਤ ਵਾਲੇ ਗਰਦਾਨਦੇ ਹੋ, ਭਲਾ ਇਹਨਾਂ ਵੱਲੋਂ ਭੇਟ ਕੀਤਾ ਅੰਨਦਾਨ ਕਿਉਂ ਲੈਂਦੇ ਹੋ? ਤੁਸੀਂ ਆਪਣੇ ਆਪ ਨੂੰ ਗੁਰਸਿੱਖ ਅਖਵਾਉਣ ਵਾਲੇ ਗੁਰਸਿੱਖੀ ਤੇ ਧੱਬੇ ਬਣਦੇ ਹੋ ਕਿ ਗੁਰੂ ਸਾਹਿਬ ਨੇ 249 ਸਾਲ ਦਾ ਸਮਾਂ ਲਾ ਕੇ ਸਾਨੂੰ ਐਸੀ ਭੈੜੀ ਦਲਦਲ ਵਿੱਚੋਂ ਕੱਢਿਆ ਸੀ ਕਿ ਅਸੀਂ ਅਣਜਾਣ ਹਾਂ? ਆਮ ਬੁੱਧੀਜੀਵ ਵਿਦਵਾਨਾਂ ਦਾ ਵਿਚਾਰ ਹੈ ਕਿ ਜਾਤ ਪਾਤ ਦੇ ਵਿਕਤਰਿਆਂ ਨੂੰ ਖਤਮ ਕਰਨ ਲਈ ਸਿੱਖਾਂ ਦੀ ਸੁਪਰੀਮ ਕੋਰਟ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ। ਮੈਂ ਪੁੱਛਣਾ ਚਾਹੁੰਦਾ ਹਾਂ, ਜਿਨ੍ਹਾਂ ਬਾਹਮਣੀ ਸੋਚ ਵਾਲਿਆਂ ਨੂੰ ਗੁਰਬਾਣੀ ਅਤੇ ਗੁਰੂ ਉਪਦੇਸ਼ ਨੂੰ ਸਿਰ ਮੱਥੇ ਨਹੀਂ ਮੰਨਿਆ, ਭਾਵ ਅਮਲੀ ਜੀਵਨ ਵਿੱਚ ਨਹੀਂ ਲਿਆਂਦਾ, ਕੀ ਉਹ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਸਵੀਕਾਰਨਗੇ? ਬੜਾ ਮੁਸ਼ਕਲ ਹੈ। ਅੱਗੇ ਵੀ ਤਾਂ ਇੱਕ ਹੁਕਮਨਾਮਾ 13 ਜੂਨ 1936 ਨੂੰ ਜਾਰੀ ਹੋਇਆ ਸੀ, ਸਰਬੱਤ ਖਾਲਸਾ ਅਤੇ ਗੁਰਦੁਆਰੇ ਦੇ ਸੇਵਾਦਾਰਾਂ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਜੋ ਅੰਮ੍ਰਿਤਧਾਰੀ ਪ੍ਰਾਣੀ ਮਾਤਰਾ ਨਾਲ ਸੰਗਤ ਪੰਗਤ ਵਿੱਚ ਇੱਕੋ ਜਿਹਾ ਵਿਹਾਰ ਕਰਨਾ, ਪਿਛਲੀ ਜਾਤ ਨਹੀਂ ਪੁੱਛਣੀ, ਭਰਮ ਨਹੀਂ ਕਰਨਾ, ਇਹੋ ਗੁਰੂ ਜੀ ਦੀ ਆਗਿਆ ਹੈ। ਜੋ ਸਿਰ ਨਵਾਵੇਗਾ ਗੁਰੂ ਉਸਦੀ ਬਾਉੜੀ ਕਰੇਗਾ। ਅਫਸੋਸ ਨਾਲ ਕਹਿਣਾ ਪੈਂਦਾ ਏ ਕਿ ਅੱਜ ਕਈ ਪੰਥਕ ਆਗੂ ਗੁਰੂ ਪੰਥ ਦਾ ਪ੍ਰਚਾਰ ਕਰਨ ਵਾਲੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਕਥਾਵਾਚਕ ਇਸ ਜਾਤ ਪਾਤ ਦੇ ਵਿਕਤਰਿਆਂ ਵਾਲੀ ਭੈੜੀ ਬਿਮਾਰੀ ਦਾ ਵਿਰੋਧ ਕਰਨ ਦੀ ਬਜਾਏ ਸਗੋਂ ਇਸ ਨੂੰ ਆਪਣੇ ਗੱਲ ਨਾਲ ਲਾਈ ਬੈਠੇ ਹੈ। ਜੇਕਰ ਕੋਈ ਜਾਣਦਾ ਬੁੱਝਦੇ ਹੋਇਆਂ ਵੀ ਡੂੰਘੇ ਖੂਹ ਵਿੱਚ ਡੁੱਬ ਪਵੇ ਤੇ ਅਣਜਾਣ ਦਾ ਕੀ ਹਾਲ ਹੋਵੇਗਾ? ਸ਼ਹਿਰਾਂ ਵਿੱਚ ਤਾਂ ਭਾਵੇਂ ਨਾ ਹੋਵੇ ਪਰ ਪਿੰਡਾਂ ਵਿੱਚ ਨੀਵੀਂ ਜਾਤਾਂ ਦੇ ਆਧਾਰ ਤੇ ਵੱਖਰੇ ਵੱਖਰੇ ਗੁਰਦੁਆਰੇ ਧਰਮਸ਼ਾਲਾ ਬਣੇ ਹੋਏ ਨੇ, ਜਿਨ੍ਹਾਂ ਗੁਰਦੁਆਰਿਆਂ ਵਿੱਚ ਜਾਤ ਅਭਿਮਾਨੀ ਵੱਲੋਂ ਪ੍ਰਸ਼ਾਦ ਲੈਣਾ ਤਾਂ ਕਿਧਰੇ ਰਿਹਾ, ਮੱਥਾ ਤੱਕ ਵੀ ਟੇਕਿਆ ਨਹੀਂ ਜਾਂਦਾ, ਕਿਉਂਕਿ ਆਪਣੇ ਆਪ ਨੂੰ ਉੱਚੇ ਤੇ ਗਰੀਬਾਂ ਨੂੰ ਨੀਵਾਂ ਸਮਝਦੇ ਨੇ। ਜਿਵੇਂ ਪਿੱਛੇ ਜੇ ਮੇਰੇ ਪਿੰਡ ਵਿੱਚ ਇੱਕ ਅਣਮਤੀਏ ਜੱਟ ਪਰਿਵਾਰ ਨੇ ਖੰਡ ਪਾਠ ਕਰਵਾਉਣ ਤੋਂ ਪਹਿਲਾਂ ਗੁਰਦੁਆਰੇ ਦੇ ਗ੍ਰੰਥੀ ਨੂੰ ਹਦਾਇਤ ਕਰ ਦਿੱਤੀ ਕਿ ਇਸ ਘਰ ਵਿੱਚ ਕੋਈ ਮਜ਼ਬੀ ਸਿੱਖ ਪਾਠੀ ਨਾ ਲੱਗੇ। ਇੱਥੋਂ ਤੱਕ ਕਿ ਜਿਹੜਾ ਆਦਮੀ ਜ਼ਿਮੀਂਦਾਰ ਸ਼ਾਹੂਕਾਰੇ ਨਾਲ ਕਾਮੇ ਸ਼੍ਰੀ ਵਜੋਂ ਕੰਮ ਕਰਦੇ ਨੇ ਉਹਨਾਂ ਦੇ ਵੱਖਰੇ ਬਰਤਨ ਦਿੱਤੇ ਜਾਂਦੇ ਨੇ ਕਿ ਉਹ ਆਪਣੇ ਬਰਤਨਾਂ ਦੀ ਸੰਭਾਲ ਆਪ ਧੋ ਮਾਂਜ ਕੇ ਕਰਦੇ ਨੇ। ਜਿੰਨੀ ਮਿਹਨਤ ਪੈਸਾ ਉਹਨਾਂ ਨੂੰ ਇੱਕ ਸਾਲ ਵਿੱਚ ਦਿੱਤਾ ਜਾਂਦਾ ਏ ਉਸ ਮੁਤਾਬਕ ਉਹਨਾਂ ਦੀ ਦਿਨ ਰਾਤ ਦੀ ਮਜ਼ਦੂਰੀ 32-33 ਰੁਪਈਏ ਬਣਦੀ ਏ। ਇਹਨਾਂ ਘਰਾਂ ਵਿੱਚ ਗੋਹਾ ਕੂੜਾ ਕਰਨ ਵਾਲੀਆਂ ਬੀਬੀਆਂ ਭੈਣਾਂ ਨੂੰ 3-5 ਰੁਪਈਏ ਵਰਗੀ ਮਜ਼ਦੂਰੀ ਦਿੱਤੀ ਜਾਂਦੀ ਨੇ। ਇੱਕ ਪਾਸੇ ਤਾਂ ਇਹਨਾਂ ਗਰੀਬ ਲੋਕਾਂ ਤੋਂ ਵੱਧ ਮਹਿੰਗਾਈ ਮੁਤਾਬਕ ਮਿਹਨਤ ਨਹੀਂ ਦਿੱਤੀ ਜਾਂਦੀ, ਦੂਸਰਾ ਇਹਨਾਂ ਸੇਵਾਦਾਰਾਂ ਨੂੰ ਚੂੜੇ ਚੂੜੀਆਂ ਕਹਿ ਕੇ ਪਕਾੜਿਆ ਜਾਂਦਾ ਏ, ਭਾਵ ਕਿ ਸੰਵਿਧਾਨ ਵਿੱਚ ਇਸ ਖਿਲਾਫ ਕਾਨੂੰਨੀ ਕਾਰਵਾਈ ਦੀ ਵਿਵਸਥਾ ਮੌਜੂਦ ਹੈ। ਇਸ ਤਰ੍ਹਾਂ ਲਤਾੜੇ ਲੋਕਾਂ ਦੀ ਕੋਈ ਦਾਦ ਫਰਿਆਦ ਨਹੀਂ ਸੁਣਦਾ। ਜੋ ਵੀ ਅਖੌਤੀ ਨੀਵੀਂ ਜਾਤਾਂ ਵਿੱਚੋਂ ਦਲਿਤਾਂ ਵਿੱਚੋਂ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਅਹੁਦੇ ਸੰਭਾਲੇ ਬੈਠੇ ਨੇ, ਕਿਉਂਕਿ ਉਹ ਸਰਮਾਏਦਾਰੀਆਂ ਦਾ ਹੱਥਾਂ ਦਾ ਠੋਕਾ ਅਤੇ ਕੱਠ ਪੁਤਲੀਆਂ ਬਣੀ ਬੈਠੇ ਹੈ। ਜੇਕਰ ਕੋਈ ਰੰਜਾਤਸੀ ਪਾਰਟੀ ਅਖੌਤੀ ਨੀਵੀਂ ਜਾਤਾਂ ਦੇ ਆਧਾਰ ਤੇ ਪਾਰਟੀ ਵਿੰਗ ਬਣਾਉਂਦੀ ਏ, ਉਹ ਇਸ ਵਾਸਤੇ ਨਹੀਂ ਕਿ ਇਹਨਾਂ ਨੂੰ ਇਨਸਾਫ ਤੇ ਮਨ ਦਾ ਹੱਕ ਦਿੱਤਾ ਜਾਵੇ, ਸਗੋਂ ਪਾਰਟੀ ਇਹਨਾਂ ਗਰੀਬਾਂ ਨੂੰ ਪੰਜੇ ਸਕੰਜੇ ਵਿੱਚ ਲੈ ਕੇ ਇਹਨਾਂ ਦੀ ਵੋਟਾਂ ਤੇ ਇਮਾਨ ਹੜੱਪ ਕਰਨ ਤੱਕ ਸੀਮਿਤ ਰਹਿੰਦੀਆਂ ਨੇ। ਗਰੀਬੀ ਨੂੰ ਖਤਮ ਕਰਨ ਦੀ ਬਜਾਏ ਗਰੀਬਾਂ ਨੂੰ ਖਤਮ ਕਰਨ ਵਿੱਚ ਲੱਗੀਆਂ ਹੋਈਆਂ ਏ। ਕਈ ਅਧਿਆਪਕਾਂ ਵੱਲੋਂ ਇਹਨਾਂ ਅਖੌਤੀ ਨੀਵੀਂ ਜਾਤਾਂ ਦੇ ਸਿੱਖ ਬੱਚਿਆਂ ਨੂੰ ਭਾਵੇਂ ਉਹ ਗੁਰਬਾਣੀ ਦੇ ਵਿੱਚ ਔਰ ਸਿੱਖੀ ਦੇ ਵਿੱਚ ਅੱਗੇ ਨੇ, ਉਹਨਾਂ ਬੱਚਿਆਂ ਲਈ ਝੜਮ ਵਰਗੀ ਭੈੜੀ ਸ਼ਬਦਾਵਲੀ ਵਰਤੀ ਜਾਂਦੀ ਹੈ। ਇਹਨਾਂ ਬੱਚਿਆਂ ਦੀ ਪਹਿਲੀ ਗੱਲ ਤਾਂ ਇਹਨਾਂ ਕੋਈ ਵਜ਼ੀਫਾ ਹੀ ਨਹੀਂ ਦਿੱਤਾ ਜਾਂਦਾ, ਜੇਕਰ ਦਿੱਤਾ ਵੀ ਜਾਵੇ ਤਾਂ ਉਹਨਾਂ ਵਿੱਚੋਂ ਕੁਝ ਹਿੱਸਾ ਅਧਿਆਪਕਾਂ ਵੱਲੋਂ ਕੋਈ ਨਾ ਕੋਈ ਬਹਾਨਾ ਕਰਕੇ ਹੜੱਪ ਕੀਤਾ ਜਾਂਦਾ ਏ। ਜੇਕਰ ਇਹ ਬੱਚੇ ਪੜ੍ਹ ਲਿਖ ਵੀ ਜਾਂਦੇ ਨੇ
ਤੇ ਬਹੁਤੇ ਕਰਕੇ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਇਹਨਾਂ ਗਰੀਬਾਂ ਕੋਲੋਂ ਰਿਸ਼ਵਤ ਦੇਣ ਲਈ ਨਾ ਤੇ ਪੈਸੇ ਹੁੰਦੇ ਨਾ ਕੋਈ ਸਿਫਾਰਸ਼। ਗੱਲ ਕਾਹਦੀ, ਅੱਜ ਬਾਹਮਣੀ ਸੋਚ ਵਾਲੇ ਅਮੀਰ ਤਬਕੇ ਨੇ ਗਰੀਬ ਤਬਕੇ ਦੇ ਉੱਤੇ ਜ਼ੁਲਮ ਕਰਦੇ ਨੇ, ਪਰ ਮੈਨੂੰ ਫਿਰ ਵੀ ਖੁਸ਼ੀ ਹੈ ਕਿ ਇਸ ਤਬਕੇ ਵਿੱਚੋਂ ਕੁਝ ਉਹ ਵੀ ਗੁਰਸਿੱਖ ਹੈ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਦੇ ਨਾਮ ਨੂੰ ਕਾਇਮ ਰੱਖਿਆ। ਇੱਕ ਛੰਦ ਅਸੀਂ ਆਪਣੇ ਬਹੁਤ ਪਿਆਰੇ ਮਿੱਤਰ ਸਿੱਖ ਪੰਥ ਦੇ ਮਹਾਨ ਲਿਖਾਰੀ ਭਾਈ ਸਵਰਨ ਸਿੰਘ ਜੀ ਨਿਹੰਗ ਸਿੰਘ ਤਰਨਾ ਦਲ ਵਾਲੇ ਮਹਾਂਪੁਰਸ਼ ਜਿਨ੍ਹਾਂ ਨੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਰੰਗਰੇਟਾ ਗੁਰੂ ਕੇ ਬੇਟੇ ਦੇ ਪਾਵਨ ਤੇ ਪਵਿੱਤਰ ਨਾਮ ਦੇ ਉੱਤੇ ਇੱਕ ਦਲ ਬਣਾਇਆ, ਸੇਵਾ ਤੇ ਸ਼ਰਧਾ ਦੇ ਨਾਲ ਸੇਵਾ ਨਿਭਾ ਰਹੇ ਨੇ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਗੁਰੂ ਕਾ ਬੇਟਾ ਦਲ ਦਿਸਪੁੜਾ ਲਾਸਟ ਗੇਟ ਗੁਹਾਟੀ ਅਸ਼ਾਮ ਦੀ ਜਥੇਦਾਰੀ ਜਹੇਦਾਰ ਸਵਰਨ ਸਿੰਘ ਜੀ ਨਿਹੰਗ ਸਿੰਘ ਸੰਗਤਾਂ ਦੇ ਸੰਯੋਗ ਦੇ ਨਾਲ ਕਰ ਰਹੇ ਨੇ। ਬਾਬਾ ਜੀਵਨ ਸਿੰਘ ਜੀ ਦੇ ਨਾਮ ਉੱਤੇ ਧੌਸੇ ਨਗਾੜੇ ਤਾਬੇ ਅਤੇ ਰਾਕੀਆਂ ਦੀ ਸੇਵਾ ਕਰਦੇ ਨੇ। ਲਾਗ ਤੇ ਦਿਵਾਨ ਰਹੇ, ਗਾਵ ਤੇ ਸਜਾਣ ਰਹੇ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਸ ਦਲ ਦੀ ਸਿਫਤ ਮੇਰੇ ਨਾਲ ਦੇ ਸਾਥੀ ਇਹਨਾਂ ਲੈਣਾ ਰਾਈ ਹੇ ਇੰਜ ਬਿਆਨ ਕਰਦੇ ਨੇ, ਪਿਆਰ ਦੇ ਨਾਲ ਸੁਣਨਾ ਜੀ। ਪਰੀ ਉਪਕਾਰੀ ਅੰਮ੍ਰਿਤ ਧਾਰੀ ਲਿਵ ਧਾਰੀ ਦਿਲਦਾਰਾਂ ਦਾ ਭਗਤੀ ਸ਼ਕਤੀ ਪੰਥ ਪੁਜਾਰੀ ਦਲ ਸ਼ਾਹੀ ਅਸਵਾਰਾਂ ਦਾ ਓ ਮੋਤੀ ਮਾਨਿਕ ਲਾਲ ਜਵੇਹਰ ਰਤਨੀ ਭਰੇ ਖਜ਼ਾਨਿਆਂ ਦਾ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਕੌਮੀ ਪਰਵਾਨਿਆਂ ਦਾ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਕੌਮੀ ਪਰਵਾਨਿਆਂ ਦਾ ਓ ਸੇਵਾ ਕਰਦੇ ਬਾਣੀ ਪੜਦੇ ਸਨਮੁਖ ਰਹਿੰਦੇ ਸਤਿਗੁਰ ਦੇ ਹਾਜ਼ਰ ਨਾਜ਼ਰ ਜਾਣ ਗੁਰੂ ਨੂੰ ਚਰਨੀ ਟਹਿੰਦੇ ਸਤਿਗੁਰ ਦੇ ਹਾਜ਼ਰ ਨਾਜ਼ਰ ਜਾਣ ਗੁਰੂ ਨੂੰ ਚਰਨੀ ਟਹਿੰਦੇ ਸਤਿਗੁਰੂ ਦੇ ਹਰਖ ਸੋਗ ਤੋਂ ਸਦਾ ਨਿਆਰਾ ਹਰਖ ਸੋਗ ਤੋਂ ਸਦਾ ਨਿਆਰਾ ਦੁੱਖ ਸੁੱਖ ਸਮ ਕਰ ਜਾਨਿਆਂ ਦਾ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਕੌਮੀ ਪਰਵਾਨਿਆਂ ਦਾ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਕੌਮੀ ਪਰਵਾਨਿਆਂ ਦਾ ਹੁਕਮ ਰਜ਼ਾਈ ਕਿਰਤ ਕਮਾਈ ਦੂਈ ਦੂਰ ਗਵਾਉਂਦੇ ਨੇ ਵੰਡ ਕੇ ਸਾਰੇ ਸ਼ਕਣ ਪਦਾਰਥ ਸੱਚੇ ਦੇ ਮਨ ਪਾਉਂਦੇ ਨੇ ਵੰਡ ਕੇ ਸਾਰੇ ਸ਼ਕਣ ਪਦਾਰਥ ਸੱਚੇ ਦੇ ਮਨ ਪਾਉਂਦੇ ਨੇ ਸੱਚਿਆਰੇ ਸਿੱਖ ਸੱਚ ਕਬੂਲਨ ਸੱਚ ਖੰਡੋ ਸਨਮਾਨਿਆਂ ਦਾ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਕੌਮੀ ਪਰਵਾਨਿਆਂ ਦਾ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਕੌਮੀ ਪਰਵਾਨਿਆਂ ਦਾ ਜਪੀ ਤਪੀ ਤੇ ਜਤ ਸਤ ਵਾਲੇ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਦਾ ਪਰਉਪਕਾਰੀ ਸੰਤਾਂ ਭਗਤਾਂ ਦਲ ਸਿਰਾਂ ਦੇ ਦਾਨੀਆਂ ਦਾ ਉਹ ਬਾਣੀ ਸੁਣਦੇ ਬਾਣੀ ਗਾਉਂਦੇ ਸੱਚੀ ਰਮਜ ਪਹਿਚਾਨਿਆਂ ਦਾ ਪਹਿਚਾਨਿਆਂ ਦਾ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਕੌਮੀ ਪਰਵਾਨਿਆਂ ਦਾ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਕੌਮੀ ਪਰਵਾਨਿਆਂ ਦਾ ਭਗਤ ਭਾਵਨਾ ਛੋੜ ਕਾਮਨਾ ਤਿਆਗ ਕਾਮਨਾ ਚੱਲਦੇ ਨੇ ਡਰਦੇ ਨਹੀਂ ਡਰਾਉਂਦੇ ਨਾਹੀਂ ਹੱਕ ਆਪਣੇ ਮੱਲਦੇ ਨੇ ਡਰਦੇ ਨਹੀਂ ਡਰਾਉਂਦੇ ਨਾਹੀਂ ਹੱਕ ਆਪਣੇ ਮੱਲਦੇ ਨੇ ਉਹ ਨਿਸ਼ਕਾਮੀ ਵੈਰਾਗੀ ਤਿਆਗੀ ਸੱਚ ਰਤੇ ਮਸਤਾਨਿਆਂ ਦਾ ਬਾਬਾ ਜੀਵਨ ਸਿੰਘ ਰੰਗਰੇਟਾ ਦਲ ਕੌਮੀ ਪਰਵਾਨਿਆਂ ਦਾ
ਬਾਬਾ ਜੀਵਨ ਸਿੰਘ ਰੰਗ ਰੇਟਾ ਦਲ ਕੌਮੀ ਪ੍ਰਵਾਨੀਆਂ ਦਾ। ਸ਼ਸਤਰ ਪੂਜਣ ਸ਼ਸਤਰ ਧਾਰਨ ਸ਼ਸਤਰ ਵਿਦਿਆ ਵਾਲਿਆਂ ਦਾ, ਜੋਗੀ ਰਾਜ ਗ੍ਰਸਤ ਬੇਹੰਗਮ ਹੁਕਮ ਗੁਰੂ ਕੇ ਚਾਲਿਆਂ ਦਾ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਸ਼ਰਨੀ ਸਹਿਜ ਸਮਾਨਿਆਂ ਦਾ ਸਮਾਨਿਆਂ ਦਾ। ਬਾਬਾ ਜੀਵਨ ਸਿੰਘ ਰੰਗ ਰੇਟਾ ਦਲ ਕੌਮੀ ਪ੍ਰਵਾਨੀਆਂ ਦਾ, ਬਾਬਾ ਜੀਵਨ ਸਿੰਘ ਰੰਗ ਰੇਟਾ ਦਲ ਕੌਮੀ ਪ੍ਰਵਾਨੀਆਂ ਦਾ। ਪੰਥ ਦੀ ਸੇਵਾ ਕਰਦੇ ਤੇ ਨਿਰਪਾ ਨਾਮ ਤੇ ਆਉਂਦੇ ਨੇ, ਚੜ੍ਹਦੀ ਕਲਾ ਤੇ ਭਲਾ ਸਭ ਦਾ ਗੀਤ ਗੋਬਿੰਦ ਦੇ ਗਾਉਂਦੇ ਨੇ, ਚੜ੍ਹਦੀ ਕਲਾ ਤੇ ਭਲਾ ਸਭ ਦਾ ਗੀਤ ਗੋਬਿੰਦ ਦੇ ਗਾਉਂਦੇ ਨੇ। ਵਾਹਿਗੁਰੂ 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 ਨਾਮ ਰਤੇ ਮੈਂ ਖਾਨਿਆਂ ਦਾ। ਬਾਬਾ ਜੀਵਨ ਸਿੰਘ ਰੰਗ ਰੇਟਾ ਦਲ ਕੌਮੀ ਪ੍ਰਵਾਨੀਆਂ ਦਾ, ਬਾਬਾ ਜੀਵਨ ਸਿੰਘ ਰੰਗ ਰੇਟਾ ਦਲ ਕੌਮੀ ਪ੍ਰਵਾਨੀਆਂ ਦਾ। ਹਾਕੀ ਪਾਲਣ ਆਕੀ ਗਾਲਣ ਬਾਕੀ ਰੱਖਣ ਮੂਲ ਨਹੀਂ, ਪਰ ਨਾਰੀ ਧੀ ਭੈਣ ਵਿਖਾਵੇ ਤੋੜਨ ਕਦੇ ਅਸੂਲ ਨਹੀਂ। ਉਹ ਕੰਮ ਧਰਮ ਦੀ ਸੇਵਕ ਮਾਵੇ ਅੰਤ ਨਾ ਆਵੇ ਖਜ਼ਾਨਿਆਂ ਦਾ ਖਜ਼ਾਨਿਆਂ ਦਾ। ਬਾਬਾ ਜੀਵਨ ਸਿੰਘ ਰੰਗ ਰੇਟਾ ਦਲ ਕੌਮੀ ਪ੍ਰਵਾਨੀਆਂ ਦਾ, ਬਾਬਾ ਜੀਵਨ ਸਿੰਘ ਰੰਗ ਰੇਟਾ ਦਲ ਕੌਮੀ ਪ੍ਰਵਾਨੀਆਂ ਦਾ। ਗੁਰਮੰਗਤ ਗੁਰਭੇਜ ਰਜਿੰਦਰ ਨਾਨਕ ਨਾਮ ਤੇ ਆਉਂਦੇ ਨੇ, ਭਗਵੰਤ ਸਿੰਘ ਲਖਵਿੰਦਰ ਸਿੰਘ ਵੀ ਨਦਰ ਮਿਹਰ ਦੀ ਚਾਹੁੰਦੇ ਨੇ, ਭਗਵੰਤ ਸਿੰਘ ਲਖਵਿੰਦਰ ਸਿੰਘ ਵੀ ਨਦਰ ਮਿਹਰ ਦੀ ਚਾਹੁੰਦੇ ਨੇ। ਉਹ ਅਮਨ ਨਿਹੰਗ ਸਿੰਘ ਤਰਨਾ ਦਲੀਆ ਅਮਨ ਨਿਹੰਗ ਸਿੰਘ ਤਰਨਾ ਦਲੀਆ ਦਲ ਕੌਮੀ ਦੀਵਾਨਿਆਂ ਦਾ ਦਲ ਕੌਮੀ ਦੀਵਾਨਿਆਂ ਦਾ। ਬਾਬਾ ਜੀਵਨ ਸਿੰਘ ਰੰਗ ਰੇਟਾ ਦਲ ਕੌਮੀ ਪ੍ਰਵਾਨਿਆਂ ਦਾ, ਬਾਬਾ ਜੀਵਨ ਸਿੰਘ ਰੰਗ ਰੇਟਾ ਦਲ ਕੌਮੀ ਪ੍ਰਵਾਨਿਆਂ ਦਾ। ਅੰਤ ਦੇ ਵਿੱਚ ਸਮੂਹ ਸੰਗਤ ਦਾ ਧੰਨਵਾਦੀ ਹਾਂ। ਬੋਲਦਿਆਂ ਮੈਂ ਨੇਕਾਂ ਹੀ ਗਲਤੀਆਂ ਕਰ ਗਿਆ ਹੋਵਾਂਗਾ, ਕਿਤੇ ਵੀ ਸੁਝਾਅ ਦੇਣਾ ਹੋਵੇ ਜਾਂ ਸ਼ਿਕਾਇਤ ਕਰਨੀ ਹੋਵੇ ਜਾਂ ਇਸ ਜਥੇ ਨੂੰ ਪ੍ਰੋਗਰਾਮ ਤੇ ਸੱਦਣਾ ਹੋਵੇ 99150 3195 98 58 53 9 ਟੈਲੀਫੋਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਦੇ ਰਹੀਆਂ ਸੀ ਪੰਜਾਬ ਦੀਆਂ ਜਾਣੀਆਂ ਪਛਾਣੀਆਂ ਆਵਾਜ਼ਾਂ ਭਾਈ ਸਾਹਿਬ ਭਾਈ ਗੁਰਭੇਜ ਸਿੰਘ ਜੀ, ਨਗਰ ਕਲਸੀਆਂ ਵਾਲੇ ਭਾਈ ਭਗਵੰਤ ਸਿੰਘ ਜੀ, ਨਗਰ ਮਹਿੰਦੀਪੁਰ ਵਾਲੇ। ਮੈਂ ਧੰਨਵਾਦੀ ਹਾਂ ਵੀਰ ਗੁਰਮੰਗਤ ਸਿੰਘ ਦਾ, ਧੰਨਵਾਦੀ ਹਾਂ ਵੀਰ ਸਤਪਾਲ ਸਿੰਘ ਗਿੱਲ ਦਾ, ਧੰਨਵਾਦੀ ਹਾਂ ਵੀਰ ਸ਼ਰਬਜੀਤ ਸਿੰਘ ਜੀ ਡਾਲਾ ਦਾ, ਔਰ ਸਭ ਤੋਂ ਵੱਧ ਧੰਨਵਾਦ ਮੇਰੇ ਪਿਆਰੇ ਮਿੱਤਰ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ, MMC ਕੈਸਟ ਕੰਪਨੀ ਵਾਲਿਆਂ ਦਾ, ਔਰ ਬੱਬੂ ਭਾਜੀ ਹੁਣਾਂ ਦਾ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬਾਬਾ ਜੀਵਨ ਸਿੰਘ ਜੀ ਦੇ ਪ੍ਰਸੰਗ ਦੀ ਰਿਕਾਰਡ ਕਰਨ ਦੀ ਸੇਵਾ ਲਈ ਹੈ। ਸਤਿਗੁਰੂ ਇਹਨਾਂ ਸਿੱਖਾਂ ਦੀ ਸੇਵਾ ਪ੍ਰਵਾਨ ਕਰੇ। ਬੋਲਦਿਆਂ ਅਨੇਕਾਂ ਹੀ ਗਲਤੀਆਂ ਕਰ ਗਿਆ ਹੋਵਾਂਗਾ, ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਦਿਓ, ਗੁਰੂ ਦੀ ਬਖਸ਼ੀ ਹੋਈ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।